ਨਾਲ ਮਿਲੋ ਤੇ ਸਤਸੰਗਤ ਕੀ ਹੈ ਐਂਡ ਐਵਰੀਥਿੰਗ। ਸੋ ਮੈਂ ਫਿਰ ਦੋ ਤਿੰਨ ਕੈਰੇਕਟਰਸ ਚੂਜ਼ ਕੀਤੇ, ਯੂ ਨੋ ਦੈਟ ਦੇਰ ਮੇ ਮਾਈ ਫੇਵਰਿਟ ਵਨਸ ਜਿਹੜੇ ਹਨ ਜਿਹੜੇ ਸਿੱਖ ਹਿਸਟਰੀ ਤੋਂ। ਐਂਡ ਇਨ ਦ ਨੈਕਸਟ ਕੋਰਸ ਆਫ ਦ ਨੈਕਸਟ 2 to 3 to 4 weeks ਔਰ ਸੋ ਵਾਈਲ ਵੀ ਆਰ ਡਿਸਕਸਿੰਗ ਸੁਖਮਨੀ, we will be talking about these important people from Sikh history aur unada yogdan unadi vadiya contributions gurmat utte and everything and trying to understand why are they so important and everything, you know. So unna vich pehle jehde main choose kite han mere favorite character hain Sikh history to, vaddi umar wale almost 124 125 saal di umar unna di jadon akal chalana kita unhone baba budha ji, mere bahut bada padhya hai unna bare mein, aap adhyayan vi bada kita hai unna bare, different books to different kitaban to bahut vadda role unhone ada kita hai Sikh history vich। ਹੋਰ ਕੁਛ ਨਹੀਂ ਤੇ ਗੱਲ ਸੋਚ ਕੇ ਦੇਖੋ, 6 ਗੁਰੂਆਂ ਦੇ ਦਰਸ਼ਨ ਕੀਤੇ ਹਨ, ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਮਹਾਰਾਜ ਤੱਕ, ਬਹੁਤ ਵੱਡੇ ਬ੍ਰਹਮ ਗਿਆਨੀ, ਪੂਰਨ ਸਿੱਖ ਬ੍ਰਹਮ ਗਿਆਨੀ, ਆਪ ਪਰਮੇਸ਼ਰ ਰੂਪ ਜਿਸ ਤਰ੍ਹਾਂ ਵਟਕ ਕੇ ਹਰ ਜਗ੍ਹਾ ਉਹਨਾਂ ਨੇ ਕੰਮ ਕਰਾਏ ਹਨ, ਚਾਹੇ ਉਹ ਬਾਵਲੀ ਸਾਹਿਬ ਦੀ ਸੇਵਾ ਹੋਵੇ ਗੋਇੰਦਵਾਲ ਸਾਹਿਬ, ਚਾਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਮਿਲ ਕੇ ਉੱਥੇ ਖਡੂਰ ਲੰਗਰ ਦੀ ਸੇਵਾ ਵਿੱਚ ਲੱਗੇ ਹਨ, ਚਾਹੇ ਬੇਰੀ ਸਾਹਿਬ ਦੇ ਥੱਲੇ ਬੈਠ ਕੇ ਸਰੋਵਰ ਦੀ ਖੁਦਾਈ ਵਿੱਚ ਸੇਵਾ ਜਿਹੜੀ ਹੈ ਉਹਨਾਂ ਦੇ ਹੱਥੋਂ ਹੋਈ ਹੈ, ਅੱਗੇ ਜਾ ਕੇ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਹੈ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਟਹਿਲ ਸੇਵਾ ਵਾਸਤੇ ਚੁਣੇ ਗਏ, ਉਸ ਤੋਂ ਬਾਅਦ ਹਰਿਮੰਦਰ ਸਾਹਿਬ ਹਠਗ੍ਰੰਥੀ ਥਾਪੇ ਗਏ, ਉਸ ਤੋਂ ਬਾਅਦ ਫਿਰ ਹਰਗੋਬਿੰਦ ਮਹਾਰਾਜ ਦੇ ਟਾਈਮ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ। ਬਹੁਤ ਵੱਡੇ, ਬਹੁਤ ਇੰਪੋਰਟੈਂਟ ਕੈਰੇਕਟਰ ਇਨ ਸਿੱਖ ਹਿਸਟਰੀ ਤੋਂ, ਜਿਹੜੇ ਉਸ ਸਾਧ ਦੀ ਅਸ਼ਪਦੀ ਤੇ ਬਿਲਕੁਲ ਪੂਰੇ ਉਤਰਦੇ ਹਨ, ਜਿਹੜੇ ਉਹਨਾਂ ਦੀ ਜੀਵਨੀ, ਉਹਨਾਂ ਦੀਆਂ ਕਰਨੀਆਂ, ਉਹਨਾਂ ਦੇ ਕਰਨ ਵਾਲੇ ਦੇ। ਸੋ ਮੈਂ ਸੋਚਿਆ ਮੈਂ ਉਹਨਾਂ ਦੀ ਲਾਈਫ ਜਿਹੜੀ ਹੈ ਤੁਹਾਡੇ ਅੱਗੇ ਰੱਖਣਾ ਚਾਹੁੰਦਾ। ਮੇ ਬੀ ਇਟ ਮਾਈਟ ਟੇਕ ਲਿਟਲ ਬਿਟ ਮੋਰ ਦੈਨ ਵਨ ਸੈਸ਼ਨ ਟੂ ਡੂ ਇਟ, ਆਈ ਡੋਂਟ ਵਾਂਟ ਟੂ ਰਸ਼ ਇਟ ਥਰੂ, ਐਂਡ ਆਈ ਵਾਂਟ ਯੂ ਟੂ ਅੰਡਰਸਟੈਂਡ ਕਿ ਕਿਤਨੀ ਇੰਪੋਰਟੈਂਟ ਉਹਨਾਂ ਦੀ ਲਾਈਫ ਸੀ ਔਰ ਕੀ ਉਹਨਾਂ ਦੀਆਂ ਵੱਡੀਆਂ ਕੰਟਰੀਬਿਊਸ਼ਨ ਸਨ। ਪਰਮਾਤਮਾ ਨਾਲ ਇੱਕਮਿਕ ਹੋ ਕੇ ਜੁੜੇ ਹੋਏ ਪੂਰਨ ਬ੍ਰਹਮ ਗਿਆਨੀ ਸਨ, ਤੇ ਉਮਰ ਬਹੁਤ ਲੰਬੀ ਉਮਰ ਪਰਮਾਤਮਾ ਨੇ ਜਸ ਬਖਸ਼ੀ ਉਹਨਾਂ ਨੂੰ। 1506 ਵਿੱਚ 1506 ਵਿੱਚ ਉਹਨਾਂ ਦਾ ਬਰਥ ਹੋਇਆ ਹੈ, ਤੇ ਉਹਨਾਂ ਦੀ ਜਿਹੜੀ ਵਿਲੇਜ ਜਿਹੜਾ ਸੀ ਕਥੂ ਨੰਗਲ ਵਾਸ ਨਾਟ ਵੈਰੀ ਫਾਰ ਫਰੋਮ ਕਰਤਾਰਪੁਰ। ਇਨਫੈਕਟ ਛੋਟੀ ਦੀ ਉਮਰ ਵਿੱਚ, ਬਹੁਤ ਛੋਟੇ ਸਨ ਜਦੋਂ, ਤੇ ਮੇਰਾ ਖਿਆਲ ਹੈ ਕੋਈ 6-7-8 ਸਾਲ ਦੀ ਉਮਰ ਹੋਣੀ ਹੈ ਜਦੋਂ ਪਹਿਲੀ ਵਾਰੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਮੁਲਾਕਾਤ ਹੋਈ ਉਹਨਾਂ ਦੀ, ਜਦੋਂ ਮਹਾਰਾਜ ਕਰਤਾਰਪੁਰ ਸਨ ਉਸ ਵੇਲੇ, ਤੇ ਉੱਥੇ ਜਦੋਂ ਬਾਹਰ ਜਦੋਂ ਬਾਗ ਬਗੀਚੇ ਵਿੱਚ ਠਹਿਰੇ ਹੋਏ ਸਨ ਤੇ ਇਹ ਗਊਆਂ ਚਰਾਉਣ ਜਾਂਦੇ ਸਨ ਉੱਥੇ, ਤੇ ਗਊਆਂ ਚਰਾਉਂਦਿਆਂ ਚਰਾਉਂਦਿਆਂ ਯੂ ਨੋ ਸ਼ੈਪਰਡ ਹੁੰਦੇ ਸਨ ਉਹਨੇ ਉਸ ਵੇਲੇ, ਬੜਾ ਕਾਮਨ ਹੁੰਦਾ ਸੀ ਵਿਲੇਜਸ ਵਿੱਚ ਲੋਕਾਂ ਦੀ ਲਾਈਫ ਸਟਾਕਸ ਹੁੰਦੇ ਸਨ ਤੇ ਲਾਈਫ ਸਟਾਕ ਲੋਕ ਚਰਾਉਣ ਜਾਂਦੇ ਸਨ ਇਨ ਐਵਰੀਥਿੰਗ। ਤੇ ਉਹ ਜਿਹੜੇ ਸ਼ੈਪਰਡ ਦੇ ਹੋਣ ਦੀ ਵਜ੍ਹਾ ਨਾਲ ਜਦੋਂ ਦੇਖਿਆ ਕਿਸੇ ਸਾਧੂ ਸੰਤ ਨੂੰ ਦੇਖਿਆ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ, ਤੇ ਮਨ ਕੀਤਾ ਕਿ ਇਹਨਾਂ ਦੀ ਟਹਿਲ ਸੇਵਾ ਕੀਤੀ ਜਾਏ। ਤੇ ਉਹਨਾਂ ਨੇ ਇਤਿਹਾਸ ਲਿਖਿਆ ਆਉਂਦਾ, ਸੁਰਪ੍ਰਕਾਸ਼ ਲਿਖਿਆ ਆਉਂਦਾ, ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਨੇ ਵੀ ਗੁਰੂ ਨਾਨਕ ਚਮਤਕਾਰ ਵਿੱਚ ਇੱਕ ਪੋਇਟਰੀ ਲਿਖੀ ਹੈ ਜਿਹੜੀ ਮੈਂ ਸ਼ੇਅਰ ਕਰਾਂਗਾ ਥੋੜੀ ਬਹੁਤ ਤੁਹਾਡੇ ਨਾਲ, ਜਿਹੜੀ 2 ਹਫ਼ਤੇ ਪਹਿਲੇ ਅਸੀਂ ਪੜ੍ਹੀ ਹੈ, ਜਿਹੜੀ ਭਵਰਾਜਰਨ ਦੀ ਕਲਾਸ ਹੁੰਦੀ ਹੈ ਉਹਦੇ ਵਿੱਚ। ਤੇ ਉੱਥੇ ਕਹਿੰਦੇ ਨੇ ਕਿ ਫਰੈਸ਼ ਦੁੱਧ ਧਾਰ ਦਾ ਕੱਢ ਕੇ, ਗਈਆਂ ਦਾ ਕੱਢ ਕੇ ਦੁੱਧ ਤੇ ਪਿਆਲੇ ਚ ਪਾ ਕੇ ਮਹਾਰਾਜ ਨੂੰ ਦਿੱਤਾ ਉਹਨਾਂ ਨੇ, ਤੇ ਮਹਾਰਾਜ ਅੱਗੇ ਰੱਖਿਆ, ਤੇ ਮਹਾਰਾਜ ਪੁੱਛਣ ਲੱਗੇ ਕਿ ਇਹ ਕਿਸ ਪ੍ਰਥਾਈ ਲੈ ਕੇ ਆਏ ਹੈ ਦੁੱਧ, ਇਹ ਛੋਟੀ ਤੇਰੀ ਉਮਰ ਹੈ, ਸਾਡੀ ਟਹਿਲ ਸੇਵਾ ਚ ਲੱਗਿਆ ਹੋਇਆ ਹੈ, ਠੀਕ ਹੈ ਟਹਿਲ ਸੇਵਾ ਇੰਪੋਰਟੈਂਟ ਹੈ ਸੰਤਾਂ ਦੀ, ਪਰ ਇਹ ਕਿਹੜੇ ਪ੍ਰਥਾਈ ਕਰਦਾ ਪਿਆ ਕੰਮ ਤੂੰ, ਕਿਉਂ ਕਿਉਂ ਲੈ ਕੇ ਆਇਆ ਹੈ। ਤੇ ਉੱਥੇ ਬਚਨ ਆਏ ਹਨ ਕਿ ਮੈਂ ਮੇਰਾ ਹੇ ਮੇਰੇ ਦਾਤਾ, ਹੇ ਮੇਰੇ ਗੁਰੂ, ਹੇ ਨਾਨਕ ਵੱਡੇ ਨਿਰੰਕਾਰੀ ਪਿਤਾ, ਮੇਰਾ ਜਨਮ ਮਰਨ ਕੱਟ ਦਿਓ ਤੁਸੀਂ। ਤੇ ਇਤਨੀ ਛੋਟੀ ਉਮਰ ਵਿੱਚ, 5-6 ਸਾਲ ਦੀ ਉਮਰ ਵਿੱਚ, ਮਹਾਰਾਜ ਨੇ ਜਦੋਂ ਇਹ ਗੱਲ ਸੁਣੀ ਉਹਨਾਂ ਕੋਲੋਂ ਉਸ ਛੋਟੀ ਉਮਰ ਵਿੱਚ, ਤੇ ਬੜੇ ਪ੍ਰਸੰਨ ਹੋਏ ਬੜੇ, ਤੇ ਕਹਿਣ ਲੱਗੇ ਤੇਰਾ ਨਾਂ ਕੀ ਹੈ? ਤੇ ਕਹਿਣਗੇ ਮੇਰਾ ਨਾਂ ਬੁਰਾ ਹੈ। ਤੇ ਕਹਿੰਦੇ ਨੇ ਬੁਰਾ ਹੈ ਤੇ ਬੁਰਾ, ਲੇਕਿਨ ਗੱਲਾਂ ਤੋਂ ਸਾਰੀਆਂ ਬੁੱਢਿਆਂ ਵਰਗੀਆਂ ਕਰਦਾ ਹੈ, ਜਾਂ ਅੱਜ ਤੋਂ ਲੈ ਕੇ ਤੇਰਾ ਨਾਂ ਬਾਬ ਬੁੱਢਾ ਰੱਖ ਦਿੱਤਾ ਨਾਂ ਤੇਰਾ, ਤੂੰ ਤੂੰ ਛੋਟੀ ਉਮਰ ਚ ਬੁੱਢਿਆਂ ਵਰਗੀਆਂ ਗੱਲਾਂ ਕਰਦਾ ਹੈ ਤੂੰ ਬੜੀਆਂ। ਸੋ ਇਹ ਇਤਿਹਾਸ ਨਾਲ ਜੁੜੇ ਹੋਏ ਇਸ ਮਹਾਨ ਸ਼ਖਸੀਅਤ ਦੀ
ਛੋਟੀ ਜੀ ਝਲਕਾਰਾ ਮੈਂ ਤੁਹਾਨੂੰ ਦੇਣਾ ਚਾਹੁੰਦਾ ਉਹਨਾਂ ਦੀ ਲਾਈਫ ਦਾ, ਉਹਨਾਂ ਦੀ ਬਿਗਨਿੰਗ ਦਾ, ਉਹਨਾਂ ਦੀ ਮਿਡਲ ਦਾ। ਤੁਹਾਨੂੰ ਮਹਿਸੂਸ ਹੋਏਗਾ ਕਿ ਜਿਹੜੀ ਗੱਲ ਸੁਖਮਨੀ ਵਿੱਚ ਉਸ ਉਹਨਾਂ ਅਸ਼ਪਦੀਆਂ ਵਿੱਚ ਆਈ ਹੈ ਜਿਹੜੀਆਂ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਵਿੱਚ, ਸਾਧ ਵਾਲੀ ਅਸ਼ਪਦੀ ਵਿੱਚ ਆਈ ਹੈ, ਉਹ ਕਿਸ ਤਰ੍ਹਾਂ ਪੂਰੇ ਉਤਰਦੇ ਹਨ ਉਸ ਅਸ਼ਪਦੀ ਉੱਤੇ, ਕਿਸ ਤਰ੍ਹਾਂ ਦਾ ਜੀਵਨ ਹੈ ਉਹਨਾਂ ਦਾ, ਕਿਹੋ ਜਿਹਾ ਪਾਕ ਜੀਵਨ ਬਤੀਤ ਕੀਤਾ ਹੈ, ਬਾਣੀ ਨਾਲ ਪਿਆਰ, ਪ੍ਰਮਾਤਮਾ ਨਾਲ ਪਿਆਰ, ਲੰਗਰ ਸੀ ਟਹਿਲ ਸੇਵਾ, ਹਰ ਚੀਜ਼ ਦੇ ਉੱਤੇ ਨਜ਼ਰ ਰੱਖਣੀ ਪੂਰੀ ਤਰ੍ਹਾਂ। ਔਰ ਫਿਰ ਗ੍ਰਹਿਸਥੀ ਹਨ ਟੋਟਲ, ਕੋਈ ਇਹ ਨਹੀਂ ਕੋਈ ਘਰ ਬਾਰ ਛੋੜਿਆ, ਉਹਨਾਂ ਨੇ ਪੂਰੇ ਆਪਣੇ ਕੰਮ ਨਿਭਾਏ ਹਨ, ਘਰ ਦੇ ਵੀ ਸਾਰੇ, ਧੀਆਂ ਪੁੱਤਰਾਂ ਦਾ ਵੀ ਖਿਆਲ ਰੱਖਿਆ ਹੈ, ਉਹਨਾਂ ਦੇ ਵੀ ਵਿਆਹ ਕਰਾਏ ਹਨ ਅੱਗੇ, ਤੇ ਗੁਰੂ ਘਰ ਨਾਲ ਜੁੜੇ ਹਨ। ਇਹੋ ਜਿਹੇ ਮਹਾਨ ਹਸਤੀ ਹਨ ਬਾਬਾ ਬੁੱਢਾ ਜੀ। ਤੇ ਭਾਈ ਸਾਹਿਬ, ਭਾਈ ਵੀਰ ਸਿੰਘ ਇਹਨਾਂ ਨੇ ਕਵਿਤਾ ਇੱਕ ਲਿਖੀ ਹੈ ਜਿਹੜੀ ਪੇਜ ਨੰਬਰ 1920 ਤੇ ਅਸੀਂ ਲਾਸਟ ਵੀਕ ਥੋੜੇ 2-3 ਹਫਤੇ ਪਹਿਲੇ ਹੀ ਕਲਾਸ ਵਿੱਚ ਪੜ੍ਹੀ ਹੈ। ਤਾਂ ਆਈ ਥਾਟ ਆਈ ਕੈਨ ਸ਼ੇਅਰ ਦੈਟ, ਉਹਨਾਂ ਦੀ 2-4 ਲਾਈਨਾਂ। ਤੇ ਜਦੋਂ ਮਹਾਰਾਜ ਨੂੰ ਦੁੱਧ ਦਾ ਪਿਆਲਾ ਦਿੰਦੇ ਹਨ ਬਾਬਾ ਬੁੱਢਾ ਜੀ, ਉਸ ਵੇਲੇ ਨਾਂ ਬੁਰਾ ਹੈ, ਤੇ ਮਹਾਰਾਜ ਕੁਐਸਚਨ ਕਰਦੇ ਹਨ, ਤੇ ਮੈਂ ਇਹ ਅੰਡਰ ਕੋਟੇਸ਼ਨ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ। ਹੇ ਬਾਲਕ ਕੀ ਚਾਹੇ ਸਾਥੋਂ, ਕੀ ਵਸਤੂ ਤੂੰ ਟੋਲੈ, ਦਿਲ ਭਿਜ ਮਨ ਭਿੰਨੇ ਨਾਲੇ, ਪ੍ਰੇਮ ਨਾਲ ਇਉਂ ਕਹਿੰਦਾ। ਜੇ ਮਹਾਰਾਜ ਨੇ ਪੁੱਛਿਆ ਕਿ ਹੇ ਬਾਲਕ ਤੂੰ ਕੀ ਚਾਹੁੰਦਾ ਹੈ ਸਾਡੇ ਤੋਂ, ਇਹ ਦੁੱਧ ਦਾ ਪਿਆਲਾ ਸਾਡੇ ਸਾਹਮਣੇ ਰੱਖਿਆ ਹੈ, ਇਹ ਵਸਤੂ ਸਾਡੇ ਸਾਹਮਣੇ ਪੇਸ਼ ਕੀਤੀ ਹੈ, ਸੇਵਾ ਕੀਤੀ ਹੈ, ਕੀ ਚਾਹੁੰਦੇ ਹੋ ਸਾਡੇ ਕੋਲ, ਤੇਰੇ ਮਨ ਚ ਕੀ ਹੈ, ਤੇਰੇ ਮਨ ਦੱਸ ਆਪਣੀ ਗੱਲ ਦੀ, ਮਨ ਦੀ ਗੱਲ। ਦਿਲ ਭਿਜੇ ਮਨ ਭਿੰਨੇ ਨਾਲੇ, ਦਿਲ ਭਿੱਜ ਕੇ ਪ੍ਰੇਮ ਨਾਲ ਇਉਂ ਕਹਿੰਦਾ, ਇਉਂ ਬਾਬਾ ਬੁੱਢਾ ਜੀ ਨੇ ਕਿਹਾ। ਉਸ ਵੇਲੇ ਉਮਰ 5-6-7 ਸਾਲ ਦੀ ਹੋਣੀ, ਉਸ ਵੇਲੇ ਗੁਰੂ ਗੁਸਾਈ ਸ਼ਕਤੀ ਵਾਲੇ, ਮੈਂ ਦੁਖੀਆ ਹਾਂ ਰਹਿੰਦਾ, ਮੈਨੂੰ ਥਾਵੇਂ ਡਰ ਡਰ ਡਾਰਾ, ਮੌਤ ਡਰਾਵੇਂ ਦਿੰਦੀ, ਡਰਦਾ ਹਾਂ ਦਿਨ ਰਾਤ, ਗੁਰੂ ਜੀ ਜਿੰਦੜੀ ਹੌਕੇ ਲੈਂਦੀ, ਜਨਮ ਮਰਨ ਕੱਟ ਦੇਵੋ ਮੇਰਾ, ਇਹ ਅਰਦਾਸ ਕਰਾਵਾਂ, ਇਹੋ ਦਾਨ ਗੁਰਾਂ ਦੇ ਦਰ ਤੋਂ ਆਜਜ਼ ਹੋਏ ਮੰਗਾਵਾਂ, ਕਹਿਣ ਗੁਰੂ ਤੂੰ ਬਾਲਕ ਦਿਸੇ, ਉਮਰਾਂ ਅਜੇ ਨਿਆਣੀ, ਦੁੱਧ ਦੇ ਦੰਦ ਹੁਣ ਹੀ ਟੁੱਟੇ, ਆਖੀ ਬਾਤ ਸਿਆਣੀ। ਹਾਂਜੀ, ਤੇ ਇਹ ਜਦੋਂ ਪੁੱਛੀ ਵੀ ਕਿਉਂ, ਕਹਿੰਦੇ ਨਹੀਂ ਮੌਤ ਦਾ ਡਰ ਸਤਾਉਂਦਾ ਮੈਨੂੰ ਬੜਾ, ਮੈਨੂੰ ਡਰ ਲੱਗਦਾ ਕਿਧਰੇ ਚੱਲਾ ਨਾ ਜਾਵਾਂ, ਕਿਧਰੇ ਕੱਲ ਮੈਂ ਮੇਰੀ ਡੈਥ ਨਾ ਹੋ ਜਾਏ, ਤੇ ਮੈਨੂੰ ਪ੍ਰਾਪਤੀ ਨਹੀਂ ਹੋਈ ਹਾਲੇ, ਕੋਈ ਨਾਮ ਬਾਣੀ ਦੀ ਪ੍ਰਾਪਤੀ ਨਹੀਂ ਹੋਈ, ਇਹ 5-6 ਸਾਲ ਦੇ ਉਮਰ ਦੇ ਬੱਚੇ ਦੀ ਮੂੰਹ ਨਿਕਲੀ ਗੱਲ, ਤੇ ਮੈਨੂੰ ਹੇ ਮੇਰੇ ਗੁਰੂ, ਹੇ ਮੇਰੇ, ਮੇਰਾ ਜਨਮ ਮਰਨ ਤੁਸੀਂ ਕੱਟੋ, ਤੇ ਇਹ 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 ਦਾਨ ਦਿਓ ਮੈਨੂੰ। ਤੇ ਇਹ ਗੱਲ ਸੁਣ ਕੇ ਕਹਿਣ ਲੱਗੇ ਗੁਰੂ ਕਿ ਤੂੰ ਬਾਲਕ ਦਿਸੇ, ਉਮਰਾਂ ਅਜੇ ਨਿਆਣੀ, ਦੁੱਧ ਦੇ ਦੰਦ ਹੁਣੇ ਹੀ ਟੁੱਟੇ, ਤੇ ਆਖੀ ਬਾਤ ਸਿਆਣੀ, ਤੇਰੇ ਦੰਦ ਹੁਣੇ ਨਵੇਂ ਤੇਰੇ ਦੰਦ ਆਏ ਹਨ, ਦੁੱਧ ਦੇ ਦੰਦ ਤੇਰੇ ਹੁਣ ਟੁੱਟੇ ਹਨ, ਤੂੰ ਇਤਨੀਆਂ ਵੱਡੀਆਂ ਗੱਲਾਂ ਪਿਆ ਕਰਦਾ ਹੈ, ਤੂੰ ਕਿੱਥੋਂ ਆਇਆ, ਕੌਣ ਹੈ ਤੂੰ, ਇਹ ਡਰ ਕਿੱਥੋਂ ਆਇਆ ਤੈਨੂੰ, ਇਹ ਬੁੱਧ ਕਿੱਥੋਂ ਪਾਈ, ਆਪਣੀ ਸਾਰੀ ਵਿਥਿਆ ਸਾਨੂੰ ਬਾਲਕ ਚਾਹੇ ਸੁਣਾਈ, ਬੁੜੇ ਕਿਹਾ ਗੁਰੂ ਜੀ ਇੱਥੇ ਡਾਢਿਆਂ ਦਾ ਦਲ ਆਇਆ, ਕੱਚੀ ਪੱਕੀ ਡੱਡੀ ਖੇਤੀ ਜੋ ਡਿੱਠਾ ਵਡਿਆਇਆ। ਮੈਂ ਪੂਰੀ ਕਵਿਤਾ ਨਹੀਂ ਪੜ੍ਹਨੀ, ਇਟਸ ਗੋਇੰਗ ਟੂ ਟੇਕ ਅ ਲੌਂਗ ਟਾਈਮ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਉਸ ਨਾਂ ਬੁਰਾ ਸੀ ਉਹਨਾਂ ਦਾ, ਕਹਿਣ ਲੱਗੇ ਮਹਾਰਾਜ ਇੱਥੇ ਪਿਛਲੇ ਸਾਲ ਜਦੋਂ ਪਠਾਣਾ ਦਾ ਹਮਲਾ ਹੋਇਆ ਤੇ ਫੌਜ ਨੇ ਇੱਥੇ ਕੈਂਪ ਕੀਤਾ ਸਾਡੇ ਵਿਲੇਜ ਦੇ ਕੋਲ, ਤੇ ਉੱਥੇ ਜਿਹੜੀ ਖੜੀ ਫਸਲ ਸੀ, ਜਿਹੜੀ ਫਸਲ ਜਿਹੜੀ ਖੜੀ ਹੋਈ ਸੀ ਜਾਂ ਫਸਲ ਜਿਹੜੀ ਅੱਧੀ ਪੱਕੀ ਹੋਈ ਸੀ, ਕੱਚੀ ਸੀ, ਉਹਨਾਂ ਨੇ ਦੇਖਿਆ ਹੀ ਨਹੀਂ, ਸਾਰਾ ਚੀਜ਼ ਬਰਬਾਦ ਕਰ ਦਿੱਤੀ, ਖੜੀ ਫਸਲ ਚੁੱਕੇ ਲੈ ਗਏ, ਜਿਹੜੀ ਕੱਚੇ ਸਨ ਉਹ ਵੀ ਚੁੱਕੇ ਲੈ ਗਏ। ਤੇ ਮੇਰੇ ਮਨ ਵਿੱਚ ਆਇਆ ਕਿ ਜੇ ਇਹ ਕੱਚੀ ਫਸਲ ਜਾ ਸਕਦੀ ਹੈ ਤੇ ਪੱਕੀ ਫਸਲ ਦੇ ਨਾਲ ਨਾਲ ਕੱਚੀ ਫਸਲ ਵੀ ਜਾ ਸਕਦੀ ਹੈ, ਤੇ ਹੇ ਮਹਾਰਾਜ ਮੇਰੀ ਤੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ, ਕੀ ਪਤਾ ਛੋਟੇ ਹੁੰਦਿਆਂ ਹੀ ਚਲਾ ਜਾਵਾਂ, ਵੱਡਾ ਹੋ ਹੀ ਨਾ ਸਕਾਂ, ਜਵਾਨੀ ਮਾਣ ਹੀ ਨਾ ਸਕਾਂ, ਬੁਢਾਪਾ ਆਇਆ ਹੀ ਨਾ ਮੈਨੂੰ, ਇਹ ਵੀ ਤੇ ਹੋ ਸਕਦਾ ਮੇਰੇ ਨਾਲ। ਤੇ ਇਸ ਡਰ ਉਮੰਗ ਇਸ ਇਹ ਮੇਰੇ ਮਨ ਚ ਡਰ ਪਿਆ ਇਸ ਗੱਲ ਦਾ, ਤੇ ਤਦ ਦਾ ਮੈਂ ਸੋਚਦਾ ਪਿਆ ਹਾਂ ਕਿ ਮੈਂ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ, ਮੈਂ ਆਪਣੀ ਲਾਈਫ ਵਿੱਚ ਪ੍ਰਾਪਤੀ ਕਰਕੇ ਜਾਣਾ ਚਾਹੁੰਦਾ ਹਾਂ ਇੱਥੋਂ, ਇਸ ਵਾਸਤੇ ਹੇ ਮੇਰੇ ਦਾਤਾ ਮੇਰਾ ਜਨਮ ਮਰਨ ਕੱਟੋ ਤੁਸੀਂ। ਇਤਨੀ ਛੋਟੀ ਉਮਰ ਵਿੱਚ ਜਦੋਂ ਇਹੋ ਜਿਹੀ ਗੱਲ ਗੁਰੂ ਜੀ ਨੇ ਸੁਣਾਈ ਤੇ ਬੜੀ ਬੜੇ ਖੁਸ਼ ਹੋਏ ਮਹਾਰਾਜ, ਤੇ ਕਹਿਣ ਲੱਗੇ ਸੋਚਾਂ ਕਾਰ ਕਰਾਂ ਮੈਂ ਐਸੀ, ਦਿਲ ਤੋਂ ਸਿਰ ਜਿਉਂ ਆਵੇ, ਸੁਖੀ ਹੋਏ ਕਿ ਜਿੰਦੜੀ ਮੇਰੀ ਭੈ ਡਰ ਤੋਂ ਛੁੱਟ ਜਾਵੇ, ਸ਼ਰਨ ਆਪ ਦੀ ਸਭ ਤੋਂ ਵੱਡੀ ਸਤਿਗੁਰ ਦਾਸ ਤਕਾਈ, ਚਰਨੀ ਲਾਏ ਬਚਾਵੋ ਬੱਚਾ ਹੇ ਸਤਿਗੁਰ ਸੁਖਦਾਈ। ਅੱਗੇ ਕਹਿੰਦੇ ਹਨ ਸੁਣ ਕੇ ਵਾਹ ਗੁਰੂ ਨੇ ਕਿਹਾ, ਸੁਣ ਇਹ ਬਾਲਾ ਇਆਣੇ, ਵਾਕ ਕਰੇ ਤੇ ਬ੍ਰਿਧਾਂ ਵਾਲੇ ਬ੍ਰਿਧ ਸੁੱਖਾਂ ਨੂੰ ਮਾਣੇ, ਹੇ ਬੁੱਢੇ ਜੋ ਦਿਸੇ ਬਾਲਕ ਸੂਰਜ ਤੋਂ ਹੈ ਪਾਈ, ਸੱਚੇ ਸਾਈ
ਸੱਚੇ ਸਾਈਂ ਡੋਰੀ ਜਿਸ ਦੀ ਤੇਰੀ ਅੱਖ ਫੜਾਈ ਉਸ ਸੂਰਤ ਨੂੰ ਹੋਰ ਕਾਰ ਕੇ ਲਾਣਾ ਨਾਹੀਂ ਬਾਲੇ ਪਰਮੇਸ਼ਰ ਦੇ ਚੇਤੇ ਅੰਦਰ ਉਸ ਨੂੰ ਤੂੰ ਨਿਤ ਪਾਲੇ ਤੂੰ ਇਤਨੇ ਤੂੰ ਬੁੱਢ ਗੱਲਾਂ ਕਰਦਾ ਹੈ ਨਾਮ ਤੇਰਾ ਬੁਰਾ ਹੈ ਜਾਂ ਤੇਰਾ ਨਾਮ ਬੁੱਢਾ ਹੋ ਗਿਆ ਹੁਣ ਤੋਂ ਤੇ ਇਹੋ ਜਿਹੀਆਂ ਵੱਡੀਆਂ ਗੱਲਾਂ ਤੂੰ ਕੀਤੀਆਂ ਹਨ ਜਦ ਉਹ ਚਰਨ ਬਾਹਰ ਨੂੰ ਜਾਵੇ ਮੁੜ ਸਿੰਝਾਂ ਘਰ ਆਵੇ ਤਿਕੁਰ ਸੂਰਤ ਪ੍ਰਭ ਜੀ ਚਰਨੀ ਹਰਦਮ ਲਾਈ ਰੱਖੀ ਤੇ ਉਪਦੇਸ਼ ਦਿੰਦੇ ਹਨ ਮਹਾਰਾਜ ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਹਰ ਘਰ ਵਿੱਚ ਜਾਂਦੀ ਹੈ ਉਸੇ ਤਰ੍ਹਾਂ ਹੇ ਦਿਆਲ ਪੁਰਖ ਜੀ ਤੁਹਾਡੇ ਅੰਦਰ ਆਸ਼ੀਰਵਾਦ ਦਿੰਦੇ ਹਨ ਉਹਨਾਂ ਨੂੰ ਤੁਸੀਂ ਪ੍ਰਮਾਤਮਾ ਨੂੰ ਹਮੇਸ਼ਾ ਰੋਜ਼ ਜਗਾ ਕੇ ਰੱਖਣਾ ਆਪਣੀ ਤੇ ਇੱਥੇ ਫਿਰ ਵੱਡੀਆਂ ਉਮਰ ਹੋਣਾ ਤੁਹਾਡੇ ਦੀ ਇੱਥੇ ਵਰ ਦਿੱਤਾ ਉਹਨਾਂ ਨੂੰ ਯਾਦ ਕਰਨ ਜੀ ਡੋਲ ਪਿਆਰੇ ਨਾਮ ਵਿਖੇ ਲਿਵ ਲਾਈ ਲਿਵ ਛੱਡੀ ਨਾਹੀਂ ਟੁੱਟੇ ਫੇਰ ਗੰਡਾਈ ਜਮ ਕੰਕਰ ਫਿਰ ਦੂਰ ਰਹਾਵੇ ਜਨਮ ਮਰਨ ਮਿਟ ਜਾਵੇ ਉਮਰ ਵਡੇਰੀ ਤੇਰੀ ਹੋਈ ਗੁਰਸਿੱਖੀ ਸੁਖ ਪਾਵੇ ਤੇਰੀ ਉਮਰ ਵੱਡੀ ਹੋਏਗੀ ਹੇ ਬੁੱਢਿਆ ਤੂੰ ਫਿਕਰ ਨਾ ਕਰ ਨਾਮ ਬਾਣੀ ਨਾਲ ਪਿਆਰ ਕਰ ਗੁਰੂ ਟਹਿ ਗੁਰੂ ਘਰ ਦੀ ਸੇਵਾ ਟਹਿਲ ਕਰਿਆ ਕਰ ਤੂੰ ਤੇ ਕਹਿੰਦੇ ਹਨ ਉਸ ਦਿਨ ਤੋਂ ਬਾਅਦ ਕਰਤਾਰਪੁਰ ਵਸ ਗਏ ਗੁਰੂ ਘਰ ਦੀ ਟਹਿਲ ਸੇਵਾ ਬੜੀ ਛੋਟੀ ਉਮਰ ਤੋਂ 6, 7, 8 ਸਾਲ ਦੀ ਉਮਰ ਤੋਂ ਉਹਨਾਂ ਨੇ ਅੰਦਰ ਸੇਵਾ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਮਹਾਰਾਜ ਦੇ ਨਾਲ ਹੀ ਰਹੇ ਜਦ ਤੱਕ ਮਹਾਰਾਜ ਨੇ ਅਕਾਲ ਚਲਾਣਾ ਜਦ ਤੱਕ ਦੁਨੀਆ ਤੋਂ ਗਏ ਹੀ ਨਹੀਂ ਜਦ ਤੱਕ ਜੋਤੀ ਜੋਤ ਨਹੀਂ ਸਮਾਏ ਤਦ ਤੱਕ ਮਹਾਰਾਜ ਉਹਨਾਂ ਨਾਲ ਰਹੇ ਤੇ ਇਸ ਇਤਨੀ ਛੋਟੀ ਉਮਰ ਵਿੱਚ ਉਹਨਾਂ ਨੇ ਮਹਾਰਾਜ ਦਾ ਸੰਗ ਕੀਤਾ ਤੇ ਜਦੋਂ ਟਾਈਮ ਆਇਆ ਜਦੋਂ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਦੇਣ ਦਾ ਜਦੋਂ ਉਹ ਵਕਤ ਵੀ ਆ ਗਿਆ ਜਦੋਂ ਮਹਾਰਾਜ ਨੇ ਮਹਿਸੂਸ ਕੀਤੀ ਹੈ ਗੱਲ ਇੱਕ ਨਵੀਂ ਇੱਕ ਪ੍ਰਥਾ ਚਲਾਈ ਜਿਹੜੇ ਪਹਿਲੇ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਮਿਲਦੀ ਨਹੀਂ ਹੈ ਕਿ ਇੱਕ ਗੁਰੂ ਦੇ ਜਿੰਦਿਆਂ ਹੋਇਆਂ ਵਾਂਸ ਵਾਂਸ ਗੁਰੂ ਇਜ਼ ਅਲਾਈਵ ਉਹ ਆਪਣਾ ਸਕਸੈਸਰ ਹੁਣੇ ਹੀ ਚੁਣ ਲਵੇ ਤੇ ਸਕਸੈਸਰ ਚੁਣ ਕੇ ਚੁਣੇ ਹੀ ਨਾ ਸਕਸੈਸਰ ਉਸ ਨੂੰ ਗੁਰੂ ਬਣਾ ਦੇਵੇ ਆਪਣੇ ਹੁੰਦਿਆਂ ਸੋਚ ਕੇ ਦੇਖੋ ਤੁਸੀਂ ਆਪ ਹੈਣ ਹਲੇ ਮਹਾਰਾਜ ਬੈਠੇ ਹੋਏ ਨਿਰੰਕਾਰੀ ਹਨ ਪਰਮੇਸ਼ਰ ਰੂਪ ਹੈ ਆਪ ਹੁੰਦਿਆਂ ਉਹਨਾਂ ਨੂੰ ਗੁਰਗੱਦੀ ਜਿਹੜੀ ਹੈ ਬਾਬੇ ਲਹਿਣੇ ਨੂੰ ਗੁਰੂ ਬਾਬਾ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਖਸ਼ੀ ਤੇ ਉੱਥੇ ਗੁਰਗੱਦੀ ਦਾ ਜਿਹੜਾ ਤਿਲਕ ਜਿਹੜਾ ਹੈ ਉਹਨਾਂ ਨੇ ਸੋਚਿਆ ਕਿਸ ਬੰਦੇ ਨੂੰ ਚੁਣਿਆ ਜਾਏ ਜਿਹਦੇ ਹੱਥਾਂ ਵਿੱਚ ਇਹ ਬਰਕਤ ਹੋਵੇ ਜਿਹਦੇ ਹੱਥਾਂ ਵਿੱਚ ਪ੍ਰਮਾਤਮਾ ਦਾ ਨਾਮ ਹੋਵੇ ਉਸ ਵੇਲੇ ਇਹ ਗੱਲਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਸਨ ਅੱਜ ਕੱਲ ਨਹੀਂ ਹੈ ਉਸ ਵੇਲੇ ਕੋਈ ਵੱਡਾ ਕੰਮ ਕਰਾਉਣਾ ਹੋਵੇ ਕੋਈ ਕੋਈ ਚੀਜ਼ ਵੱਡੀ ਕਰਾਣੀ ਹੋਵੇ ਤੇ ਬੰਦਾ ਦੂਰੋਂ ਦੂਰੋਂ ਲੋੜਦਾ ਸੀ ਵੀ ਯਾਰ ਇਹਨਾਂ ਦੇ ਹੱਥੋਂ ਹੋਵੇ ਕੰਮ ਹੈ ਬੜਾ ਇਹ ਪਰਮੇਸ਼ਰ ਨਾਮ ਜਪਣ ਵਾਲੇ ਹਨ ਬੰਦਗੀ ਕਰਨ ਵਾਲੇ ਹਨ ਸਾਰੇ ਉਸ ਵੇਲੇ ਇਸ ਇਹਨਾਂ ਗੱਲਾਂ ਦਾ ਬੜਾ ਇਤਿਹਾਸ ਕੀਤਾ ਜਾਂਦਾ ਸੀ ਵੱਡੀ ਕੋਈ ਉਦਘਾਟਨ ਕਰਾਉਣਾ ਹੋਵੇ ਕੋਈ ਗੁਰਦੁਆਰੇ ਦੀ ਕੋਈ ਨੀਂਹ ਰੱਖਣੀ ਹੋਵੇ ਕੋਈ ਇੰਪੋਰਟੈਂਟ ਕੰਮ ਕਰਨਾ ਹੋਵੇ ਤੇ ਅਰਦਾਸ ਕਰਾਈ ਜਾਂਦੀ ਸੀ ਉਹਨਾਂ ਕੋਲੋਂ ਜਿਹੜੇ ਥੋੜੇ ਬਹੁਤ ਬੰਦਗੀ ਵਾਲੇ ਹੋਣ ਜਿਹਨਾਂ ਦੀ ਕਮਾਈ ਵਾਲੇ ਬੰਦੇ ਹੋਣ ਉਸ ਵੇਲੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਚੁਣਿਆ ਜਿਨ੍ਹਾਂ ਦੇ ਗੁਰਿਆਈ ਦਾ ਤਿਲਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ ਤੇ ਫਿਰ ਅੱਗੇ ਪੰਜ ਪਾਤਸ਼ਾਹੀਆਂ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਵਾਇਆ ਗੁਰੂ ਹਰਗੋਬਿੰਦ ਮਹਾਰਾਜ ਤੱਕ ਦਾ ਗੁਰਿਆਈ ਦਾ ਤਿਲਕ ਉਹਨਾਂ ਕੋਲ ਲਗਵਾਇਆ ਗਿਆ ਇਹ ਬਹੁਤ ਵੱਡਾ ਇੱਜ਼ਤ ਮਾਣ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਹੱਥੀ ਬਖਸ਼ਿਆ ਬਾਬਾ ਬੁੱਢਾ ਜੀ ਨੂੰ ਤੇ ਇਹ ਮਾਣ ਬਖਸ਼ ਕੇ ਇਹ ਸੋਚ ਕੇ ਦੇਖੋ ਜਦੋਂ ਗੁਰਿਆਈ ਬਖਸ਼ੀ ਉਹਨਾਂ ਨੂੰ ਤੇ ਆਪ ਮੱਥਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਟੇਕਿਆ ਗੁਰੂ ਨਾਨਕ ਦੇਵ ਜੀ ਨੇ ਕਿਤਨੀ ਵੱਡੀ ਸਤਿ ਬਲਵੰਡ ਦੀ ਵਾਰ ਚ ਲਿਖਿਆ ਹੋਇਆ ਹੈ ਕਿ ਇਹ ਉਲਟ ਗੰਗਾ ਜੋ ਨਾਨਕ ਨੇ ਵਹਾਈ ਹੈ ਪਹਿਲੇ ਦੁਨੀਆ ਦੇ ਇਤਿਹਾਸ ਵਿੱਚ ਕਦੀ ਨਹੀਂ ਹੋਇਆ ਇਸ ਤਰ੍ਹਾਂ ਕਿ ਇੱਕ ਲਿਵਿੰਗ ਗੁਰੂ ਹੋ ਕੇ ਆਪਣਾ ਸਕਸੈਸਰ ਚੁਣੇ ਤੇ ਆਪਣਾ ਸਕਸੈਸਰ ਚੁਣ ਕੇ ਉਸਨੂੰ ਆਪਣੇ ਜਿੰਦਿਆਂ ਜੀ ਗੁਰੂ ਬਣਾ ਦੇਵੇ ਔਰ ਆਪ ਸੰਗਤ ਦਾ ਰੂਪ ਬਣ ਜਾਏ ਉਹਨਾਂ ਨੂੰ ਮੱਥਾ ਆਪ ਪਹਿਲੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੰਗਤ ਦੇ ਸਾਹਮਣੇ ਤੇ ਸੰਗਤ ਨੂੰ ਮੱਥਾ ਟਿਕਵਾਇਆ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਤਿਲਕ ਲਗਾਇਆ ਤੇ ਇਹ ਵੱਡੀ ਇੱਕ ਇੱਜ਼ਤ ਮਾਨ ਉਹਨਾਂ ਨੂੰ ਛੋਟੀ ਉਮਰ ਵਿੱਚ ਬਹੁਤ ਹਾਲੇ ਵੱਡੇ ਨਹੀਂ ਸਨ ਹੋਏ ਬਹੁਤ ਕੁਮਾਰ ਉਮਰ ਦੇ ਹੋਣੇ ਹਨ ਟੀਨੇਜਰ ਹੋਣੇ ਹਨ ਜਦੋਂ ਇਹ ਵੱਡੀ ਉਹਨਾਂ ਨੂੰ ਇਹ ਸਨਮਾਨ ਗੁਰੂ ਤਰਫੋਂ ਗੁਰੂ ਘਰ ਤਰਫੋਂ ਮਿਲਿਆ ਉਹਨਾਂ ਨੂੰ ਤੇ ਬਾਬਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਰਾਜ ਦਾ ਉਹਨਾਂ ਦੇ ਗੁਰਗੱਦੀ ਦਾ ਤਿਲਕ ਲਗਾਇਆ ਤੇ ਇਹ ਅਵਸਥਾ ਛੋਟੀ ਉਮਰ ਤੋਂ ਇੰਨੀ ਇੱਜ਼ਤ ਮਾਨ ਗੁਰੂ ਘਰ ਚ ਉਹਨਾਂ ਦੀ ਵੱਧ ਗਈ ਤੇ ਕਰਤਾਰਪੁਰ ਜਦੋਂ ਮਹਾਰਾਜ ਆਪ ਜਦੋਂ ਜੋਤੀ ਜੋਤ ਸਮਾ ਗਏ ਕਰਤਾਰਪੁਰ ਛੋੜ ਕੇ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਆ ਗਏ ਜਦੋਂ ਖਡੂਰ ਆਏ ਖਡੂਰ ਉਹਨਾਂ ਦੇ ਨਾਲ ਆਉਂਦੇ ਹਨ ਬਾਬਾ ਬੁੱਢਾ ਜੀ ਉੱਥੇ ਲੰਗਰ ਦੀ ਸੇਵਾ ਚਲਾਈ ਹੈ ਲੰਗਰ ਦੀ ਸੇਵਾ ਵਿੱਚ ਹੱਥ ਵਟਾਉਂਦੇ ਹਨ ਹਰ ਜਗ੍ਹਾ ਉਹਨਾਂ ਦੇ
his footprints are there everywhere. His footprints are there in Kartarpur. His footprints are there in Khadur. His footprints are there in Goindwal. His footprints are there in Amritsar. Jithe jithe guru gaye han naal ohna de chalde han saya ban ke ohna da badi vaddi seva karde han te guru angad dev maharaj di seva kar kar ke utthe ohna de naal reh ke jadon guriyai guru amardas paatshah nu jandi hai te hukm hunda hai guru angad dev maharaj paso baba budda ji guriyai da tilak tusi lagana hai aad guru da hukm hai mainu vi tusi lagaya si lehne to guru angad tusi banaya hai ਇਹਨਾਂ ਨੂੰ ਵੀ ਅਮਰੂ ਨੂੰ ਵੀ ਤੁਸੀਂ ਅਮਰ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਇਹ ਜਿਹੜਾ ਅਮਰੂ ਨਿਥਾਵਾਂ ਲੋਕ ਕਹਿੰਦੇ ਹਨ ਜਿਸ ਨੂੰ ਤੁਸੀਂ ਇਸਨੂੰ ਗੁਰੂ ਅਮਰਦਾਸ ਦਾ ਤਿਲਕ ਜਿਹੜਾ ਹੈ ਲਗਾ ਕੇ ਇਹਨੂੰ ਗੁਰਿਆਈ ਦੇ ਗੱਦੀ ਬਖਸ਼ਣੀ ਹੈ ਉਸ ਮਹਾਨ ਸ਼ਖਸੀਅਤ ਨੇ ਜਿਹੜੇ ਆਪ ਪੂਰਨ ਤਰ੍ਹਾਂ ਦੇ ਬ੍ਰਹਮ ਗਿਆਨੀ ਸਨ ਮੈਂ ਤੁਹਾਨੂੰ ਇੱਕ ਲਾਈਨ ਸੁਣਾਉਣਾ ਚਾਹੁੰਦਾ ਹਾਂ ਸੂਰਜ ਪ੍ਰਕਾਸ਼ ਤੋਂ ਇਹ ਸੂਰਜ ਪ੍ਰਕਾਸ਼ ਦੀਆਂ ਬਿਗਨਿੰਗ ਰਾਸ ਵਿੱਚੋਂ ਇਹ ਪਹਿਲੀ ਰਾਸ ਵਿੱਚੋਂ ਮੈਂ 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 ਥੋੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਤਨੇ ਵੱਡੇ ਵਰਡ ਉਹਨਾਂ ਪ੍ਰਥਾਈ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਿੱਚ ਦਰਜ ਕੀਤੇ ਹਨ ਹਸਤ ਹਸਤਾ ਮਾਲਕ ਸਮਾਨ ਉਰ ਜਿਨਕੇ ਡਿਡ ਬ੍ਰਹਮ ਗਿਆਨ ਸ਼੍ਰੀ ਬੁੱਢਾ ਸਾਹਿਬ ਭਏ ਨਮੋ ਬੰਦ ਕਰ ਪਾਨ ਹੱਥ ਦੇ ਰੱਖੇ ਓਲੇ ਵਾਂਗ ਬ੍ਰਹਮ ਗਿਆਨੀ ਦ੍ਰਿੜਤਾ ਕਰਨ ਵਾਲੇ ਬ੍ਰਹਮ ਗਿਆਨ ਕਰਨ ਦੇਣ ਵਾਲੇ ਪੂਰਨ ਬ੍ਰਹਮ ਗਿਆਨੀ ਪੁਰਖ ਬਾਬਾ ਬੁੱਢਾ ਜੀ ਐਸੇ ਬਾਬਾ ਬੁੱਢਾ ਜੀ ਹੋਏ ਹਨ ਜੋ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਤੇ ਕਵੀ ਸੰਤੋਖ ਸਿੰਘ ਹੋਰੀ ਨਮਸਕਾਰ ਕਰਦੇ ਹਨ ਇੱਕ ਕਿਸਮ ਦੀ ਵੰਦਨਾ ਹੈ ਉਹਨਾਂ ਦੀ ਤਰਫ ਬਾਬਾ ਬੁੱਢਾ ਦੀ ਤਰਫ ਪੂਰਨ ਬ੍ਰਹਮ ਗਿਆਨੀ ਹਨ ਕਹਿੰਦੇ ਹਨ ਗੁਰਸਿੱਖੀ ਕੀ ਅਵਧ ਅਧਾਰਾ ਜਿਮ ਸਭ ਜਲ ਕੀ ਸਿੰਧ ਅਧਾਰਾ ਮਾਰ ਤੰਡ ਜਿਮ ਤੇਜ ਪ੍ਰਚੰਡ ਜਿਸ ਤਰ੍ਹਾਂ ਸੂਰਜ ਜਿਸ ਤਰ੍ਹਾਂ ਧੁੱਪ ਦਾ ਆਧਾਰ ਸੂਰਜ ਹੈ ਜਿਸ ਤਰ੍ਹਾਂ ਉਸੇ ਤਰ੍ਹਾਂ ਗੁਰਸਿੱਖੀ ਦਾ ਆਧਾਰ ਗੁਰਸਿੱਖ ਹੈ ਹੋਰ ਕੋਈ ਨਹੀਂ ਹੈ ਜਿਸ ਤਰ੍ਹਾਂ ਸੂਰਜ ਜਿਸ ਤਰ੍ਹਾਂ ਰੋਸ਼ਨੀ ਦਾ ਆਧਾਰ ਸੂਰਜ ਹੈ ਉਸ ਤਰ੍ਹਾਂ ਗੁਰਸਿੱਖੀ ਦਾ ਆਧਾਰ ਗੁਰਸਿੱਖ ਹਨ ਤੇ ਗੁਰਸਿੱਖਾਂ ਵਿੱਚੋਂ ਵੱਡੇ ਗੁਰਸਿੱਖ ਪੂਰਨ ਬ੍ਰਹਮ ਗਿਆਨੀ ਇਹ ਬਾਬਾ ਬੁੱਢਾ ਜੀ ਹੋਏ ਹਨ ਅੱਗੇ ਜਾ ਕੇ ਇੱਥੇ ਤੱਕ ਲਿਖੇ ਨੇ ਵਰਡ ਇਹ ਕਵੀ ਸੰਤੋਖ ਸਿੰਘ ਦੀ ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ ਉਸੀ ਤਰ੍ਹਾਂ ਬੜੀਆਂ ਐਗਜ਼ਾਮਪਲ ਦਿੱਤੀਆਂ ਹਨ ਪਹਿਲੇ ਮੈਂ ਉਨੀਆਂ ਸਾਰੀਆਂ ਐਗਜ਼ਾਮਪਲ ਦੇਣਾ ਨਹੀਂ ਚਾਹੁੰਦਾ ਬਹੁਤ ਲੰਬੀ ਕਥਾ ਹੋ ਜਾਏਗੀ ਫਿਰ ਉੱਥੇ ਕਹਿੰਦੇ ਨੇ ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ ਸਿੱਖੀ ਕੇ ਆਧਾਰ ਗੁਣ ਖਾਨੀ ਤਿਨਕੋ ਸੁਜਮ ਕਹੋਲ ਕਹੀਏ ਜੀਵਨ ਮੁਕਤ ਅਵਸਥਾ ਲਈ ਹੈ ਇਹੋ ਜਿਹੇ ਵੱਡੇ ਬ੍ਰਹਮ ਗਿਆਨੀ ਹੋਏ ਹਨ ਜਿਹਨਾਂ ਨੇ ਜੀਂਦਿਆਂ ਹੋਇਆਂ ਜੀਵਨ ਮੁਕਤ ਦੀ ਅਵਸਥਾ ਪ੍ਰਾਪਤ ਕੀਤੀ ਹੈ 124 125 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕੀਤਾ ਹੈ ਉਹਨਾਂ ਨੇ ਇਥੋਂ 6 ਗੁਰੂਆਂ ਦੇ ਦਰਸ਼ਨ ਕੀਤੇ ਹਨ ਤੇ ਇਹੋ ਜਿਹੇ ਵੱਡੇ ਸ਼ਖਸੀਅਤ ਦੇ ਦਰਸ਼ਨ ਮੈਂ ਅੱਜ ਤੁਹਾਨੂੰ ਕਰਾਣੇ ਹਨ ਉਹਨਾਂ ਦੀਆਂ ਜੀਵਨ ਤੋਂ ਥੋੜੀਆਂ ਝਲਕੀਆਂ ਮੈਂ ਤੁਹਾਨੂੰ ਦੇਣੀਆਂ ਹਨ ਆਈ ਵਿਲ ਸਟਾਪ ਫਾਰ ਅ ਫਿਊ ਮਿੰਟਸ ਐਂਡ ਸੀ ਇਫ ਐਨੀਬਡੀ ਹੈਜ਼ ਐਨੀ ਕੁਐਸਚਨਸ ਅਦਰਵਾਈਜ਼ ਆਈਲ ਕੰਟੀਨਿਊ ਟਾਕਿੰਗ ਅਬਾਊਟ ਹਿਮ ਫਾਰ ਅ ਲਿਟਲ ਬਾਈਟ ਵਾਲ ਹਾਂਜੀ ਲੈਟ ਮੀ ਸੀ ਇਫ ਐਨੀਬਡੀ ਹੈਜ਼ ਐਨੀ ਕੁਐਸਚਨਸ ਆਈ ਵਿਲ ਵੇਟ ਅ ਫਿਊ ਸੈਕਿੰਡਸ ਐਂਡ ਸੀ any kind of questions or anything like that ji no nothing okay ji guru angad dev maharaj di seva kar kar ke utthe khadur to jadon guru amardas sahib manu guriyai mili te oh guriyai jadon mili jadon unna nu te guriyai milan to baad guru amardas paatshah goindwal settle ho gaye baba buddha ji vi goindwal sahib aa gaye guru ghar di stell seva vich lagde han langar di seva karde han ਬਾਣੀ ਦੀ ਸੇਵਾ ਕਰਦੇ ਹਨ ਤੇ ਸੇਵਾ ਕਰਦਿਆਂ 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 ਮਨ ਚ ਵਿਚਾਰ ਆਇਆ ਗੁਰੂ ਅਮਰਦਾਸ ਕਿ ਇੱਥੇ ਬਾਉਲੀ ਸਾਹਿਬ ਦੀ ਸੇਵਾ ਕਰਾਈ ਜਾਵੇ ਇੱਕ ਇਸ਼ਨਾਨ ਕੁੰਡ ਦੀ ਜਗ੍ਹਾ ਬਣਾਈ ਜਾਵੇ ਜਿਹੜਾ ਕਿ ਪਵਿੱਤਰ ਹੋਵੇ ਜਿੱਥੇ ਕੋਈ ਆ ਕੇ ਗੁਰੂ ਕਾ ਸਿੱਖ ਜਿਹੜਾ ਹੈ ਇਸ਼ਨਾਨ ਕਰੇ ਤੇ ਨਾਲ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਸਮਝੇ ਬਾਣੀ ਨਾਲ ਜੁੜੇ ਤੇ ਇਹ ਬਾਉਲੀ ਸਾਹਿਬ ਦੀ ਸੇਵਾ ਵੀ ਕਿਹਦੇ ਹੱਥੋਂ ਕਰਾਈ ਜਾਏ ਕਿ ਕਿਹਦੇ ਹੱਥ ਲੱਗਣ ਇਸ ਨੂੰ ਪਹਿਲੇ ਇਤਿਹਾਸਕਾਰ ਮੰਨਦੇ ਹਨ ਕਿ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਰਿਕੁਐਸਟ ਕੀਤੀ ਹੱਥ ਜੋੜ ਕੇ ਉਹਨਾਂ ਨੇ ਕਿਹਾ ਕਿ ਬਾਬਾ ਬੁੱਢਾ ਜੀ ਤੁਸੀਂ ਬਾਉਲੀ ਸਾਹਿਬ ਦੀ ਸੇਵਾ ਜਿਹੜੀ ਹੈ ਤੁਸੀਂ ਆਰੰਭ ਕਰਵਾਓ ਤੁਹਾਡੇ ਨੇਕ ਹੱਥਾਂ ਚੋਂ ਕੰਮ ਸ਼ੁਰੂ ਹੋਵੇ ਬਹੁਤ ਵੱਡੇ ਬ੍ਰਹਮ ਗਿਆਨੀ ਆਪ ਬਾਣੀ ਪੜ੍ਹਨ ਵਾਲੇ ਬਾਣੀ ਸਮਝਣ ਵਾਲੇ ਔਰ ਨੇਕ ਔਰ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ ਆਪ ਬਾਉਲੀ ਸਾਹਿਬ ਦੀ ਸੇਵਾ ਉਹਨਾਂ ਦੀ ਅੱਖਾਂ ਦੇ ਥੱਲੇ ਨਿਗਰਾਨੀ ਵਿੱਚ ਹੋਈ ਬਾਉਲੀ ਸਾਹਿਬ ਦੀ ਸੇਵਾ ਮੁਕੰਮਲ ਹੋਈ ਸਾਰੀ
ਸਾਰੀ ਸਿੱਖ ਜਗਤ 'ਚ ਬੜੀ ਪ੍ਰਸੰਨਤਾ ਫੈਲੀ ਇਸ ਗੱਲ ਦੀ। ਤੇ ਉਸ ਤੋਂ ਬਾਅਦ ਜਦੋਂ ਉੱਥੋਂ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕਰਕੇ ਹੁਣ ਮਿਡਲ ਏਜ ਵਿੱਚ ਆ ਗਏ ਹੋਣੇ ਨੇ ਇਸ ਟਾਈਮ ਤੱਕ, ਤੇ ਉਸ ਤੋਂ ਬਾਅਦ ਸੇਵਾ ਜਿਹੜੀ ਹੈ ਗੁਰੂ ਰਾਮਦਾਸ ਪਾਤਸ਼ਾਹ ਕੋਲ ਪਾਤਸ਼ਾਹੀ ਚਲੀ ਗਈ। ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਤਿਲਕ ਜਿਹੜਾ ਹੈ ਉਹ ਵੀ ਬਾਬਾ ਬੁੱਢਾ ਜੀ ਨੇ ਲਗਾਇਆ, ਉਹ ਵੀ ਉਹ ਮਾਣ ਵੀ ਇਹਨਾਂ ਨੂੰ ਪ੍ਰਾਪਤ ਹੋਇਆ। ਗੁਰਿਆਈ ਜਦੋਂ ਸੋਢੀਆਂ ਕੋਲ ਗਈ, ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਦੋਂ ਗੁਰਿਆਈ ਬਖਸ਼ੀ ਜਦੋਂ, ਤੇ ਜਦੋਂ ਮਨ ਚ ਵਿਚਾਰ ਆਇਆ ਕਿ ਹੁਣ ਸਰੋਵਰ ਦੀ ਖੁਦਾਈ ਸ਼ੁਰੂ ਕਰਨੀ ਹੈ ਅੰਮ੍ਰਿਤਸਰ ਸਾਹਿਬ, ਤੇ ਸਰੋਵਰ ਦੀ ਖੁਦਾਈ ਜਦੋਂ ਸ਼ੁਰੂ ਕਰਵਾਈ ਜਦੋਂ, ਤੇ ਉਹ ਵੀ ਬਾਬਾ ਬੁੱਢਾ ਜੀ ਦੇ ਹੱਥੋਂ ਸ਼ੁਰੂ ਕਰਵਾਈ ਸਰੋਵਰ ਦੀ ਖੁਦਾਈ। ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਠੀਕ ਹੈ ਉਹਨਾਂ ਨੂੰ ਬੁਲਾਇਆ ਗਿਆ ਮੀਆਂ ਮੀਰ ਉਹਨਾਂ ਨੂੰ, ਲੇਕਿਨ ਜਿਹੜੀ ਸਰੋਵਰ ਦੀ ਖੁਦਾਈ ਹੈ ਇਹ ਬਾਬਾ ਬੁੱਢਾ ਜੀ ਦੇ ਹੱਥੋਂ ਸ਼ੁਰੂ ਕਰਵਾਈ। ਹੁਣ ਵੀ ਤੁਸੀਂ ਜਦੋਂ ਐਂਟਰ ਕਰੋਗੇ, ਜਦੋਂ ਜਦੋਂ ਪਰਿਕਰਮਾ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਦੋਂ ਜਦੋਂ ਘੰਟਾ ਘਰ ਪਾਸੋਂ ਐਂਟਰ ਕਰੋਗੇ, ਅਗਰ ਲੈਫਟ ਨਾ ਮੁੜ ਕੇ ਅਗਰ ਤੁਸੀਂ ਰਾਈਟ ਦੀ ਤਰਫ ਜਾਓ, ਤੇ ਬਾਬਾ ਬੁੱਢਾ ਜੀ ਦੀ ਬੇਰੀ ਦਾ ਪੇੜ ਹਾਲੇ ਵੀ ਹੈ ਉੱਥੇ, ਜਿੱਥੇ ਹੁਣ ਵੀ ਬੜੇ ਸਾਰੇ ਬਰਡਸ ਆ ਕੇ ਬੈਠੇ ਰਹਿੰਦੇ ਨੇ, ਔਰ ਇੱਕ ਬੜੀ ਸ਼ਾਂਤੀ ਦਾ ਉੱਥੇ ਹੈ। ਉੱਥੇ ਮਹਾਰਾਜ ਬਾਬਾ ਬੁੱਢਾ ਜੀ ਆਪ ਉੱਥੇ ਬੈਠ ਕੇ ਤੇ ਉਹਨਾਂ ਦੀ ਨਿਗਰਾਨੀ ਦੇ ਥੱਲੇ ਇਹ ਸਾਰੀ ਸੇਵਾ ਉਹਨਾਂ ਨੇ ਕਰਾਉਂਦੇ ਸਨ। ਇਹ ਮਹਾਨ ਸੇਵਾ ਦਾ ਕ੍ਰੈਡਿਟ ਜਿਹੜਾ ਵੀ ਉਹਨਾਂ ਨੂੰ ਜਾਂਦਾ ਹੈ ਸਾਰਾ। ਤੇ ਬਾਣੀ ਨਾਲ ਬਹੁਤਾ ਪਿਆਰ ਸੀ ਉਹਨਾਂ ਦਾ, ਬਾਣੀ ਪੜ੍ਹਨੀ, ਬਾਣੀ ਪੜਵਾਉਣੀ, ਅੱਖਰੀ ਜਿਹੜੇ ਹੈ ਅੱਖ ਸਮਝਾਣੇ ਜਿਹਨਾਂ ਨੂੰ, ਤੇ ਇਹ ਪਿਆਰ ਦੇਖ ਕੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਖੁਸ਼ ਹੁੰਦੇ ਸਨ। ਤੇ ਅੱਗੇ ਜਾ ਕੇ ਜਦੋਂ ਗੁਰਿਆਈ ਜਦੋਂ ਅੱਗੇ ਚਲੀ ਗਈ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰਿਆਈ ਪਹੁੰਚੀ, ਤੇ ਜਦੋਂ ਇਹ ਮਨ ਚ ਵਿਚਾਰ ਬਣਿਆ ਜਦੋਂ ਕਿ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜਨਾ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤਿਆਰ ਕਰਨੀ ਹੈ, ਤੇ ਮਨੋ ਨਾ ਮਨੋ ਕਈ ਹੁਣ ਇਤਿਹਾਸਕਾਰ ਕਹਿੰਦੇ ਹਨ ਨਹੀਂ ਹੋਇਆ ਹੈ, ਬਟ ਜੋ ਮੈਂ ਜੋ ਪੁਰਾਣੇ ਇਤਿਹਾਸ ਲਿਖਿਆ ਹੋਇਆ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਕਿ ਮਹਾਰਾਜ ਜਿਹੜੇ ਪੋਥੀਆਂ ਲੈਣ ਗਏ ਬਾਬਾ ਮੋਹਨ ਜੀ ਕੋਲੋਂ, ਜਿਹੜੇ ਗੁਰ ਜਿਹੜੀ ਜਿਹਨਾਂ ਨੂੰ ਅਸੀਂ ਗੋਇੰਦਵਾਲ ਪੋਥੀਆਂ ਕਹਿੰਦੇ ਹਾਂ, ਜਿਹਨਾਂ ਦੀਆਂ ਕਾਪੀ ਹੁਣ ਵੀ ਮੌਜੂਦ ਹੈ, ਜਿਹਨਾਂ ਦੀ ਪਹਿਲੇ ਜਿਹੜੀਆਂ ਤਿੰਨ ਗੁਰੂਆਂ ਦੀਆਂ ਬਾਣੀਆਂ ਜਿਹੜੀਆਂ ਹਨ ਮੌਜੂਦ ਹਨ ਉਹਨਾਂ ਵਿੱਚ, ਤੇ ਉਹ ਜਦੋਂ ਪੋਥੀਆਂ ਲੈਣ ਗਏ ਜਦੋਂ, ਤੇ ਉਹ ਪੋਥੀਆਂ ਲੈਣ ਦੇ ਟਾਈਮ ਵੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨਾਲ ਗਏ। ਇੱਥੇ ਤੱਕ ਇਤਿਹਾਸ ਲਿਖਿਆ ਹੋਇਆ ਹੈ ਕਿ ਮਹਾਰਾਜ ਨੇ ਹੁਕਮ ਕੀਤਾ ਕਿ ਬਾਬਾ ਬੁੱਢਾ ਜੀ ਜਦੋਂ ਇਹ ਪੋਥੀਆਂ ਅਸੀਂ ਬਾਬਾ ਮੋਹਨ ਜੀ ਕੋਲ ਲੈ ਕੇ ਵਾਪਸ ਅੰਮ੍ਰਿਤਸਰ ਜਾਣੀਆਂ ਹਨ, ਤੇ ਤੁਸੀਂ ਜਿਹੜੇ ਇਹ ਮੰਜੀ ਸਾਹਿਬ ਜਿਹੜੀ ਚੁੱਕਣੀ ਜਿਹੜੀ ਹੈ ਅਗਲਾ ਮੋਢਾ ਜਿਹੜਾ ਵੇ ਤੁਸੀਂ ਦੇਣਾ ਹੈ, ਤੁਸੀਂ ਇਹ ਤੁਹਾਡੇ ਮੋਢੇ ਤੇ ਤੁਹਾਡੇ ਲੈਫਟ ਸਾਈਡ ਤੇ ਜਾਂ ਰਾਈਟ ਸਾਈਡ ਦੇ ਮੋਢੇ ਵਿੱਚ ਇਹ ਪੋਥੀਆਂ ਜਾਣਗੀਆਂ, ਇਹ ਤੁਹਾਡੇ ਪਵਿੱਤਰ ਹੱਥਾਂ ਨਾਲ ਲੈ ਕੇ ਜਾਣੀਆਂ ਹਨ। ਅਸੀਂ ਇਤਿਹਾਸ ਲਿਖਿਆ ਮਿਲਦਾ ਹੈ ਕਿਸੇ ਨੂੰ ਛੂਹ ਨਹੀਂ ਦਿੱਤੀਆਂ ਉਹਨਾਂ ਨੇ। ਬਾਬਾ ਬੁੱਢਾ ਜੀ ਇੱਕ ਤਰਫ ਹੈਣ, ਇੱਕ ਤਰਫ ਗੁਰੂ ਅਰਜਨ ਦੇਵ ਮਹਾਰਾਜ ਹੈ, ਇੱਕ ਤਰਫ ਛੋਟੇ ਛੋਟੇ ਬਾਲਪਨ ਦੀ ਉਮਰ ਗੁਰੂ ਹਰਗੋਬਿੰਦ ਹੈ, ਤੇ ਇੱਕ ਤਰਫ ਭਾਈ ਗੁਰਦਾਸ ਹਨ। ਇਹ ਚਾਰ ਬੰਦਿਆਂ ਨੇ ਇਹ ਪੋਥੀਆਂ ਜਿਹੜੀਆਂ ਹਨ ਇਹ ਅੰਮ੍ਰਿਤਸਰ ਰਾਮਸਰ ਲੈ ਕੇ ਗਏ, ਜਿੱਥੇ ਜਿੱਥੇ ਬੀੜ ਦੀ ਕੰਮ ਸ਼ੁਰੂ ਜਿੱਥੇ ਹੋਇਆ, ਜਿੱਥੇ ਕੰਪਲੇਸ਼ਨ ਬੀੜ ਦੀ ਸ਼ੁਰੂ ਹੋਈ, ਜਿੱਥੇ ਉੱਥੇ ਵੀ ਇਹਨਾਂ ਦੇ ਮੁਬਾਰਕ ਹੱਥਾਂ ਤੋਂ, ਇਹਨਾਂ ਦੇ ਮੁਬਾਰਕ ਮੋਢਿਆਂ ਤੋਂ ਜਿਹੜੀ ਉਹ ਗੋਇੰਦਵਾਲ ਪੋਥੀਆਂ ਜਿਹੜੀਆਂ ਹਨ ਜਿਹੜੀਆਂ ਬਾਬਾ ਮੋਹਨ ਜੀ ਹੋਰਾਂ ਕੋਲ ਲੈ ਕੇ ਅੰਮ੍ਰਿਤਸਰ ਪੁੱਜੀਆਂ, ਉਹ ਵੀ ਇਹਨਾਂ ਦੇ ਹੱਥੋਂ ਕੰਮ ਹੋਇਆ। ਆਈ ਐਮ ਜਸਟ ਟ੍ਰਾਇੰਗ ਟੂ ਪ੍ਰੂਵ ਮਾਈ ਪੁਆਇੰਟ ਕਿ ਉਸ ਇਸ ਚੀਜ਼ ਦਾ ਬੜਾ ਮਾਣ ਮਹਿਸੂਸ ਕਰਦੇ ਸਨ ਲੋਕ, ਹੁਣ ਨਹੀਂ ਰਿਹਾ ਇੰਨਾ, ਮੈਂ ਪਹਿਲੇ ਵੀ ਕਿਹਾ ਉਸ ਗੱਲ ਦੇ ਬੜਾ ਹੁੰਦਾ ਸੀ ਵੀ ਇਹ ਸੁੱਚੀ ਕਮਾਈ ਇਹਨਾਂ ਦੀ ਹੈ, ਬੜੇ ਬੰਦਗੀ ਵਾਲੇ ਹੈਣ ਪੁਰਖ, ਇਹਨਾਂ ਦੇ ਹੱਥੋਂ ਹੋਵੇ ਕੰਮ, ਇਹਨਾਂ ਦੇ ਕੋਲੋਂ ਕੀਰਤਨ ਸਿੱਖਣਾ, ਜਿਹੜੇ ਆਪ ਜੁੜੇ ਹੋਏ ਹਨ ਉਹਨਾਂ ਦਾ ਕੀਰਤਨ ਦਾ ਅਸਰ ਜ਼ਿਆਦਾ ਹੁੰਦਾ ਹੈ, ਉਹਨਾਂ ਕੋਲ ਬਾਣੀ ਸਿੱਖਣੀ, ਜਿਹੜੇ ਆਪ ਬੰਦਗੀ ਵਾਲੇ ਹੈ ਜਿਹੜੇ ਉਹਨਾਂ ਕੋਲ ਬਾਣੀ ਸਿੱਖਣੀ, ਉਹ ਫਿਰ ਅਕੈਡੈਮਿਕ ਨਹੀਂ ਹੋ ਜਾਂਦਾ, ਉਹ ਫਿਰ ਪ੍ਰਮਾਤਮਾ ਤਰਫ ਧਿਆਨ ਜ਼ਿਆਦਾ ਲੱਗਦਾ ਹੈ ਉਹਦਾ, ਇਹ ਆਬਵੀਅਸ ਗੱਲ ਹੈ ਸਾਰਿਆਂ ਤੋਂ। ਤੇ ਉੱਥੇ ਜਦੋਂ ਗੋਇੰਦ ਲਿਆ ਕੇ ਜਦੋਂ ਰਾਮਸਰ ਸਾਹਿਬ ਪਹੁੰਚੇ ਉੱਥੋਂ, ਤੇ ਬੀੜ ਦੀ ਜਦੋਂ ਬੀੜ ਸਾਹਿਬ ਦੀ ਜਿਹੜੀ ਕੰਪਲੇਸ਼ਨ ਜਿਹੜੀ ਹੈ ਸ਼ੁਰੂ ਹੋਈ ਜਦੋਂ, ਤੇ ਉੱਥੇ ਫਿਰ ਮੈਂ ਕਥਾ ਜਿਹੜੀ ਹੈ ਮੈਂ ਤੁਹਾਨੂੰ ਸੂਰ ਪ੍ਰਕਾਸ਼ ਸੁਣਾਵਾਂਗਾ ਕਿ ਉਹਨਾਂ ਜਿਹੜੀ 4-5 ਦਿਨ ਤੋਂ ਪਹਿਲੇ ਜਿਹੜੀ ਜਿਹੜਾ ਵਾਕਿਆ ਜੋ ਬੀਤਿਆ ਜਦੋਂ ਉਹਨਾਂ ਦਿਨਾਂ ਵਿੱਚ। ਤੇ ਇੱਕ ਦੇਖੋ ਨਾਲ ਨਾਲ ਕੰਪਲੇਸ਼ਨ ਬੀੜ ਸਾਹਿਬ ਦੀ ਸ਼ੁਰੂ ਹੁੰਦੀ ਆ, ਆਦਿ ਗ੍ਰੰਥ ਦੀ ਸ਼ੁਰੂ ਹੁੰਦੀ ਹੈ, ਤੇ ਹਰਿਮੰਦਰ ਸਾਹਿਬ ਦੀ ਸੇਵਾ ਨਾਲ ਨਾਲ ਕਰਵਾਉਂਦੇ ਹਨ, ਜਿਹੜਾ ਹਰਿਮੰਦਰ ਜਿਹੜਾ ਸਰੋਵਰ ਦੇ ਵਿੱਚ ਬਣਿਆ, ਤੇ ਹਰ ਕੀ ਪੌੜੀ ਸਾਰੀ ਜਿਹੜੀ ਕੰਸਟਰਕਸ਼ਨ ਜਿਹੜੀ ਹੈ ਹਰਿਮੰਦਰ ਸਾਹਿਬ ਦੀ, ਜਿਹੜੀ ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਵੀ ਉੱਥੇ ਬੀੜ ਸਾਹਿਬ ਦੀ ਕੰਪਲੇਸ਼ਨ ਵਿੱਚ ਬਾਬਾ ਭਾਈ ਗੁਰਦਾਸ ਬੈਠ ਨਾਲ ਬੈਠਦੇ ਹਨ, ਤੇ
ਜਿਹੜਾ ਵੈ ਸਰੋਵਰ ਦਾ ਕੰਮ ਤੇ ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਦਾ ਕੰਮ ਜਿਹੜਾ ਵੈ ਉਹ ਸਾਰਾ ਦਾ ਸਾਰੀ ਟਹਿਲ ਸੇਵਾ ਜਿਹੜੀ ਹੈ ਉਹ ਬਾਬਾ ਬੁੱਢਾ ਜੀ ਨੂੰ ਬਖਸ਼ੀ ਜਾਂਦੀ ਹੈ। ਇਹ ਮਹਾਨ ਬ੍ਰਹਮ ਗਿਆਨੀ ਹੋਣ ਕਾਰਨ ਉਹਨਾਂ ਨੂੰ ਬਖਸ਼ੀ ਗਈ ਸੇਵਾ ਹੈ, ਉੱਥੇ ਬੈਠ ਕੇ ਸੇਵਾ ਕਰਦੇ ਹਨ ਤੇ ਇਹ ਉਹ ਸਥਾਨ ਬਣ ਰਿਹਾ ਹੈ ਜਿਸ ਸਥਾਨ ਤੇ ਹੁਣ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਜਿੱਥੇ ਸਥਾਪਿਤ ਹੋਣੀ ਹੈ। ਦੇਖੋ ਮੈਂ ਪਹਿਲੇ ਵੀ ਕਿਹਾ ਸੀ ਕਿ ਹਰਿਮੰਦਰ ਸਾਹਿਬ ਦੇ ਗੁਰਦੁਆਰੇ ਅੰਦਰ ਕਿਸੇ ਗੁਰੂ ਦਾ ਕੋਈ ਜਨਮ ਨਹੀਂ ਹੋਇਆ, ਅੰਦਰ ਕਿਸੇ ਗੁਰੂ ਦੇ ਕੋਈ ਜੋਤੀ ਜੋਤ ਨਹੀਂ ਸਮਾਏ, ਕੋਈ ਕਿਸੇ ਗੁਰੂ ਨੂੰ ਗੁਰਿਆਈ ਨਹੀਂ ਮਿਲੀ ਉੱਥੇ, ਕੋਈ ਕਿਸੇ ਦਾ ਜਨਮ ਨਹੀਂ ਹੋਇਆ, ਗੁਰਿਆਈ ਨਹੀਂ ਮਿਲੀ, ਕਿਸੇ ਬੇਟੇ ਦਾ ਜਨਮ ਨਹੀਂ ਹੋਇਆ, ਕੋਈ ਵੱਡਿਆ ਕੋਈ ਇਤਿਹਾਸਿਕ ਕੰਮ ਨਹੀਂ ਹੋਏ ਅੰਦਰ, ਕੋਈ ਅੰਦਰ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਕਿ ਕੋਈ ਹਿਸਟੋਰੀਕਲ ਚੀਜ਼ ਕੋਈ ਹੋਈ। ਇਤਨਾ ਸੋਹਣਾ ਜਿਹੜਾ ਹਰਿਮੰਦਰ ਸਾਜਿਆ ਉਹਨਾਂ ਨੇ ਕਿ ਉਹਨਾਂ ਨੂੰ ਸਪੈਸ਼ਲ ਜਗ੍ਹਾ ਚਾਹੀਦੀ ਸੀ ਇਹ ਪੋਥੀ ਨੂੰ ਰੱਖਣ ਵਾਸਤੇ, ਇਸ ਪੋਥੀ ਨੂੰ ਸਥਾਪਿਤ ਕਰਨ ਵਾਸਤੇ। ਤੇ ਮੈਂ ਤੁਹਾਨੂੰ ਸੂਰਜ ਪ੍ਰਕਾਸ਼ ਤੋਂ ਉਹਨਾਂ ਅਗਲੀਆਂ 3 ਦਿਨਾਂ ਦੀਆਂ ਥੋੜਾ ਜਿਹਾ ਝਲਕਾ ਦੇਣਾ ਚਾਹੁੰਦਾ ਹਾਂ ਇਨਸਟੈਡ ਆਫ ਮੀ ਸਪੀਕਿੰਗ ਐਂਡ ਐਂਡ ਟ੍ਰਾਂਸਲੇਟਿੰਗ। ਤੇ ਮੈਂ ਲੈਟ ਮੀ ਹੈਵ ਕਵੀ ਸੰਤੋਖ ਸਿੰਘ ਜੀ ਟੇਕ ਓਵਰ, ਯੂ ਨੋ, ਐਂਡ 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 ਆਈ ਵੁਡ ਲਾਈਕ ਟੂ ਗੋ ਓਵਰ ਦੋਸ ਇਹ ਜਿਹੜੀਆਂ ਬ੍ਰਜ ਵਿੱਚ ਲਾਈਨਾਂ ਜਿਹੜੀਆਂ ਹਨ ਐਂਡ 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 ਟ੍ਰਾਈ ਟੂ ਗੋ ਓਵਰ ਉਸ ਦਿਨ ਦਾ ਇਤਿਹਾਸ। ਆਲ ਸਟਾਪ ਫॉर ਅ ਫਿਊ ਸੈਕਿੰਡਸ ਐਂਡ ਸੀ ਇਫ ਸਮਬਡੀ ਹੈਜ਼ ਐਨੀ ਕੁਐਸਚਨਸ অর ਨਾਟ ਸੋ ਫਾਰ। ਗਿਵ ਮਾਈ ਵੌਇਸ ਅ ਰੈਸਟ ਫॉर ਲਾਈਕ 5-6-8 ਸੈਕਿੰਡਸ অর ਸੋ। ਹਾਂਜੀ, ਕੋਈ ਕੁਐਸਚਨ ਹੋਵੇ ਤਾਂ ਜਰੂਰ ਪੁੱਛੋ ਜੀ। ਓਕੇ ਜੀ, ਕੋਈ ਕੁਐਸਚਨ ਨਹੀਂ ਹੈ। ਵੀਰ ਜੀ, ਕੁਐਸਚਨ ਇਨਾ ਕੁਐਸਚਨ ਵੀ ਹੈ, ਬਟ ਇੱਕ ਚੀਜ਼ ਇਹ ਹੈ ਕਿ ਬਾਬਾ ਬੁੱਢਾ ਜੀ ਸਫਰ ਦ ਟਰਾਮਾ ਆਫ ਸੀਇੰਗ ਹਿਸ ਸਾਰਾ ਪਿੰਡ ਡਿਸਟਰੋਇਡ ਜਾਂ ਸਾਰੀ ਫਸਲ ਡਿਸਟਰੋਇਡ। ਯੈਸ, ਉਹ ਜੋ ਮਨ ਦੇ ਵਿੱਚ ਜੋ ਡਰ ਪੈਦਾ ਹੋਇਆ ਉਹ ਬਾਬਾ ਜੀ ਕੋਲ ਆ ਕੇ ਗੁਰਬਾਣੀ ਐਕਚੁਲੀ ਹੈਲਪ ਹਿਮ ਟੇਕ ਦੈਟ ਫੀਅਰ ਆਊਟ ਆਫ ਹਿਸ ਸੈਲਫ ਐਂਡ ਗੋਜ਼ ਟੂ ਸ਼ੋ ਕਿ ਕਿੰਨੀ ਬਾਣੀ ਦਾ ਕਿੰਨਾ ਸਾਡੇ ਅੰਦਰ ਇਫੈਕਟ ਹੋ ਜਾਂਦਾ ਹੈ। ਔਰ ਤਾਂ ਹੀ ਜਿਹੜਾ ਹੁਣ ਚਾਈਨਾ ਦੇ ਵਿੱਚ ਜਾ ਕੇ ਉੱਥੇ ਉੱਪਰ ਬੈਠ ਕੇ ਤੇ ਲੜਾਈਆਂ ਕਰਦੇ ਪਏ ਨੇ, ਜਾਂ ਵੀ ਹੈਵ ਬੀਨ ਡੂਇੰਗ ਦਿਸ ਫੋਰ ਐਂਡ ਸੋ ਬਾਣੀ ਦਾ ਅਸਰ ਹੈ। ਦੂਜਾ ਇਹ ਹੈ ਕਿ ਦ ਏਜ ਐਟ ਵਿਚ ਹੀ ਸਟਾਰਟਿਡ 5 or 6 years ਆਫ ਏਜ ਐਂਡ ਇਟ ਸ਼ੋਜ਼ ਦੈਟ ਚਿਲਡਰਨ ਦੇ ਵਿੱਚ ਜੇ ਅਸੀਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਨੈਕਸਟ ਪਨੀਰੀ ਜਿਹੜੀ ਹੈਗੀ ਆਪਣੇ ਵਾਸਤੇ ਤੇ ਚਲੋ ਹੁਣ ਜੋ ਕਰਦੇ ਪਏ ਕਰਦੇ ਪਏ, ਬਟ ਨੈਕਸਟ ਪਨੀਰੀ ਵਾਸਤੇ ਵੀ ਦ ਇਫ ਯੂ ਸਟਾਰਟ ਐਟ ਦੈਟ ਏਜ ਦ ਪਾਸਿਬਿਲਿਟੀ ਆਫ ਆਫ ਅਟੇਨਿੰਗ ਕਲੋਜ਼ਨੈਸ ਟੂ ਦ ਗੁਰੂ ਦ ਇਟ ਬਿਕਮਸ ਲਿਟਲ ਬੈਟਰ, ਨਾਟ ਦੈਟ ਲੇਟਰ ਏਜ ਦੇ ਵਿੱਚ ਨਹੀਂ ਪ੍ਰਾਪਤੀ ਹੋ ਸਕਦੀ। ਸੋ couple of thoughts or question te nahi hai mann de vich do dar maine ek aur question about that ki agar young age vich and that matters a lot veer ji ki if you and I can give you some example, main do example de sakda ki if somebody is 60 years old and wants to study this 100 books, you know, I mean it's difficult to do at a certain age until you get an early start, you know. ਕਈ ਵਾਰੀ ਆ ਕੇ ਬੰਦੇ ਕਲਾਸ ਤੋਂ ਬਾਹਰ ਵੀ KCF ਗੁਰਦੁਆਰੇ ਕੁਐਸਚਨ ਪੁੱਛਦੇ ਹਨ ਵੀ ਤੁਸੀਂ ਕਿਹੜੀ ਕਿਤਾਬਾਂ ਪੜ੍ਹਦੇ ਹੋ ਜੀ, ਸਾਨੂੰ ਦੱਸੋ, ਅਸੀਂ ਵੀ ਪੜ੍ਹਨਾ ਚਾਹੁੰਦੇ ਹਾਂ ਉਹ ਕਿਤਾਬਾਂ। ਮੈਂ ਕਿਹਾ ਹੁਣ ਇੱਕ ਨਹੀਂ ਹੈ, ਬੜੀਆਂ ਹਨ, ਯੂ ਨੋ, ਸੋ ਹਾਊ ਵਿਲ ਯੂ ਯੂ ਹੈਵ ਟੂ ਫਾਈਂਡ ਟਾਈਮ ਟੂ ਰੀਡ ਦੈਮ ਨਾਓ, ਯੂ ਨੋ, ਯੂ ਸ਼ੁਡ ਹੈਵ ਸਟਾਰਟਡ ਲਿਟਲ ਅਰਲੀਅਰ। ਮੈਂ ਕਿਹਾ ਵੁੱਡ ਹੈਵ ਗਿਵਨ ਯੂ ਲਿਟਲ ਮੋਰ ਟਾਈਮ। ਬਿਲਕੁਲ ਠੀਕ ਕਿਹਾ ਹੈ, ਅਰਲੀਅਰ ਦਾ ਸਟਾਰਟ ਅਰਲੀਅਰ, ਬਿਲਕੁਲ ਐਬਸੋਲੂਟਲੀ 100% ਰਾਈਟ ਇਫ ਯੂ ਕੈਚ ਦੈਮ ਯੰਗ। ਔਰ ਇੱਕ ਟਾਈਮ ਆਉਂਦਾ ਵੀਰ ਜੀ ਕਿ ਉਹ ਰਾਈਟ ਏਜ ਹੁੰਦੀ, ਉਸ ਤੋਂ ਬਾਅਦ ਅਗਰ ਇਫ ਯੂ, ਮੈਂ ਗੁਰਦੁਆਰੇ ਇੰਨੇ ਸਾਲਾਂ ਤੋਂ ਦੇਖਦਾ ਪਿਆ, ਪੰਜਾਬੀ ਸਕੂਲਾਂ ਨੂੰ ਇਨਵੋਲਵ ਰਿਹਾ ਪੜ੍ਹਾਈ ਪੜ੍ਹਾਉਣ ਵਿੱਚ ਐਂਡ ਐਵਰੀਥਿੰਗ, ਮੈਂ ਦੇਖਿਆ ਕਿ ਇਫ ਯੂ ਕੈਚ ਦੇਮ ਐਟ ਅ ਸਰਟਨ ਏਜ ਦੋ ਦੈਨ ਦੈਨ ਇਟਸ ਇਟਸ ਡਿਫਰੈਂਟ। ਇਫ ਯੂ ਡੂ ਨਾਟ ਕੈਚ ਦੇਮ ਐਟ ਅ ਸਰਟਨ ਏਜ, ਵੰਸ ਦੇ ਬਿਕਮ ਅ ਸਰਟਨ ਏਜ ਤੋਂ ਬਾਹਰ, ਦੈਨ ਇਟਸ ਬਿਕਮਸ ਵੈਰੀ ਡਿਫੀਕਲਟ ਟੂ ਬ੍ਰਿੰਗ ਦੈਮ ਬੈਕ ਇਨ ਟੂ ਦਾ ਫੋਲਡ। ਫਿਰ ਕੋਈ ਗੁਰੂ ਦੀ ਕਿਰਪਾ ਹੋਵੇ ਅਗਰ ਕਿਸੇ ਸਤਸੰਗ ਵਿੱਚ ਜਾਏ ਕਿ ਉਹ ਜੇ ਸਤਸੰਗ ਮਿਲੇ ਉਹਨਾਂ ਨੂੰ ਤਾਂ ਅਸਰ ਪੈਂਦਾ, ਨਹੀਂ ਤੇ ਯੰਗ ਏਜ ਵਿੱਚ ਇਫ ਦੇ ਆਰ ਕਾਟ ਯੰਗ ਏਜ ਵਿੱਚ ਅਗਰ, ਲੇਕਿਨ ਇਹ ਤਾਂ ਹੋ ਸਕਦਾ ਵੀਰ ਜੀ ਜਦੋਂ ਮਾਪਿਓ ਉਹ ਜੇ ਹੋਣ ਤਾਂ, ਹੈ ਨਾ। ਸਭ ਤੋਂ ਵੱਡੀ ਪ੍ਰੋਬਲਮ ਸਾਡੇ ਆਉਂਦੀ ਹੈ ਕਿ, ਔਰ ਮੈਂ ਇਹ ਫੇਸ ਕਰਦਾ ਗੁਰਦੁਆਰੇ ਐਵਰੀ ਟਾਈਮ ਦੋ, ਕਿ
ਉਹ ਚਾਹੁੰਦੇ ਹਨ ਕਿ ਅਸੀਂ ਹੁਣ ਗੁਰਦੁਆਰੇ ਸੰਡੇ ਅਸੀਂ ਆਈਏ 1 ਘੰਟੇ ਵਾਸਤੇ ਗੁਰਦੁਆਰੇ ਜਾਂ 2 ਘੰਟੇ ਵਾਸਤੇ ਬੱਚਾ ਅਸੀਂ ਸਿੱਖ ਤੁਹਾਨੂੰ ਸਕੂਲ ਛੋੜ ਕੇ ਜਾਈਏ ਤੇ ਇਸ ਨੂੰ ਮੇਰੇ ਬੱਚੇ ਨੂੰ ਤੁਸੀਂ ਸੰਤ ਬਣਾਓ ਤੁਸੀਂ ਹੁਣ ਦੋ ਦੋ ਮਹੀਨਿਆਂ 'ਚ 1 ਸਾਲ 'ਚ ਇਹ ਸੰਤ ਬਣ ਜਾਏ ਬਾਣੀ ਨੇਮ ਨਾਲ ਕੀਰਤਨੀਆਂ ਬਣ ਜਾਏ ਬਾਣੀ ਦੀ ਸਾਰੀ ਨੌਲੇਜ ਆ ਜਾਏ ਇਸ ਨੂੰ ਤੇ ਇਹ 1 ਘੰਟਾ ਛੋੜਾਂਗੇ ਤੁਹਾਡੇ ਕੋਲੋਂ ਤੇ ਅਸੀਂ ਘਰ ਕੁਛ ਨਹੀਂ ਕਰਨਾ ਹਾਂਜੀ ਅਸੀਂ ਘਰ ਕੋਈ ਮਿਹਨਤ ਨਹੀਂ ਕਰਨੀ ਬੱਚੇ ਇਹ ਵੀ ਨਹੀਂ ਪੁੱਛਣਾ ਕਿ ਕੀ ਕਰਾ ਰਹੇ ਸਕੂਲ 'ਚ ਲੇਕਿਨ ਤੁਸੀਂ ਸੁਣਦੇ ਵੀ ਜੀ ਇੱਕ ਕੰਮ ਕਰੋ ਇਹਨੂੰ ਇਹ ਸੰਤ ਬਣ ਜਾਏ ਇਹ ਉਹ ਮੈਂ ਕਿੱਥੋਂ ਸੰਤ ਬਣਾਵਾਂ ਉਹਨੂੰ ਕੌਣ ਬਣਾ ਸਕਦਾ ਕਿਸੇ ਨੂੰ ਸੰਤ ਉਹ ਸੰਤ ਤਾਂ ਬਣ ਸਕਦਾ ਜੇ ਘਰ ਦਾ ਇਨਵਾਇਰਮੈਂਟ ਹੋਵੇ ਉਹ ਜਾ ਆਪ ਮਾਂ ਪਿਓ ਨਾਮ ਬਾਣੀ ਨਾਲ ਜੁੜੇ ਹੋਵਣ ਆਪ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਹੋਵਣ ਜਦੋਂ ਛੋਟੇ ਸਨ ਤੁਸੀਂ ਉਹਨਾਂ ਨੂੰ ਉਸ ਵੇਲੇ ਇਨਕਰੇਜ ਨਹੀਂ ਕੀਤਾ ਜਦੋਂ ਛੋਟੇ ਸਨ ਤਾਂ ਉਂਗਲੀ ਪਕੜ ਕੇ ਜਪਜੀ ਦੇ ਜਪਜੀ ਸਮਝਾਈ ਨਹੀਂ ਉਸ ਵੇਲੇ ਜਦੋਂ ਛੋਟੇ ਸਨ ਤੇ ਧਿਆਨ ਤੁਹਾਡਾ ਹੋਰ ਪਾਸੇ ਸੀ ਹੈ ਨਾ ਉਹ ਵੱਡੇ ਹੋ ਕੇ ਫਿਰ ਮੁਸ਼ਕਿਲ ਹੋ ਜਾਂਦੀ ਹੈ ਯੂ ਆਰ ਐਬਸੋਲੂਟਲੀ 100% ਰਾਈਟ ਛੋਟੇ ਹੁੰਦਿਆਂ ਅਗਰ ਇਫ ਯੂ ਕੈਚ ਦੈਮ ਐਂਡ ਛੋਟੇ ਹੁੰਦਿਆਂ ਅਗਰ ਇਹ ਗਿਆਨ ਔਰ ਉਹਨਾਂ ਨੂੰ ਐਗਜ਼ਾਮਪਲ ਮਿਲੇ ਘਰ ਵਿੱਚ ਆਪਣੇ ਦੇਖਣ ਮਾਪਿਆਂ ਨੂੰ ਖੁਦ ਦੇਖਣ ਵੀ ਹਾਂ ਦੇਖੋ ਜੀ ਇਹ ਮੈਂ ਹੀ ਨਹੀਂ ਕਰ ਰਿਹਾ ਇਹ ਆਪ ਸੂਰਜ ਪ੍ਰਕਾਸ਼ ਪੜ੍ਹਦੇ ਹਨ ਇਹ ਆਪ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪੜ੍ਹਦੇ ਪਏ ਹਨ ਨਹੀਂ ਆਪ ਜਨਮ ਸਾਖੀਆਂ ਪੜ੍ਹ ਕੇ ਆਪ ਪੜ੍ਹਦੇ ਹਨ ਤੇ ਮੈਨੂੰ ਸੁਣਾਉਂਦੇ ਹਨ ਤੇ ਉਹਦਾ ਅਸਰ ਬਹੁਤ ਗਹਿਰਾ ਪੈਂਦਾ ਹੈ ਵੀਰ ਜੀ ਫਿਰ ਉਸ ਬੱਚੇ ਦੇ ਉੱਤੇ ਹਾਂਜੀ ਤੁਸੀਂ ਕੁਝ ਕਹਿਣ ਵਾਲੇ ਸੀ ਆਮ ਸੌਰੀ ਨਹੀਂ ਨਹੀਂ ਮੈਂ ਦੂਜਾ ਮੈਂ ਦੂਜੇ ਪੱਖੋਂ ਮੈਂ ਸੋਚ ਰਿਹਾ ਸੀ ਕਿ ਗੁਰੂ ਜੀ ਨੇ ਕਿੰਨੀ ਕਿੰਨੀ ਬਿਊਟੀ ਹੈ ਕਿ ਅੱਜ ਕੱਲ ਜੇ ਅਸੀਂ ਦੇਖੀਏ ਲੈਟ ਸੇ ਦ ਬੈਸਟ ਆਫ ਜਿਹੜੇ ਮੈਂ ਕੀਰਤਨੇ ਤੇ ਨਹੀਂ ਕਹਿੰਦਾ ਬਟ ਜਿਹੜੇ ਵੀ ਲੈਟ ਸੇ ਸਰੋਦ ਵਜਾਉਂਦੇ ਹੈ ਵੀਨਾ ਵਜਾਉਂਦੇ ਹੈ ਜਿਹੜੇ ਵੀ ਜਿਹੜੇ ਟਾਪ ਸ਼ਿਖਰ ਤੇ ਪਹੁੰਚੇ ਹੈ ਉਹ ਇਟਸ ਆਲਵੇਜ਼ ਯੂਜਲੀ ਇਟ ਇਟ ਟੈਂਡਸ ਟੂ ਬੀ ਦ ਚਾਈਲਡ ਹੂ ਇਜ਼ ਦ ਵਨ ਹੂ ਟੇਕਸ ਓਵਰ ਔਰ ਹੂ ਐਂਡ ਗੁਰੂ ਜੀ ਨੇ ਇਹ ਇੱਕ ਕਿੰਨੀ ਯੂਨੀਕ ਐਗਜ਼ਾਮਪਲ ਦਿੱਤੀ ਕਿ ਬਾਬਾ ਬੁੱਢਾ ਜੀ ਵਰਗੇ ਬੱਚੇ ਨੂੰ ਨਾਲ ਲਿਆ ਕੇ ਔਰ ਅੱਗੇ ਫਿਰ ਜਦੋਂ ਗੁੱਦੀ ਗੱਦੀ ਪਾਸ ਔਨ ਕੀਤੀ ਸੋ ਦੈਟ ਇਟਸੈਲਫ ਇਜ਼ ਸੱਚ ਯੂਨੀਕਨੈਸ ਐਂਡ ਸੱਚ ਬਿਊਟੀ ਇਨ ਦੈਟ ਕਿ ਇਟ ਕਾਂਟ ਬੀ ਕਿ ਅੱਜ ਕੱਲ੍ਹ ਤੁਸੀਂ ਦੇਖੋ ਕਿ ਹਰ ਇੱਕ ਚੀਜ਼ ਦੇ ਵਿੱਚ ਇਟਸ ਲਾਈਕ ਚਿਲਡਰਨ ਆਫ ਲਾਈਕ ਦ ਚਿਲਡਰਨ ਆਰ ਦ ਵਨਸ ਦੈਟ ਆਰ ਗਿਵਨ ਦ ਰਾਈਟ ਇਨ ਇਟਸੈਲਫ ਇਜ਼ ਸੋ ਬਿਊਟੀਫੁਲ ਐਬਸੋਲੂਟਲੀ ਰਾਈਟ ਐਬਸੋਲੂਟਲੀ ਰਾਈਟ ਸੋ ਮੈਂ I'm going to advance by 10 years or so more now, and I'm going to take you to a few days before Harmandir Sahib vich jadon Guru Granth Sahib Maharaj di sthapna hoi thode din pehle jadon bhai banno lai ke gaye beel jild kyunki jehde bind karani si jadon paper sare jadon mukammal ho gayi beel sari te binding jehdi hai oh Amritsar na ho saki nahi san karigar maujood itni ਇਤਨੀ ਜ਼ਿਆਦਾ ਵੱਡੀ ਬੁੱਕ ਦੇ ਤੇ ਉਹਨਾਂ ਨੂੰ ਫਿਰ ਲਾਹੌਰ ਲਿਜਾਣੀ ਪਈ ਬੀੜ ਜਿਹੜੀ ਹੈ ਉੱਥੇ ਬਾਈਂਡਿੰਗ ਕਰਨ ਵਾਸਤੇ ਜਿੱਥੇ ਇਤਿਹਾਸ ਲਿਖਿਆ ਉਹਨਾਂ ਨੇ ਕਾਪੀ ਕਰ ਲਿੱਤੀ ਉਤਾਰਾ ਵੀ ਕੀਤਾ ਜਿਹੜੀ ਬੰਨੋ ਵਾਲੀ ਬੀੜ ਜਿਹੜੀ ਹੈ ਖਾਰੀ ਬੀੜ ਜਿਹਨੂੰ ਕਹਿੰਦੇ ਆ ਉਹ ਡਿਫਰੈਂਟ ਟਾਪਿਕ ਹੈ ਲੈਟਸ ਵਿਲ ਟਾਕ ਅਬਾਊਟ ਇਟ ਸਮ ਅਦਰ ਡੇ ਤੇ ਇੱਥੋਂ ਮੈਂ ਲੈਂਦਾ ਕਿ ਚੁਪਈ ਹੈ ਇੱਕ ਕਵੀ ਸੰਤੋਖ ਸਿੰਘ ਰਾਂ ਦੀ ਸੂਰਜ ਪ੍ਰਕਾਸ਼ ਤੋਂ ਲੈਟ ਮੀ ਰੀਡ ਇਟ ਆਊਟ ਟੂ ਯੂ ਚੁਪਈ ਤਿਆਰ ਬਹਿਓ ਜਬ ਜਿਲਤ ਬੰਧਾਈ ਦੇਹ ਸੋਂ ਗਿਰ ਗਿਰਾ ਅਲਾਈ ਕਹੋ ਗ੍ਰੰਥ ਸਭ ਕਿਸ ਥਾਨਾ ਨਿਤ ਸ਼ੋਭਿਤ ਜਿਹ ਮਹਿ ਮਹਾਨਾ ਤੇ ਜਦੋਂ ਜਿਲਦ ਝਾੜ ਕੇ ਜਦੋਂ ਆ ਗਈ ਬੀੜ ਵਾਪਿਸ ਰਾਮਸਰ ਸਾਹਿਬ ਤੇ ਮਹਾਰਾਜ ਨੇ ਬੁੱਢੇ ਸੋ ਗੁਰ ਗਿਰ ਅਲਾਈ ਬਾਬਾ ਬੁੱਢੇ ਜੀ ਨੂੰ ਇਹ ਗੱਲ ਪੁੱਛੀ ਮਹਾਰਾਜ ਨੇ ਦੇਖੋ ਸਲਾਹ ਕਰਦੇ ਹਨ ਉਹਨਾਂ ਨਾਲ ਕਿ ਕਹੋ ਗ੍ਰੰਥ ਸਾਹਿਬ ਕਿਸ ਥਾਨਾ ਇਹ ਗ੍ਰੰਥ ਕਿੱਥੇ ਰੱਖਿਆ ਜਾਵੇ ਗ੍ਰੰਥ ਇਹ ਗ੍ਰੰਥ ਦੀ ਸ਼ੋਭਾ ਕਿੱਥੇ ਵਧੇਗੀ ਇਹ ਗ੍ਰੰਥ ਕਿੱਥੇ ਸਥਾਪਿਤ ਹੋਏ ਅਗਲਾ ਗ੍ਰੰਥ ਬਾਬਾ ਬੁੱਢਾ ਜੀ ਕਹਿੰਦੇ ਹਨ ਅੱਗੋਂ ਹੱਥ ਜੋੜ ਤਿੰਨ ਤਭੇ ਬਖਾਨੋ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਮਹਾਰਾਜ ਅੱਗੇ ਮੱਥਾ ਟੇਕਿਆ ਸ੍ਰੀ ਗੁਰੂ ਤੁਮ ਤੇ ਕੌਣ ਸਿਆਣੋ ਤੁਹਾਡੇ ਤੋਂ ਸਿਆਣਾ ਕੌਣ ਹੈ ਗੁਰੂ ਦੇ ਮਹਾਰਾਜ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ ਹੋਰ ਤੁਮ ਸੁਣੋ ਸਰ ਸੁਧਾ ਮਝਾਰੋ ਹਰ ਮੰਦਿਰ ਸੁਨ ਸੁੰਦਰ ਦਰਬਾਰਾ ਤੁਹਾਨੂੰ ਆਪ ਪਤਾ ਹੈ ਜਿਹੜਾ ਇਤਨਾ ਵੱਡਾ ਗੁਰੂ ਕਾ ਦਰਬਾਰ ਦੀ ਕੰਸਟਰਕਸ਼ਨ ਜਿਹੜੀ ਚਲਦੀ ਪਈ ਹੈ ਹਰਿਮੰਦਰ ਸਾਹਿਬ ਦੀ ਉਸ ਤੋਂ ਵੱਡਾ ਸੋਹਣਾ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਰ ਕਿਹੜਾ ਹੋ ਸਕਦਾ ਹੈ ਵੱਡਾ ਸਥਾਨ ਦੱਸੋ ਤੁਸੀਂ ਦੱਸੋ ਇਤਨਾ ਦੇਵਤਿਆਂ ਵਾਲਾ ਸਥਾਨ ਤੁਸੀਂ ਬਣਾਇਆ ਹੈ ਇਸ ਤੋਂ ਵੱਡਾ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਥਾਪਨਾ ਵਾਸਤੇ ਹੋਰ ਕਿਹੜਾ ਹੋ ਸਕਦਾ ਹੈ
ਬਨਿਓ ਸੁਧਾ ਸਿਰ ਵਿੱਚ ਹਰ ਮੰਦਿਰ ਇਹ ਸਮ ਨਹੀਂ ਤ੍ਰਿਲੋਕੀ ਅੰਦਰ ਤਥਾ ਗ੍ਰੰਥ ਸਾਹਿਬ ਸ਼ੁਭ ਰਚਿਓ ਸਰਬੋਤਮ ਹਰ ਨਾਮਨ ਇਹ ਇਤਨੇ ਇੱਕ ਪਵਿੱਤਰ ਦੇਵਤਾਵਾਂ ਵਾਲਾ ਸਥਾਨ ਤੁਸੀਂ ਵੈਕੁੰਠ ਵਾਲੀ ਇੱਕ ਇੱਕ ਸਵਰਗ ਬਣਾ ਦਿੱਤਾ ਹੈ ਤੁਸੀਂ ਇਹ ਲਾ ਤੇ ਇਸ ਇਹ ਸਮ ਨਹੀਂ ਤ੍ਰਿਲੋਕੀ ਇਸ ਪੂਰੀ ਤ੍ਰਿਲੋਕੀ ਦੇ ਅੰਦਰ ਇਹੋ ਜਿਹਾ ਸਥਾਨ ਮਹਾਰਾਜ ਨਹੀਂ ਹੈ ਇਸ ਤਿੰਨਾਂ ਲੋਕਾਂ ਦੇ ਵਿੱਚ ਇਸ ਤੋਂ ਵੱਡੀ ਗ੍ਰੰਥ ਮਹਾਰਾਜ ਦੀ ਸਥਾਪਨ ਤੋਂ ਬੀੜ ਹੋਰ ਕਿਹੜੀ ਹੋ ਸਕਦੀ ਹੈ ਦੱਸੋ ਤੁਸੀਂ ਮੈਨੂੰ ਤੇ ਕਹਿੰਦੇ ਹਨ ਦਿਨ ਪ੍ਰਤ ਬੰਧੇ ਸਮਾਜ ਵਡੇਰੇ ਦੁੱਖ ਦਾਰਿਤ ਕੋ ਆਏ ਨਾ ਨੇਰੇ ਹਰ ਮੰਦਿਰ ਹਰ ਰੂਪ ਬਿਲੰਦਾ ਸੇਵਕ ਸੇਵਕ ਬ੍ਰਿੰਦ ਮੁਕੰਦਾ ਮਹਾਰਾਜ ਕਹਿੰਦੇ ਹਨ ਕਿ ਟਾਈਮ ਆਏਗਾ ਵਕਤ ਆਏਗਾ ਦਿਨ ਪ੍ਰਤ ਵਧੇ ਸਮਾਜ ਵਡੇਰੇ ਜਦੋਂ ਜਿਸ ਤਰ੍ਹਾਂ ਸਿੱਖੀ ਵਧੇਗੀ ਜਿਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਹੋਏਗਾ ਇੱਥੇ ਗਾਂਧੀ ਤਾਦਾਦ ਵਿੱਚ ਸੰਗਤਾਂ ਆਣਗੀਆਂ ਹਜ਼ਾਰਾਂ ਦੀ ਤਾਦਾਦ ਸੰਗਤਾਂ ਆਣਗੀਆਂ ਨਾਮ ਬਾਣੀ ਦਾ ਇਸ਼ਨਾਨ ਹੋਏਗਾ ਤੇ ਜਿਹੜਾ ਇੱਥੇ ਆਏਗਾ ਹਰ ਮੰਦਿਰ ਹਰ ਰੂਪ ਬਿਲੰਦਾ ਸੇਵੇ ਸੇਵਕ ਬ੍ਰਿੰਦ ਮੁਕੰਦਾ ਇਹ ਜਿੱਥੇ ਆ ਕੇ ਜਿਹੜੀ ਪੂਜਾ ਅਰਚਨਾ ਹੋਏਗੀ ਉਹਨਾਂ ਦੀ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਨਾਮ ਦਾ ਦਾਨ ਉਹਨਾਂ ਦੀ ਝੋਲੀ ਵਿੱਚ ਪਵੇਗਾ ਇਹ ਬੜਾ ਪਵਿੱਤਰ ਸਥਾਨ ਹੈ ਇਹ ਵਾਲਾ ਅੱਗੇ ਜਾ ਕੇ ਕਹਿੰਦੇ ਹਨ ਸਬਨ ਅਨਾਹ ਕਰਿਓ ਸੁਭ ਖਾਨਾ ਭੂਮ ਸੈਨ ਕਿਨਸ ਇਸਥਾਨਾ ਗ੍ਰੰਥ ਸਾਹਿਬ ਆਦਰ ਕੇ ਹੇਤ ਭੂਤਲ ਸੈਨੇ ਗੁਰ ਸਮੇਤ ਸਾਰਿਆਂ ਨੂੰ ਫਿਰ ਉੱਥੇ ਭੋਜਨ ਛਕਿਆ ਤਿੰਨਾਂ ਨੇ ਗੁਰੂ ਮੈਂ ਇੱਕ ਤਿੰਨਾਂ ਦੀ ਗੱਲ ਕਹਿ ਰਿਹਾ ਗੁਰਦੇਵ ਮਹਾਰਾਜ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੇ ਤੇ ਉਸੀ ਧਰਤੀ ਤੇ ਰਾਤੀ ਸੋ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਰ ਵਾਸਤੇ ਕਹਿੰਦੇ ਹਨ ਤੇ ਭੂਤਲ ਸੈਨੇ ਗੁਰ ਸਮੇਤ ਭੂਤਲ ਕਹਿੰਦੇ ਜ਼ਮੀਨ ਤੇ ਤਿੰਨੋਂ ਫਿਰ ਜ਼ਮੀਨ ਤੇ ਸੁੱਤੇ ਮਹਾਰਾਜ ਆਪ ਪਲੰਗ ਤੇ ਨਹੀਂ ਸੁੱਤੇ ਉਸ ਦਿਨ ਕਿਉਂਕਿ ਬੀੜ ਪਲੰਗ ਤੇ ਰੱਖੀ ਉਹਨਾਂ ਨੇ ਆਪ ਥੱਲੇ ਸੁੱਤੇ ਉਸ ਦਿਨ ਰਾਮਸਰ ਸਾਹਿਬ ਜਦੋਂ ਇਹ ਬੀੜ ਜਦੋਂ ਜਿਲਦ ਕਰਕੇ ਵਾਪਿਸ ਆਈ ਤੇ ਅੱਗੇ ਕਹਿੰਦੇ ਹਨ ਦੇਖੋ ਫਿਰ ਅੱਗੇ ਵਿਚਾਰ ਕਰਦੇ ਹਨ ਰਾਤੀ ਸੋਚਦੇ ਹਨ ਮਹਾਰਾਜ ਹੁਣ ਇਹ ਸੋਚ ਪਈ ਮਨ ਵਿੱਚ ਇਹ ਗ੍ਰੰਥ ਤੇ ਤਿਆਰ ਕਰ ਲਿੱਤਾ ਅਸੀਂ ਕਲਯੁਗ ਦਾ ਜਹਾਜ਼ ਤਿਆਰ ਕਰ ਲਿੱਤਾ ਜੁਗੋ ਜੁਗੋ ਅਟਲ ਗੁਰੂ ਹਨ ਇਹਦੀ ਟਹਿਲ ਸੇਵਾ ਕਿਹਨੂੰ ਕਿਹਨੂੰ ਕਰੀਏ ਇਹਨੂੰ ਇਹਦੀ ਸੇਵਾ ਵਾਸਤੇ ਕਿਹਨੂੰ ਮੁਕਰਰ ਕਰੀਏ ਇਹਦੀ ਸੇਵਾ ਵਾਸਤੇ ਕਿਸ ਨੂੰ ਅਪੁਆਇੰਟ ਕਰੀਏ ਇਸਨੂੰ ਬੜੇ ਮਨ ਚ ਖਿਆਲ ਆਏ ਉਹਨਾਂ ਦੇ ਇਤਨੀ ਮਹਾਨ ਸੇਵਾ ਹੈ ਇਤਨਾ ਉੱਚ ਕੋਟੀ ਦਾ ਸੇਵਾ ਹੈ ਕੌਣ ਇਹੋ ਜਿਹਾ ਪੂਰਨ ਬ੍ਰਹਮ ਗਿਆਨੀ ਦੁਨੀਆਂ ਚ ਹੈ ਇਸ ਵੇਲੇ ਜਿਹਦੇ ਹੱਥ ਇਸ ਗ੍ਰੰਥ ਨੂੰ ਲੱਗਣ ਤੇ ਅੱਗੇ ਬਚਨ ਆਏ ਸੂਰਜ ਪ੍ਰਕਾਸ਼ ਸੁਣੋ ਤੁਸੀਂ ਮੇਰੇ ਕੋਲੋਂ ਹਿਰਦੇ ਵਿਚਾਰਨ ਸ੍ਰੀ ਗੁਰ ਕਹੇ ਟਹਿਲ ਗ੍ਰੰਥ ਕੀ ਕੌਣ ਸੁਧਰੇ ਅੱਗੇ ਮਨ ਚ ਖਿਆਲ ਕਰਦੇ ਹਨ ਹਿਰਦੇ ਵਿਚਾਰ ਆਪਣੇ ਹਿਰਦੇ ਵਿੱਚ ਆਪਣੇ ਦਿਲ ਚ ਵਿਚਾਰ ਕਰਦੇ ਹਨ ਕਿ ਟਹਿਲ ਗ੍ਰੰਥ ਕੀ ਕੌਣ ਸੁਧਰੇ ਇਸ ਗੁਰੂ ਗ੍ਰੰਥ ਸਾਹਿਬ ਦੀ ਟਹਿਲ ਸੇਵਾ ਕੌਣ ਕਰੇਗਾ ਕੌਣ ਕੌਣ ਕਿਹਨੂੰ ਗ੍ਰੰਥੀ ਥਾਪੀਏ ਇਸਦਾ ਇਤਨੀ ਮਹਾਨ ਸੇਵਾ ਕਿਹਦੀ ਝੋਲੀ ਚ ਪਾਈਏ ਅਸੀਂ ਮਹਾਰਾਜ ਸੋਚਦੇ ਹਨ ਇਸ ਬਾਰੇ ਤੇ ਅੱਗੇ ਫਿਰ ਸੋਚਦੇ ਵੀ ਕਿਹਨੂੰ ਬੇਦੀਆਂ ਨੂੰ ਦਈਏ ਗੁਰੂ ਨਾਨਕ ਦੇਵ ਦੀ ਗੁਰੂ ਨਾਨਕ ਦੇਵ ਦੀ ਕੁੱਲ ਉਹਨਾਂ ਨੂੰ ਦਈਏ ਅੱਗੇ ਗੱਲ ਆਈ ਇਸ ਬਾਰੇ ਬੇਦੀ ਤਹਿਣ ਭਲੇ ਬੰਸ ਸੋਡੀ ਜੇ ਕੁੱਲ ਕੋ ਅਫਤੰਸ ਬੇਦੀਆਂ ਨੂੰ ਦੇ ਦਈਏ ਕਿ ਭਲਿਆਂ ਨੂੰ ਦੇ ਦਈਏ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਦੇ ਹੈ ਕਿ ਸੋਢੀਆਂ ਨੂੰ ਦੇ ਦਈਏ ਸੇਵਾ ਇਹਦੀ ਕਿ ਸੋਢੀ ਸੇਵਾ ਕਰਨਗੇ ਖਾਲੀ ਇਹਦੀ ਹੋਰ ਕੋਈ ਸੇਵਾ ਨਹੀਂ ਕਰੇਗਾ ਪਹਿਲੀ ਟਹਿਲ ਸੇਵਾ ਸੋਢੀਆਂ ਨੂੰ ਦਿੱਤੀ ਜਾਏ ਕਿਉਂਕਿ ਗੁਰੂ ਰਾਮਦਾਸ ਸੋਢੀਆਂ ਦੇ ਕੁਲ ਤੋਂ ਹੋਏ ਹਨ ਲੇਕਿਨ ਇਹ ਗੱਲ ਨਹੀਂ ਹੋਈ ਅਗਲੀ ਲਾਈਨ ਦੇਖੋ ਕਵੀ ਸਾਹਿਬ ਲਿਖਦੇ ਹਨ ਸੂਰਜ ਪ੍ਰਕਾਸ਼ ਤੋਂ ਨਿਜ ਕੁਲ ਕੋ ਇਨਕੋ ਅਹੰਕਾਰਾ ਕਰਨਾ ਕਰਨਾ ਸਖਹੰਗੇ ਸੇਵ ਉਦਾਰਾ ਇਹ ਸੇਵਕ ਕੀ ਵਸ ਸਦੀਵਾ ਨਿਰੰਕਾਰ ਜਿਨ ਮਨ ਨੀਵਾ ਨਹੀਂ ਇਹ ਇਹਨਾਂ ਨੂੰ ਆਪਣੇ ਕੁਲ ਦਾ ਬਹੁਤ ਅਹੰਕਾਰ ਹੈ ਵੇਦਿਆਂ ਨੂੰ ਅਹੰਕਾਰ ਹੈ ਗੁਰੂ ਨਾਨਕ ਸਾਡੇ ਕੁਲ ਚ ਹੋਏ ਹਨ ਭਲਿਆਂ ਨੂੰ ਅਹੰਕਾਰ ਹੈ ਗੁਰੂ ਅਮਰਦਾਸ ਸਾਡੇ ਕੁਲ ਚ ਹੋਏ ਹਨ ਸੋਢੀਆਂ ਨੂੰ ਅਹੰਕਾਰ ਹੈ ਗੁਰੂ ਰਾਮਦਾਸ ਪਾਤਸ਼ਾਹ ਸਾਡੇ ਕੁਲ ਚ ਹੋਏ ਹਨ ਇਹਨਾਂ ਇਹ ਜਿਹੜੇ ਅਹੰਕਾਰ ਆਪਣੇ ਨਿਰੰਕਾਰ ਜਿਹਨੂੰ ਮਨ ਨੀਵਾ ਉਹਨੂੰ ਦਿਆਂਗੇ ਜਿਹੜਾ ਨਿਰੰਕਾਰ ਹੋਵੇ ਤੇ ਜਿਹਦਾ ਮਨ ਨੀਵਾਂ ਹੋਵੇ ਬੜਾ ਪੂਰਨ ਬ੍ਰਹਮ ਗਿਆਨੀ ਹੋਵੇ ਸੇਵਾ ਬਿਥੇ ਨਿਪੁੰਨ ਜੇ ਹੋਏ ਕਹੀਏ ਇਹਾਂ ਸਥਾਪਨ ਸੋਏ ਸ੍ਰੀ ਨਾਨਕ ਕੋ ਦਰਸ਼ਨ ਕੀਨ ਅਸ ਬੁੱਢਾ ਵਿੱਚ ਸੇਵ ਪ੍ਰਬੀਨ ਸੇਵਾ ਉਹਨੂੰ ਦਿੱਤੀ ਜਾਏਗੀ ਜਿਹਨਾਂ ਦੇ ਹੱਥ ਨੇ ਗੁਰੂ ਨਾਨਕ ਦੇ ਸਰੀਰ ਨੂੰ ਛੋਇਆ ਹੈ ਜਿਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਏ ਹਨ ਜਿਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਅੱਖਾਂ ਨਾਲ ਦਰਸ਼ਨ ਕੀਤੇ ਹਨ ਸੇਵਾ ਬਿਥੇ ਨਿਪੁੰਨ ਜੋ ਹੋਏ ਜਿਹੜੇ ਨਿਪੁੰਨ ਹਨ ਸੇਵਾ ਕਰਨ ਵਿੱਚ ਕਰੀਆਂ ਇਹਾਂ ਸਥਾਪਨ ਸੋਏ ਉਹ ਸਥਾਪਨ ਹੋਣਗੇ ਇੱਥੇ ਸ੍ਰੀ ਨਾਨਕ ਕੇ ਦਰਸ਼ਨ ਕੀਨ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੀਰ ਨੂੰ ਛੋਇਆ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਤਮਾ ਨੂੰ ਛੋਇਆ ਹੈ ਜਿਹਨਾਂ ਦੇ ਉਹਨਾਂ ਦੇ ਦਰਸ਼ਨ ਕੀਤੇ ਹਨ ਅਸ ਬੁੱਢਾ ਵਿੱਚ ਸੇਵ ਪ੍ਰਬੀਨ
ਬਾਬਾ ਬੁੱਢਾ ਇਸ ਸੇਵਾ ਵਿੱਚ ਬੜੇ ਪ੍ਰਵੀਨ ਹਨ, ਬਾਬਾ ਬੁੱਢਾ ਹੀ ਇਸ ਇਸ ਕਾਰੇ ਲਾਣਗੇ ਇਹਨਾਂ ਨੂੰ। ਇਹ ਵਿਚਾਰ ਕਰ ਨਿੰਦਾ ਪਾਈ, ਇਹ ਸੁਣ ਕੇ ਇਹ ਵਿਚਾਰ ਕਰਦਿਆਂ ਕਰਦਿਆਂ ਉਹਨਾਂ ਨੂੰ ਨੀਂਦ ਆ ਗਈ। ਇਮ ਵਿਚਾਰ ਇਮ ਨਿੰਦਾ ਪਾਈ, ਜਾਗੇ ਜਾਮਨ ਜਾਮ ਰਹਾਈ, ਬੁੱਢਾ ਪੁਨ ਗੁਰਦਾਸ ਜੋ ਜਾਗੇ, ਸ੍ਰੀ ਗੁਰੂ ਚਰਨ ਪ੍ਰੇਮ ਸਹਿ ਪਾਗੇ। ਤੇ ਆਪਣੇ ਉੱਠਣ ਤੋਂ ਪਹਿਲੇ ਭਾਈ ਗੁਰਦਾਸ ਤੇ ਭਾਈ ਬਾਬਾ ਬੁੱਢਾ ਜੀ ਮਹਾਰਾਜ ਦੇ ਉੱਠਣ ਤੋਂ ਪਹਿਲੇ ਆਪ ਜਾਗੇ ਹੋਏ ਸਨ, ਤੇ ਉੱਠੇ ਜਦੋਂ ਮਹਾਰਾਜ ਉਹਨਾਂ ਦੇ ਚਰਨ ਛੋ ਕੇ ਨਮਸਕਾਰ ਕੀਤੀ ਤੇ ਆਸ਼ੀਰਵਾਦ ਮੰਗੀ ਉਹਨਾਂ ਨੇ। ਤੇ ਅੱਗੇ ਲਿਖਿਆ ਹੈ, ਸੋਚ ਰਾਮਸਰ ਕੀ ਨਿਸ਼ਨਾਨਾ। ਰਾਮਸਰ ਸਰੋਵਰ ਚ ਇਸ਼ਨਾਨ ਕਰਕੇ ਸੋਚ ਆਪਣੇ ਆਪ ਨੂੰ ਪਵਿੱਤਰ ਕੀਤਾ ਕਿ ਕਲੈਂਸਡ ਹਿਮਸੈਲਫ। ਬਦਰੀ ਤਰ ਬੈਠ ਕਰ ਧਿਆਨਾ, ਬਦਰੀ ਦੇ ਪੇੜ ਦੇ ਥੱਲੇ ਆਟ ਕੇ ਧਿਆਨ ਵਿੱਚ ਚਲੇ ਗਏ। ਦ੍ਰੈ ਘਟਾ ਲਖ ਅੰਮ੍ਰਿਤ ਕਾਲਾ, ਜਦੋਂ 2 ਘੰਟੇ ਰਹਿ ਗਏ ਅੰਮ੍ਰਿਤ ਵੇਲਾ ਨੂੰ। ਸ੍ਰੀ ਅਰਜਨ ਬਚ ਕਹਿਓ ਰਸਾਲਾ, ਉਹਨਾਂ ਦੇ ਰਸਾਲਾ ਮਨੇ ਰਸੀਲੇ ਸਵਾਦਲਾ। ਆਪਣੇ ਬਚਨ, ਇਹ ਬ੍ਰਜ ਹੈ ਲੈਂਗੁਏਜ ਯੂ ਨੋ, ਸੋ ਯੂ ਹੈਵ ਟੂ ਸਟੱਡੀ ਦਿਸ ਲੈਂਗੁਏਜ ਯੂ ਨੋ। ਸੋ ਇਹ ਹੁਣ ਕਾਫੀ ਦੇਰ ਤੋਂ ਵੈਨ ਯੂ ਰੀਡਿੰਗ ਬ੍ਰਜ ਤੋਂ ਯੂ ਗੈਟ ਫੈਮਿਲੀਅਰ ਵਿਦ ਬ੍ਰਜ, ਆਮ ਬੰਦੇ ਵਾਸਤੇ ਇਟ ਮਾਈਟ ਬੀ ਲਿਟਲ ਡਿਫਿਕਲਟ ਟੂ ਅੰਡਰਸਟੈਂਡ। ਸੋ ਰਸਾਲਾ ਇੱਥੇ ਰਸਾਲ ਭਾਵ ਸੁਣਨ ਵਾਲੇ ਹਨ। ਔਰ ਇਹ ਬਚਨ, ਇਹ ਇਹ ਲਾਈਨਾਂ ਸੂਰਜ ਪ੍ਰਕਾਸ਼ ਦੀਆਂ ਅਗਲੀਆਂ ਜਿਹੜੀਆਂ ਤੁਕਾਂ ਜਿਹੜੀਆਂ ਹਨ, ਇਹ ਗੁਰੂ ਇਤਿਹਾਸ ਵਿੱਚ ਬੜੇ ਆਥਰ ਇਹਨਾਂ ਨੂੰ ਕੋਟ ਕਰਦੇ ਹਨ, ਸ਼ਾਇਦ ਬਹੁਤਾਂ ਨੇ ਸੁਣੀਆਂ ਹੋਣਗੀਆਂ। ਤੇ ਮੇਰੇ ਮੇਰੇ ਕੋਲ ਅੱਜ ਸੁਣੋ ਤੁਸੀਂ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ, ਬੁੱਢਾ ਨਿਜ ਸਿਰ ਪਰ ਧਰ ਗ੍ਰੰਥ। ਬਾਬਾ ਬੁੱਢਾ ਜੀ, ਤੁਸੀਂ ਆਪਣੇ ਸਿਰ ਤੇ ਇਸ ਗ੍ਰੰਥ ਨੂੰ ਚੁੱਕ ਲਵੋ। ਹੁਣ ਤੁਹਾਨੂੰ ਸਾਲ ਸੇਵਾ ਦਿੱਤੀ ਗਈ ਹੈ, ਤੁਹਾਨੂੰ ਬਖਸ਼ੀ ਗਈ ਹੈ ਸੇਵਾ ਹੈ। ਬੁੱਢਾ ਨਿਚ ਸਿਰ ਪਰ ਧਰ ਗ੍ਰੰਥ, ਆਗੇ ਚਲੋ ਸੁਧਾ ਸਰਪੰਥ। ਤੇ ਤੁਹਾਡੇ ਪਿੱਛੇ ਉਸ ਵੇਲੇ ਜਿਹੜੇ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਸੁਧਾ ਸਰੋਵਰ ਕਹਿੰਦੇ ਸਨ, ਪੁਰਾਣਾ ਨਾਂ ਸੁਧਾ ਸਰੋਵਰ ਹੈ। ਤੇ ਕਹਿੰਦੇ ਆਗੇ ਚਲੋ ਸੁਧਾ ਸਰਪੰਥ, ਤੁਸੀਂ ਅੱਗੇ ਚਲੋ ਤੇ ਤੁਹਾਡੇ ਪਿੱਛੇ ਸਾਰਾ ਪੰਥ, ਸਾਰਾ ਸਿੱਖ ਜਗਤ ਤੁਹਾਡੇ ਪਿੱਛੇ ਚੱਲੇਗਾ। ਤੁਸੀਂ ਸੁਧਾ ਸਭ ਰਸਤਾ ਕੋਲੋ, ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਤੁਸੀਂ ਆਪਣੇ ਸਿਰ ਤੇ ਚੁੱਕੋ। ਮਾਨ ਬਾਕ ਲੋ ਬਹੁ ਅਗਾਰੇ, ਬੜੀ ਖੁਸ਼ੀ ਨਾਲ ਪ੍ਰੇਮ ਨਾਲ ਆਪਣੇ ਗੁਰੂ ਦੀ ਗੱਲ ਮੰਨ ਕੇ। ਚਮਰ ਗੁਰੂ ਅਰਜਨ ਕਰ ਧਾਰੇ, ਚਮਰ ਚਮੜ ਚੋੜ ਸਾਹਿਬ, ਆਪ ਬਾਬਾ ਬੁੱਢਾ ਜੀ ਨੇ ਗ੍ਰੰਥ ਰੱਖੀ ਤੇ ਚਮਰ ਗੁਰੂ ਅਰਜਨ ਕਰ ਧਾਰੇ, ਤੇ ਪਿੱਛੇ ਚੋਰ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਕਰਦੇ ਹਨ ਚੋਰ। ਬਾਬਾ ਬੁੱਢਾ ਜੀ ਨੇ ਗ੍ਰੰਥ ਆਪਣੇ ਸਿਰ ਤੇ ਰੱਖ ਕੇ ਮੰਜੀ ਪੂਰੀ, ਤੇ ਪਿੱਛੇ ਚੋਰ ਸਾਹਿਬ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਚੋਰ ਸਾਹਿਬ, ਜਿਹੜੀ ਚੋਰ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਆਪ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ। ਅਗਲੀ ਲਾਈਨਾਂ ਚ ਲਿਖਿਆ ਹੋਇਆ ਹੈ, ਸੰਖ ਅਨਿਕ ਲਖ ਦੁਧੰਬ ਬਾਜੇ, ਜੈ ਜੈਕਾਰ ਉੱਚੇ ਸੁਰ ਗਾਜੇ, ਸੁੰਦਰ ਸ਼੍ਰੀ ਹਰਗੁੰਦ ਹਰਗੋਬਿੰਦ ਚੰਦ, ਸੰਗ ਚਲੇ ਹੋਏ ਸੋਭ ਬਿਲੰਤ। ਹੁਣ ਵੀ ਜਦੋਂ ਮਹਾਰਾਜ ਦੀ ਬੀੜ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਅੰਦਰ ਜਾਂਦੀ ਹੈ ਤੇ ਸੰਖਾਂ ਦੀ ਆਵਾਜ਼ ਆਉਂਦੀ ਹੈ। ਹੁਣ ਤੱਕ ਇਹ ਰਵਾਇਤ ਚੱਲੀ ਆ ਰਹੀ ਹੈ ਉਸ ਟਾਈਮ ਦੀ, ਹੁਣ ਤੱਕ ਸੰਖ ਵੱਜਦੇ ਹਨ। ਤੇ ਉਸ ਵੇਲੇ ਵੀ ਸੰਖ ਵੱਜੇ ਹਨ, ਉਸ ਵੇਲੇ ਵੀ ਜੈ ਜੈਕਾਰ ਹੋਈ ਹੈ, ਤੇ ਛੋਟੀ ਉਮਰ ਦੇ ਹਰਗੋਬਿੰਦ ਵੀ ਨਾਲ ਹਨ, ਬਾਲਕ ਹਨ ਹਾਲੇ। ਸੁੰਦਰ ਸ਼੍ਰੀ ਹਰਗੋਬਿੰਦ ਚੰਦ, ਛੋਟੇ ਚੰਦ ਹਨ ਚੰਦ ਵਰਗੇ, ਸੰਗ ਚਲੇ ਹੋਏ ਸੋ ਬਿਲੰਤ, ਹਰ ਮੰਦਿਰ ਮੇ ਜਾਏ ਪਹੁੰਚੇ। ਹਰਿਮੰਦਰ ਸਾਹਿਬ ਗ੍ਰੰਥ ਲੈ ਕੇ ਬਾਬਾ ਬੁੱਢਾ ਜੀ ਪਹੁੰਚ ਗਏ, ਤੇ ਰਾਗੀ ਰਾਗ ਕਰਤ ਸੁਰ ਉੱਚੇ। ਰਾਗੀ ਉਸ ਵੇਲੇ ਰਾਗਾਂ ਵਿੱਚ ਕੀਰਤਨ, ਇਸ ਗੱਲ ਤੋਂ ਹੋਰ ਪ੍ਰੂਫ ਮਿਲ ਜਾਂਦਾ ਕਿ ਰਾਗਾਂ ਚ ਕੀਰਤਨ ਉਸ ਵੇਲੇ, ਦੈਟਸ ਵਟ ਰਾਗੀ ਇਜ਼ ਵੇਅਰ ਫੋਰ, ਯੂ ਨੋ। ਐਕਚੁਅਲੀ ਦ ਵਰਡ ਰਾਗੀ ਇਟਸੈਲਫ ਮੀਨਸ ਜਿਹਨਾਂ ਨੂੰ ਰਾਗ ਵਿਦਿਆ ਦਾ ਨਿਪੁਣ ਹੋਣ, ਜਿਹੜੇ ਬੰਦੇ ਜਿਹਨਾਂ ਨੂੰ ਰਾਗ ਵਿਦਿਆ ਬਾਰੇ ਕੁਛ ਆਉਂਦਾ ਹੋਵੇ ਉਹ ਰਾਗੀ ਹਨ। ਤੇ ਜਿਹੜੇ ਅੱਜ ਕੱਲ੍ਹ ਦੇ ਬੜੇ ਰਾਗੀ ਅਨਫੋਰਚੁਨੇਟਲੀ ਇਹੋ ਜਿਹੇ ਹਨ ਜਿਹੜੇ ਰਾਗਾਂ ਚ ਕੀਰਤਨ ਨਹੀਂ ਕਰਦੇ, ਉਹ ਵੀ ਆਪਣੇ ਆਪ ਨੂੰ ਰਾਗੀ ਅਖਵਾਉਂਦੇ ਹਨ, ਪਰ ਰਾਗੀ ਦੇ ਜਿਹੜੇ ਲਿਟਰਲ ਮੀਨਿੰਗ ਹਨ, ਜਿਹੜੇ ਰਾਗ ਵਿਦਿਆ ਵਿੱਚ ਨਿਪੁੰਨ ਹੋਵਣ। ਹਰ ਮੰਦਿਰ ਮੇ ਜਾਏ ਪਹੁੰਚੇ, ਰਾਗੀ ਰਾਗ ਕਰਤ ਸੁਰ ਉੱਚੇ, ਮੰਜੀ ਸਹਿਤ ਗ੍ਰੰਥ ਥੈ ਥਾਪ, ਬੈਠੇ ਨਿਕਟ ਗੁਰ ਤਬ ਆਪ। ਤੇ ਮੰਜੀ ਦੇ ਸਹਿਤ, ਮੰਜੀ ਜਿਸ ਜਿਹਦੇ ਤੇ ਚੁੱਕਿਆ ਹੋਇਆ ਸੀ ਗ੍ਰੰਥ, ਉਹ ਗ੍ਰੰਥ ਸਾਹਿਬ ਜਿਹੜਾ ਵੈ ਦਰਬਾਰ ਸਾਹਿਬ ਦੀ ਅੰਦਰ ਜਿਹੜੀ ਜਗ੍ਹਾ ਦੇ ਵਿੱਚ ਗ੍ਰੰਥ ਨੂੰ ਥਾਪਨ ਕਰ ਦਿੱਤਾ। ਤੇ ਬੈਠੇ ਨਿਕਟ ਗੁਰੂ ਤਬ ਆਪ, ਬਾਬਾ ਬੁੱਢਾ ਜੀ ਤਾਬਿਆ ਬੈਠੇ ਹਨ ਤੇ ਗੁਰੂ ਅਰਜਨ ਦੇਵ ਮਹਾਰਾਜ ਉਹਦੇ ਨਾਲ ਨਿਕਟ ਨਾਲ ਬੈਠੇ ਹਨ। ਵਾਰ ਭੋਗ ਕੋ ਸੁਨ ਮਨ ਲਾਈ, ਆਸਾ ਕੀ ਵਾਰ ਦਾ ਕੀਰਤਨ ਚੱਲਦਾ ਪਿਆ ਸੀ ਤੇ ਵਾਸਾ ਦੀ ਵਾਰ ਦੇ ਕੀਰਤਨ ਦੀ ਭੋਗ ਦੀ ਸਮਾਪਤੀ ਤੱਕ ਵੇਟ ਕੀਤੀ। ਹੁਣ ਵੀ ਉਹੀ ਅਸੂਲ ਹੈ,
ਜੋ ਉਸ ਵੇਲੇ ਹੋਇਆ ਹੈ ਹੁਣ ਵੀ ਅੱਧਾ ਕੀਰਤਨ ਜਦੋਂ ਹੋ ਜਾਂਦਾ ਹੈ ਤੇ ਮਾਰੇ ਦੀ ਸਵਾਰੀ ਆਉਂਦੀ ਹੈ ਜਦੋਂ ਪੱਟਿਆਂ ਦੇ ਸਵੀਏ ਪੜ ਕੇ ਇਤਿਹਾਸਾਂ ਦੀ ਵਾਰ ਦਾ ਕੀਰਤਨ ਜਿਹੜਾ ਮੁਕੰਮਲ ਹੁੰਦਾ ਹੈ ਹੁਣ ਵੀ ਉਹੀ ਰੂਲ ਹਨ ਜੋ ਉਸ ਵੇਲੇ ਹੋਇਆ ਹੈ ਹਰ ਮੰਦਿਰ ਮੇ ਜਾਏ ਪਹੁੰਚੇ ਵਾਰ ਭੋਗ ਕੋ ਸੁਨ ਮਨ ਲਾਈ ਸ੍ਰੀ ਅਰਜਨ ਪੁਨ ਗਿਰ ਅਲਾਈ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਨੇ ਸਭ ਪੰਥ ਬਾਬਾ ਬੁੱਢਾ ਜੀ ਵਾਰ ਦਾ ਭੋਗ ਪੈ ਗਿਆ ਹੈ ਅਰਦਾਸ ਤੋਂ ਪੁੰਨ ਗ੍ਰੰਥ ਸਾਹਿਬ ਨੂੰ ਖੋਲੋ ਤੇ ਖੋਲ ਕੇ ਪਹਿਲਾ ਵਾਕ ਤੁਹਾਡੇ ਮੁਬਾਰਕ ਹੱਥਾਂ ਚੋਂ ਤੁਹਾਡੇ ਮੂੰਹੋਂ ਤੁਹਾਡੇ ਮੁਬਾਰਕ ਮੂੰਹ ਚੋਂ ਸੁਣਨਾ ਚਾਹੁੰਦੇ ਹਾਂ ਅਸੀਂ ਤੁਸੀਂ ਗੁਰੂ ਘਰ ਦੇ ਵੱਡੇ ਟਹਿਲ ਜੋਗੀ ਹੋ ਬ੍ਰਹਮ ਗਿਆਨੀ ਹੋ ਤੁਹਾਡੇ ਮੁਬਾਰਕ ਹੱਥਾਂ ਨਾਲ ਗ੍ਰੰਥ ਖੋਲੋ ਇਹਨਾਂ ਮੁਬਾਰਕ ਹੱਥਾਂ ਨਾਲ ਗ੍ਰੰਥ ਖੋਲ ਕੇ ਇਹਨਾਂ ਮੁਬਾਰਕ ਮੂੰਹ ਵਿੱਚੋਂ ਪਹਿਲਾ ਵਾਕ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਲਵੋ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੋ ਸਭ ਪੰਥ ਸੁਨ ਗੁਰ ਬਚਨ ਰੁਚਿਤ ਮਨ ਲਾਇਕ ਦੇਖੋ ਇੱਕ ਗੱਲ ਹੁੰਦੀ ਹੈ ਗੱਲ ਦੀ ਗੁਰੂ ਨੂੰ ਸੁਣ ਲੈਣੀ ਔਰ ਇੱਕ ਗੱਲ ਹੁੰਦੀ ਹੈ ਆਪਣੇ ਗੁਰੂ ਦੀ ਗੱਲ ਸੁਣ ਕੇ ਖੁਸ਼ੀ ਮਹਿਸੂਸ ਕਰਨੀ ਕਿ ਮੈਨੂੰ ਹੁਕਮ ਹੋਇਆ ਕੁਛ ਕਰਨ ਦਾ ਮੈਂ ਫਟੋਫਟ ਕਰਾਂ ਜਾ ਕੇ ਕੰਮ ਜਿਹੜਾ ਅਸੀਂ ਨਹੀਂ ਕਰ ਸਕਦੇ ਸੁਨ ਗੁਰ ਬਚਨ ਰੁਚਿਤ ਮਨ ਰੁਚੇ ਨਾਲ ਉੱਠੇ ਹੋ ਸਤ ਬਾਖ ਮੁਖ ਜਲਜ ਅਲਾਇਕ ਅਦਬ ਸੰਗ ਤਬ ਗ੍ਰੰਥ ਸੁਖੋਲਾ ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਉਹਨਾਂ ਨੇ ਖੋਲਿਆ ਉਹਨਾਂ ਨੇ ਗ੍ਰੰਥ ਜਿਹੜਾ ਜਿਹੜਾ ਬੰਦ ਸੀ ਗ੍ਰੰਥ ਉਸ ਗ੍ਰੰਥ ਨੂੰ ਗ੍ਰੰਥ ਦਾ ਪ੍ਰਕਾਸ਼ ਕੀਤਾ ਉਹਨਾਂ ਨੇ ਅਦਬ ਸੰਗ ਤਬ ਗ੍ਰੰਥ ਸੁਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਫਿਰ ਬਾਬਾ ਬੁੱਢਾ ਜੀ ਨੇ ਪਹਿਲਾ ਵਾਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠ ਕੇ ਇਹ ਇਹ ਵਾਕ ਆਇਆ ਹੈ ਪਹਿਲਾ ਮੈਂ ਪੂਰਾ ਵਾਕ ਸੁਣਾ ਦੇਣਾ ਜਿਹੜਾ ਸੁਰ ਪ੍ਰਕਾਸ਼ ਆਇਆ ਜਿਹੜਾ ਵਾਕ ਜਿਹੜਾ ਸਭ ਨੂੰ ਪਤਾ ਹੈ ਆਲਰੇਡੀ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਬਹਿਆ ਜਗ ਅੰਤਰ ਲਾਥੇ ਸਗਲ ਵਸੂਰੇ ਪੂਰਨ ਪੁਰਖ ਅਚੁਤ ਅਭਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਇਹ ਪਹਿਲਾ ਵਾਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਬਾ ਬੁੱਢਾ ਜੀ ਦੇ ਮੁਬਾਰਕ ਹੱਥਾਂ ਚੋਂ ਮੁਬਾਰਕ ਮੂੰਹ ਚੋਂ ਮਹਾਰਾਜ ਦੇ ਹੁਕਮ ਕਰਨ ਤੇ ਉਹਨਾਂ ਤੋਂ ਬਾਅਦ ਇਹ ਬਹੁਤ ਵੱਡਾ ਆਦਰ ਸਨਮਾਨ ਹੈ ਅੱਜ ਕੱਲ੍ਹ ਗ੍ਰੰਥੀਆਂ ਦੇ ਵਿਚਾਰਿਆਂ ਦੀ ਇੰਨੀ ਇੱਜ਼ਤ ਨਹੀਂ ਰਹੀ ਅੱਜ ਕੱਲ੍ਹ ਕੋਈ ਮਾਣ ਨਹੀਂ ਮਹਿਸੂਸ ਕਰਦਾ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਮੈਨੂੰ ਕਈ ਵਾਰੀ ਕੁਲਤਾਰ ਵੀਰ ਜੀ ਕਈ ਵਾਰੀ ਡਿਸਕਸ ਕਰਦੇ ਹੁੰਦੇ ਕਹਿੰਦੇ ਵੀਰ ਜੀ ਕਿਸੇ ਕਿਤੇ ਚਲੇ ਜਾਈਏ ਕਿਧਰੇ ਤੇ ਕਈ ਵਾਰੀ ਅਸੀਂ ਕੋਈ ਘਰ ਬੁਲਾ ਲਏ ਸਾਨੂੰ ਅਸੀਂ ਕਿਧਰੇ ਖਾਣਾ ਖਾ ਲਈਏ ਤੇ ਸਾਡੇ ਨਾਲ ਕੋਈ ਬੈਠਦਾ ਵੀ ਨਹੀਂ ਆ ਕੇ ਦੋ ਬੜੀ ਸਿਟਸ ਵਿਦ ਅਸ ਯੂ ਨੋ ਐਵਰੀਬਾਡੀ ਸਿਟਸ ਅਵੇ ਫਰੋਮ ਅਸ ਯੂ ਨੋ ਇਹ ਉਸ ਵੇਲੇ ਅਲੱਗ ਗੱਲ ਸੀ ਉਸ ਵੇਲੇ ਬੜੀ ਇੱਜ਼ਤ ਮਾਨ ਬੜਾ ਇੱਜ਼ਤ ਮਾਨ ਲੋਕ ਬਖਸ਼ਦੇ ਸਨ ਰਾਗੀਆਂ ਨੂੰ ਗ੍ਰੰਥੀਆਂ ਨੂੰ ਔਰ ਇਹ ਵੱਡਾ ਉੱਚ ਸਥਾਨ ਬੜਾ ਦਿੱਤਾ ਗਿਆ ਸੀ ਪਰ ਅੱਜ ਕੱਲ੍ਹ ਨਹੀਂ ਰਿਹਾ ਅੱਜ ਕੱਲ੍ਹ ਸਾਡੇ ਮਨ ਚ ਉਹਨਾਂ ਦੇ ਪ੍ਰਥਾਈ ਉਹ ਇੱਜ਼ਤ ਮਾਨ ਨਹੀਂ ਰਿਹਾ ਜੋ ਉਸ ਵੇਲੇ ਇੱਜ਼ਤ ਮਾਨ ਸੀ ਤੇ ਅੱਗੇ ਲਿਖਿਆ ਹੈ ਸੁਨ ਸਭੋਂ ਤਬ ਸੀਸ ਨਿਵਾਇਓ ਦੀਨ ਬੰਦ ਪ੍ਰਭ ਤਿੰਨ ਲਖ ਪਾਇਓ ਸ੍ਰੀ ਗੁਰ ਕਰਤੇ ਚਮਰ ਫਿਰੰਤਾ ਬੁੱਢਾ ਜਪ ਜੀ ਪਾਠ ਕਰੰਤਾ ਸ੍ਰੀ ਗੁਰ ਕਰਤੇ ਚਮਰ ਫਿਰੰਤਾ ਮਹਾਰਾਜ ਉੱਠ ਕੇ ਜਦੋਂ ਵਾਕ ਲਿੱਤਾ ਤੇ ਮਹਾਰਾਜ ਉੱਠ ਕੇ ਚੋਰ ਸੇਵਾ ਮਹਾਰਾਜ ਨੇ ਲਿੱਤੀ ਚੋਰ ਸੇਵਾ ਪਿੱਛੇ ਗੁਰੂ ਨੇ ਮਹਾਰਾਜ ਚੋਰ ਕਰਦੇ ਹਨ ਬਾਬਾ ਬੁੱਢਾ ਜੀ ਸਾਹਿਬ ਵਾਕ ਲੈਂਦੇ ਹਨ ਤੇ ਜਦੋਂ ਵਾਕ ਲੈਣ ਤੋਂ ਬਾਅਦ ਹੁਕਮ ਹੋਇਆ ਬੁੱਢਾ ਜਪਜੀ ਬਾਠ ਪਾਠ ਕਰਨ ਦਾ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੰਗਤ ਧਨ ਧਨ ਸੁਨ ਕਹੇ ਅਧਿਕ ਆਨੰਦ ਪ੍ਰੇਮ ਤੇ ਲਹੇ ਜਪਜੀ ਭੋਗ ਪਾਏ ਜੈਕਾਰਾ ਸੀਸ ਨਿਵਾਏ ਸਭੇ ਉਚਾਰਾ ਜਪਜੀ ਦੇ ਪਾਠ ਕਰਨ ਤੋਂ ਬਾਅਦ ਸਭ ਨੇ ਜੈ ਜੈਕਾਰ ਕੀਤੀ ਜੈ ਜੈ ਦੀ ਧੁਨ ਧਨ ਧਨ ਦੀ ਧੁਨੀ ਵੱਜ ਗਈ ਅਥ ਆਨੰਦ ਸ੍ਰੀ ਗੁਰੂ ਅਰਜਨ ਨਾਥ ਭੇ ਕਿਰਾਰਥ ਮਨ ਸਨਾਥ ਅਧਿਕ ਪ੍ਰੇਮ ਤੇ ਗਦ ਗਦ ਹੋਏ ਤੇ ਗੁਣ ਗਨ ਸ੍ਰੀ ਪਰਮੇਸ਼ਰ ਸੋਏ ਮਨ ਲੱਗਦਾ ਸੀ ਕਿ ਆਪ ਪਰਮੇਸ਼ਰ ਰੂਪ ਇੱਥੇ ਆ ਕੇ ਬੈਠ ਗਏ ਹਨ ਇਹ ਨਜ਼ਾਰਾ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹੁੰਦਾ ਸੀ ਉਸ ਦਿਨ ਦਾ ਜੋ ਸੂਰ ਪ੍ਰਕਾਸ਼ ਵਿੱਚ ਜਿਸ ਤਰ੍ਹਾਂ ਕਥਾ ਆਉਂਦੀ ਕਥਾ ਬੜੀ ਲੰਬੀ ਹੈ ਬੜੇ ਪੇਜਸ ਇਸ ਤੋਂ ਹੋਰ ਵੀ ਬਾਅਦ ਦੇ ਹਨ ਆਈ ਡੋਂਟ ਹੈਵ ਟਾਈਮ ਟੂ ਡਿਸਕਸ ਐਵਰੀਥਿੰਗ ਆਈ ਜਸਟ ਵਾਂਟਡ ਯੂ ਟੂ ਲਿਸਨ ਟੂ ਦੀ ਮੇਨ ਫਲੇਵਰ ਉਸ ਦਿਨ ਦਾ ਤੇ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਕਿ I want to share this also with you ki utthe eh vi bachan aaye hain ki maharaj itthe
ਹੋਇਆ ਕਿ ਦਰਬਾਰ ਸਾਹਿਬ ਕੀ ਹੋਇਆ ਕਰੇਗਾ। ਇਹ ਪਹਿਲੇ ਬਚਨ ਆਏ ਹਨ, ਮੈਂ ਉਹ ਵੀ ਤੁਹਾਨੂੰ ਸੁਣਾ ਦਿੰਦਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਦਰਬਾਰ ਸਾਹਿਬ ਦੀ ਮਰਿਆਦਾ ਦਾ। ਉਚਿਤ ਮੇਲ ਦੋਨੋਂ ਕੋ ਬਨੇ, ਮਹਾਰਾਜ ਨੇ ਬਾਬੜੇ ਜੀ ਨੇ ਕੁਐਸਚਨ ਕੀਤਾ, ਮਹਾਰਾਜ ਕੀ ਹੋਏਗਾ ਇੱਥੇ ਅੰਦਰ, ਕੀ ਕਥਾ ਹੋਏਗੀ ਅੰਦਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਹੋਏਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਹੀਂ? ਇਹ ਕਹਿੰਦੇ ਇਹ ਗੱਲ ਨਹੀਂ ਹੈ। ਉਚਿਤ ਮੇਲ ਦੋਨੋਂ ਕੇ ਬਨੇ, ਨਿਸ ਬਾਸਰ ਹਰ ਕੀਰਤਨ ਭਨੇ। ਨਿਸ ਬਾਸਰ ਮਨੇ ਦਿਨ ਰਾਤ, ਦਿਨ ਰਾਤ ਸਿਰਫ ਪਰਮਾਤਮਾ ਦੀ ਕੀਰਤੀ ਤੇ ਕੀਰਤਨ ਹੋਵੇਗਾ ਅੰਦਰ, ਹੋਰ ਕੁਛ ਨਹੀਂ ਹੋਏਗਾ ਅੰਦਰ। ਹੁਣ ਵੀ ਪੂਰੇ ਟਹਿਲ ਸੇਵਾ ਜਦੋਂ ਹੁੰਦੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ, ਸਵਾਏ ਸ਼ਾਮੀ ਰਹਿਰਾਸ ਦੇ ਟਾਈਮ ਇੱਕ, ਤੇ ਇੱਕ ਸੋਹਲੇ ਦੇ ਟਾਈਮ ਜੋ, ਜਾਂ ਅਰਦਾਸ ਦੇ ਟਾਈਮ ਜੋ ਜੋ ਹੁੰਦੇ ਹਨ, ਉਹਨਾਂ ਉਹਨਾਂ ਟਾਈਮਾਂ ਨੂੰ ਅਗਰ ਅਲੱਗ ਕਰ ਦਿਓ ਤੇ ਸਵਾਏ ਨਿਰੋਲ ਕੀਰਤਨ ਤੋਂ ਕੁਛ ਨਹੀਂ ਹੋ ਸਕਦਾ ਅੰਦਰ। ਅੰਦਰ ਤੁਸੀਂ ਜੈਕਾਰਾ ਵੀ ਕੋਈ ਛੱਡ ਨਹੀਂ ਸਕਦਾ ਅੰਦਰ, ਉਹ ਵੀ ਅਲਾਊਡ ਨਹੀਂ ਹੈ। ਕੋਈ ਕਥਾ ਨਹੀਂ ਹੋ ਸਕਦੀ, ਕੋਈ ਐਕਸਪਲੇਨੇਸ਼ਨ ਨਹੀਂ ਹੋ ਸਕਦੀ ਸ਼ਬਦ ਦੀ, ਕੁਛ ਨਹੀਂ ਹੋ ਸਕਦਾ, ਸਿਰਫ ਨਿਰੋਲ ਗੁਰਬਾਣੀ ਦਾ ਕੀਰਤਨ ਹੋ ਸਕਦਾ ਹੈ। ਇੱਥੇ ਤੱਕ ਤੁਸੀਂ ਨੋਟਿਸ ਕਰੋਗੇ ਦਰਬਾਰ ਸਾਹਿਬ ਅੰਦਰ ਮੋਸਟ ਰਾਗੀ ਨੂੰ ਪ੍ਰਮਾਣ ਦੇਣ ਦਾ ਵੀ ਹੁਕਮ ਨਹੀਂ ਹੈ, ਪ੍ਰਮਾਣ ਵੀ ਨਹੀਂ ਦਿੰਦੇ। ਹੁਣ ਮੈਨੀ ਪੀਪਲ ਮਾਈਟ ਨਾਟ ਨੋ ਵਟ ਪ੍ਰਮਾਣ ਇਜ਼, ਲੈਟ ਮੀ ਟੈਲ ਯੂ। ਅੱਜ ਕੱਲ੍ਹ ਹੁਣ ਵੀ ਸਿਸਟਮ ਚਲਾ ਗਿਆ ਸਾਰਾ। ਪਹਿਲੇ ਭਾਈ ਅਵਤਾਰ ਸਿੰਘ ਹੋਰੀ, ਭਾਈ ਜਵਾਲਾ ਸਿੰਘ ਹੋਰੀ, ਭਾਈ ਸਮੁੰਦ ਸਿੰਘ ਹੋਰੀ, ਧਰਮ ਸਿੰਘ ਜ਼ਖਮੀ, ਜਿਹੜੇ ਵੱਡੇ ਰਾਗੀ ਪੰਥ ਦੇ ਜਿਹੜੇ ਹੋਏ ਹਨ ਉਸ ਵੇਲੇ ਦੇ ਵੱਡੇ ਰਾਗੀ, ਇਹ ਬਾਣੀ ਬੜੀ ਕੰਠ ਸੀ ਇਹਨਾਂ ਨੂੰ ਬੜੀ। ਇੱਕ ਸ਼ਬਦ ਪੜ੍ਹਦੇ ਸਨ ਤੇ ਉਹਨਾਂ ਨੂੰ ਹਜ਼ਾਰਾਂ ਸ਼ਬਦ ਜਿਹੜੇ ਢੋਕਵੇਂ ਸ਼ਬਦ ਜਿਹੜੇ ਹਨ ਉਹਨਾਂ ਦੇ ਮਨ ਚ, ਦੇ ਡਿਡਨਟ ਹੈਵ ਐਨ ਆਈਫੋਨ ਇਨ ਦਾ ਫਰੰਟ, ਔਰ ਦੇ ਡਿਡਨਟ ਹੈਵ, ਦੇ ਹੈਡ ਐਵਰੀਥਿੰਗ ਅਪ ਹੇਅਰ, ਯੂ ਨੋ। ਸੋ ਉਹ ਫਿਰ ਜਦੋਂ ਗਾਉਂਦੇ ਸਨ ਸ਼ਬਦ, ਤੇ ਸ਼ਬਦ ਗਾਉਣ ਤੋਂ ਟਾਈਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਾਂ ਬਾਬਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸ਼ਬਦ ਕੱਢ ਕੇ ਤੇ ਪ੍ਰਮਾਣ ਰਾਹੀਂ ਗਾਉਂਦੇ ਸਨ ਉਹਨਾਂ ਸ਼ਬਦਾਂ ਨੂੰ। ਇਹ ਬੜਾ ਕਾਮਨ ਪ੍ਰਥਾ ਚੱਲਦੀ ਸੀ ਉਸ ਵੇਲੇ, ਪੁਰਾਣੀ ਕੀਰਤਨੀਆਂ ਵਿੱਚ ਇਹ ਬਹੁਤ ਕਾਮਨ ਸੀ। ਹੁਣ ਦੇ ਕੀਰਤਨੀਏ ਨਹੀਂ ਕਰਦੇ, ਐਂਡ ਰੀਜ਼ਨ ਮੇਰੇ ਹਿਸਾਬ ਨਾਲ ਨਹੀਂ ਕਰਦੇ, ਬਿਕਾਜ਼ ਦੇ ਡੋਂਟ ਹੈਵ ਇਨਫ ਨੌਲੇਜ ਟੂ ਡੂ ਇਟ, ਦੇ ਡੋਂਟ ਨੋ, ਦੇ ਕੈਨਾਟ ਪੁੱਲ ਆਫ, ਦੇ ਡੂ ਨਾਟ ਹੈਵ ਇਨਫ ਰੈਫਰੈਂਸਿਸ ਇਨ ਦੇਅਰ ਮਾਈਂਡ ਟੂ ਪੁੱਲ ਆਫ, ਜਸਟ ਲਾਈਕ ਦੈਟ ਨਹੀਂ ਪੁੱਲ ਆਫ ਕਰ ਸਕਦੇ ਰੈਫਰੈਂਸ, ਦੇ ਹੈਵ ਟੂ ਲੁੱਕ ਫਾਰ ਇਟ, ਯੂ ਨੋ। ਪੁਰਾਣੇ ਰਾਗੀਆਂ ਨੂੰ ਹੈ ਸੀ ਉਸ ਵੇਲੇ, ਤੇ ਮੈਂ ਤਾਂ ਤੁਹਾਨੂੰ ਗੱਲ ਸੁਣਾਈ ਕਿ ਇਹ ਉੱਥੇ ਕੀਰਤਨ ਦੀ ਮਰਿਆਦਾ ਬਾਰੇ ਵੀ ਆਈ ਹੈ ਗੱਲ ਕਿ ਉਚਿਤ ਮੇਲ ਦੋਨੋਂ ਕੇ ਬਨੇ, ਨਿਸ ਬਾਸੁਰ ਹਰ ਕੀਰਤਨ ਬਨੇ, ਸੁਨ ਗੁਰਦਾਸ ਸੋ ਬਾਖ ਹਮਾਰੇ, ਸ੍ਰੀ ਗੁਰੂ ਰਾਮਦਾਸ ਦਰਬਾਰੇ। ਹੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ, ਇਹ ਗੁਰੂ ਰਾਮਦਾਸ ਦੀ ਦਰਬਾਰ ਦੀ ਮਰਿਆਦਾ ਮੇਰੇ ਕੋਲ ਸੁਣੋ, ਗੋਬਿੰਦ ਦੇਵ ਮਹਾਰਾਜ ਦੇ ਬਚਨ ਹਨ ਕਿ ਇੱਥੇ ਕੀਰਤਨ ਸਵਾਏ ਹੋਰ ਕੁਛ ਨਹੀਂ ਹੋ ਸਕੇਗਾ। ਇੱਕ ਗੱਲ ਮੈਂ ਹੋਰ ਸ਼ੇਅਰ ਕਰਦੇ ਹਾਂ ਬਿਫੋਰ ਆਈ ਸਟਾਪ, ਐਂਡ ਇਜ਼ ਦੈਟ ਕਿ ਹੁਣ ਵੀ ਦਰਬਾਰ ਸਾਹਿਬ ਸ਼ਾਮੀ ਜਦੋਂ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਗਵਾਲੀਅਰ ਕਿਹਦੇ ਵਿੱਚ ਸਨ ਜਦੋਂ, ਤੇ ਦਰਬਾਰ ਸਾਹਿਬ ਨਹੀਂ ਸਨ ਉਹਨਾਂ ਚਿਰ ਵਿੱਚ, ਬਾਬਾ ਬੁੱਢਾ ਜੀ ਦਰਬਾਰ ਸਾਹਿਬ ਅੰਦਰ ਨਹੀਂ ਜਾਂਦੇ ਸਨ, ਬਾਹਰੋਂ ਮੱਥਾ ਟੇਕਦੇ ਸਨ। ਸਾਲ ਡੇਢ ਸਾਲ ਚੱਲਿਆ ਚੱਕਰ ਹੈ, ਤੇ ਚੌਕੀ ਨਿਕਲਦੀ ਸੀ ਬਾਬਾ ਬੁੱਢਾ ਜੀ ਦੀ, ਚੌਂਕੀ ਹੁਣ ਵੀ ਨਿਕਲਦੀ ਹੈ ਉਹਨਾਂ ਦੀ ਯਾਦ ਵਿੱਚ। ਤੇ ਉਹ ਚੌਂਕੀ ਬਹੁਤ ਯੂਨੀਕ ਹੈ, ਅਗਰ ਕਿਸੇ ਨੇ ਦਰਸ਼ਨ ਕੀਤੇ ਹੋਣ ਉਸ ਚੌਂਕੀ ਦੇ। ਲੈਟ ਮੀ ਡਿਫਾਈਨ ਵਟ ਅ ਚੌਂਕੀ ਇਜ਼ ਫਸਟ ਆਫ ਆਲ, ਕਿਸੇ ਨੂੰ ਚੌਂਕੀਆਂ ਦਾ ਨਹੀਂ ਪਤਾ, ਸੋ ਚੌਂਕੀ ਵੀ ਡਿਫਾਈਨ ਕਰ ਦੇਣਾ, ਚੌਂਕੀ ਕੀ ਹੁੰਦੀ ਹੈ। ਸੋ ਚੌਂਕੀ ਹੁੰਦੀ ਹੈ ਜਦੋਂ ਦੋ ਪੰਜ ਸਿੱਖ ਅੱਗੇ ਨਿਸ਼ਾਨ ਸਾਹਿਬ ਲੈ ਕੇ ਤੇ ਸ਼ਬਦ ਪੜ੍ਹਦੇ ਹਨ, ਤੇ ਕੀਰਤਨ ਚੌਂਕੀ ਤੇ ਅਲੱਗ ਹੁੰਦੀ, ਇਹ ਚੌਂਕੀ ਨਿਕਲਦੀ ਹੈ ਇੱਕ ਸ਼ਬਦ ਪੜ੍ਹਦੇ ਹਨ ਪਿੱਛੋਂ, ਤੇ ਗੁਰ ਪਰਮੇਸ਼ਰ ਏਕੋ ਜਾਨ ਦਾ ਸ਼ਬਦ ਪੜ੍ਹਦੇ ਹਨ, ਤੇ ਉਹ ਚੌਂਕੀ ਦਰਬਾਰ ਸਾਹਿਬ ਹਰਿਮੰਦਰ ਉੱਥੋਂ ਸ਼ੁਰੂ ਹੁੰਦੀ ਹੈ ਜਿਹੜੀਆਂ ਸੀੜੀਆਂ ਤੋਂ ਘੰਟੇ ਘਰ ਦੀਆਂ, ਤੇ ਉਹ ਵਾਪਿਸ ਪੂਰਾ ਚੱਕਰ ਲਗਾ ਕੇ ਦਰਬਾਰ ਸਾਹਿਬ ਅੰਦਰ ਆਉਂਦੇ ਹਨ। ਤੇ ਜਦੋਂ ਜਿਹੜੇ ਚਾਰ ਦਰਵਾਜ਼ੇ ਨੇ ਹਰਿਮੰਦਰ ਸਾਹਿਬ ਦੇ, ਚਾਰੋ ਦਰਵਾਜ਼ਿਆਂ ਦੇ ਸਾਹਮਣੇ ਖੜੇ ਹੋ, ਚੌਂਕੀ ਅੰਦਰ ਨਹੀਂ ਜਾਂਦੀ, ਅੰਦਰ ਦਾਖਲ ਨਹੀਂ ਹੁੰਦੀ ਚੌਂਕੀ, ਬਾਹਰ ਖੜੇ ਹੋ ਕੇ ਬਸ ਪੜ੍ਹਦੇ ਹਨ ਸ਼ਬਦ, ਤੇ ਇਹ ਬਾਬਾ ਬੁੱਢਾ ਜੀ ਨਾਲ ਆਇਆ ਕਰਦੇ ਸਨ ਉਸ ਵੇਲੇ, ਤੇ ਇਹ ਚੌਂਕੀ ਉਹਨਾਂ ਦੀ ਯਾਦ ਵਿੱਚ, ਉਹ ਚੌਂਕੀ ਹੁਣ ਵੀ ਲੱਗਦੀ ਹੈ ਚੌਂਕੀ। ਤੇ ਉਹ ਚੌਂਕੀ ਵਿੱਚ ਉੱਥੇ ਵੀ ਗੁਰੂ ਪਰਮੇਸ਼ਰ ਏਕੋ ਜਾਨ ਸ਼ਬਦ ਪੜ੍ਹਦੇ ਹਨ, ਤੇ ਅੰਦਰ ਮਹਾਰਾਜ ਪ੍ਰਕਾਸ਼ ਹੁੰਦਾ ਹੈ ਅੰਦਰ, ਤੇ ਅੰਦਰ ਕੀਰਤਨ ਨਹੀਂ ਹੁੰਦਾ, ਕੀਰਤਨ ਬੰਦ ਹੋ ਜਾਂਦਾ। ਇਹ ਉਹਨਾਂ ਦੀ ਰਿਸਪੈਕਟ ਦਿੰਦੇ ਨੇ ਬਾਬਾ ਬੁੱਢਾ ਜੀ ਨੂੰ, ਇਤਨੀ ਭਾਰੀ ਰਿਸਪੈਕਟ ਹੈ ਉਹਨਾਂ ਦੀ ਸਿੱਖ ਜਗਤ ਵਿੱਚ। ਅਨਫੋਰਚੁਨੇਟਲੀ ਸਾਡੇ ਦੇ ਬੱਚਿਆਂ ਨੂੰ, ਸਾਡੇ ਵੱਡਿਆਂ ਨੂੰ, ਬਹੁਤ ਲੋਕਾਂ ਨੂੰ ਉਹਨਾਂ ਦੀ ਲਾਈਫ ਬਾਰੇ ਬਹੁਤਾ ਕੋਈ ਪਤਾ ਨਹੀਂ ਹੈ, ਕਿਤਨਾ ਅਚੀਵਮੈਂਟ, ਉਹਨਾਂ ਦੀ ਵੱਡੀ ਲਾਈਫ ਦੀ ਅਚੀਵਮੈਂਟ ਉਹਨਾਂ ਨੇ ਜੋ ਕੀਤੀਆਂ ਹਨ। ਔਰ ਫਿਰ ਇੱਕ ਦਰਵਾਜ਼ੇ ਤੇ ਖੜੇ ਹੁੰਦੇ ਹਨ ਚੌਕੀ ਵਾਲੇ, ਫਿਰ ਦੂਸਰੇ ਦਰਵਾਜ਼ੇ ਜਾਂਦੇ ਹਨ, ਫਿਰ ਉੱਥੇ ਵੀ ਉਹ ਸ਼ਬਦ ਪੜ੍ਹਦੇ ਹਨ, ਫਿਰ ਪਿਛਲੇ ਹਰਕੀ ਪੌੜੀ ਵਾਲੇ ਪਿਛਲੇ ਦਰਵਾਜ਼ੇ ਜਾਂਦੇ ਹਨ, ਉੱਥੇ ਖੜੇ ਹੁੰਦੇ ਹਨ ਮਹਾਰਾਜ ਦੀ ਬੀੜ ਦੇ ਪਿੱਛੇ, ਫਿਰ ਇਸ ਪਾਸੇ ਜਿਹੜਾ ਹੈ ਜਿਹੜਾ ਉਸ ਪਾਸੇ ਜਿਹੜੇ ਦਰਵਾਜ਼ੇ ਉੱਥੇ ਖੜੇ ਹੁੰਦੇ ਹਨ, ਫਿਰ ਚੌਕੀ ਬਾਹਰ ਚਲੀ ਜਾਂਦੀ ਹੈ। ਵਾਂਸ ਦ ਚੌਂਕੀ ਲੀਵਸ, ਓਨਲੀ ਦੈਨ ਦ ਕੀਰਤਨ ਸਟਾਰਟਸ ਅਗੇਨ, ਕੀਰਤਨ ਸਟਾਪਸ ਫੋਰ ਦੈਟ ਟਾਈਮ। ਇਹ ਉਹਨਾਂ ਦੀ ਯਾਦ ਵਿੱਚ ਹੁਣ ਤੱਕ ਚੌਂਕੀ ਲੱਗਦੀ ਆ ਰਹੀ ਹੈ, ਉਸ ਮਹਾਨ ਤੇਜਸਵੀ
महान ब्रह्म ज्ञानी की याद में जिहड़े जिन्हां ने सिख जगत नू इतना कुछ दिता और आप ब्रह्म ज्ञानी नाम दे रसीए नाम दी पूर्ण प्राप्ति परमेश्वर रूप सन आप ते ब्रह्म ज्ञानी दी अष्टपदी कई बारी मैं लगता है कि जैसा उन्होंने देख के सामने लिखी हो उस महान शख्सियत दे उते तू सुनदे पे हो आज तो लेट मी स्टॉप फॉर अ फ्यू मिनट्स एंड सी इफ समबडी हैज अ क्वेश्चन आई एम गोइंग टू स्पीक फॉर फ्यू मोर मिनट्स एंड देन स्टॉप बट आई लाइक टू सी व्हाट यू गाइस लर्नड एंड होपफुली एवरीबॉडी इज मूव्ड विद हिज लाइफ यू नो उन्होंने दी लाइफ सुन के या जी आई हैव अ क्वेश्चन जदों गुरु नानक देव जी की ज्योति लाइक ज्योत हुए ने ते व्हाट वाज द एज ऑफ भाई बुड्ढा जी आई डू नॉट नो एग्जैक्टली विजी आई थिंक ही मस्ट बी इन द टीनेजर ते डू यू थिंक देयर वाज एनी रोल इन हिज एक्चुअली एक्चुअली यू नो व्हाट विजी विजी एक्चुअली आई कैन टेल यू हाउ ओल्ड ही मस्ट हैव बीन If somebody can just go to the Google and see ki Maharaj di Jyoti Jyot Samaan da year keda hai because ina da janam 1506 da hai so you can just subtract from there and find out exactly 1539 so fir unadi ne fir then 1539 se karo Jyoti Jyot fir 33 years old so Viji what do you think his role was in you know in actually letting Bhai Lehna ji be the next guru rather than Guru Sahib's own little children. Because itihas vich is bare koi bohta likhya milda nahi hai bhi role ki si unhan da but role eh si ki guru ghar di tel seva vich san Guru Nanak Dev ji di bohut tel seva mane hathi seva karde and everything he was heavily involved in the affairs of the gurdwara but as far as his say as to what the next guru should have been or would have been itihas vich main nahi kidre padhya veer ji shayad kisi hor ne padhya hove te pata nahi main I have studied a lot and meri study vich kidre koi oh ji gal nahi aayi ki unna ne kuch kiya hove ki maharaj inna nu guriyai bakhsho te inna nu na bakhsho I would love to hear somebody else speak on this topic aur main nahi kidre padhya ki unna ne dakhal andazi kiti hove kise gal ch अगे जाके भी तुसी इन्हां नूं गुरियाई दियो ते इन्हां नूं ना दियो या ए डिजर्व करदे हन या ए डिजर्व नहीं करदे नहीं एओ जी कोई गल मैं नहीं सुनी वीर जी ना मैं सुनी है ते ना मैं पढ़ी है किते आई हैव नॉट रेड इट या आई हैव नॉट सो बिकॉज़ ना दैट डिसीजन ऑफ नॉट गिविंग द एक्चुअल गुरगद्दी टू भाई लैन टू हिज ओन सॉरी चिल्ड्रन वाज आई थिंक And you know, an absolutely sort of a tremendous decision because not that you know both his boys didn't want it. I think you know they actually did because they too were very very accomplished, right? Well, accomplished in a different way. Banegi janam sakhiyan jo bade aaye inki us wale accomplished nahi san Baba Shri Chand ji. ਅੱਗੇ ਜਾ ਕੇ ਉਹਨਾਂ ਨੂੰ ਅਕੰਪਲਿਸ਼ਮੈਂਟ ਮਿਲੀ ਜਦੋਂ ਗੁਰਿਆਈ ਜਦੋਂ ਚਲੀ ਗਈ ਕਾਫੀ ਸਾਲਾਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਆਈ ਵਾਸ ਔਨ ਦਾ ਰੋਂਗ ਪਾਥ ਮੇ ਬੀ ਆਈ ਡਿਡ ਨਾਟ ਸਰਵ ਮਾਈ ਫਾਦਰ ਵੈਲ ਯੂ ਨੋ ਬਟ ਉਹ ਦੇਖੋ ਜੀ ਪ੍ਰਮਾਤਮ ਰੂਪ ਸਨ ਵੀ ਜੀ ਉਹ ਅਸੀਂ ਕੀ ਜਾਣ ਸਕਦੇ ਉਹਨਾਂ ਦੇ ਮਨ 'ਚ ਕੀ ਚੱਲਦਾ ਪਿਆ ਸੀ ਉਹਨਾਂ ਨੇ ਜੋ ਠੀਕ ਸਮਝਿਆ ਉਹਨਾਂ ਨੇ ਕੀਤਾ ਉਸ ਵੇਲੇ ਔਰ ਇਹ ਇਤਨੀ ਵੱਡੀ ਗੱਲ ਨਹੀਂ ਸੀ ਕਿਸ ਨੂੰ ਗੁਰਿਆਈ ਬਖਸ਼ੀ ਇਹ ਵੱਡੀ ਗੱਲ ਵੀਰ ਜੀ ਇਹ ਨਹੀਂ ਸੀ ਵੱਡੀ ਗੱਲ ਸੀ ਕਿ ਆਪਣੇ ਹੁੰਦਿਆਂ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਪੂਰੇ ਸੰਗਤ ਦੇ ਸਾਹਮਣੇ ਮੱਥਾ ਟੇਕਿਆ ਉਹ ਤੁਸੀਂ ਸੋਚੋ ਕਿ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਿੰਝ ਮਹਿਸੂਸ ਹੋਇਆ ਹੋਣਾ ਉਸ ਦਿਨ ਉਹਨਾਂ ਦੀ ਹਿਰਦੇ ਦੀ ਹਾਲਤ ਸਮਝੋ ਤੁਸੀਂ ਹਾਂਜੀ ਜਿਨ੍ਹਾਂ ਨੇ ਇਹ ਲਾਈਨਾਂ ਲਿਖੀਆਂ ਹਨ ਕਿ ਕਰੋੜਾਂ ਸੂਰਜਾਂ ਤੇ ਹਜ਼ਾਰਾਂ ਚੰਦਰਮਾ ਦਾ ਜੇ ਚਾਨਣਾ ਵੀ ਹੋਵੇ ਤੇ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ ਅਸਲ ਦੀ ਵਾਰ ਚ ਵਰਡ ਆਏ ਨਾ ਉਹਨਾਂ ਦੇ ਮੱਲੇ ਦੂਜੇ ਦੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਥੇ ਚਾਨਣ ਹੁੰਦੇ ਆ ਆਏ ਨਾ ਵਰਲਡ ਇਹ ਉਹਨਾਂ ਦੀ ਬਾਣੀ ਵਿੱਚੋਂ ਆਏ ਹਨ ਜਿਹੜੇ ਇਹੋ ਜਿਹੇ ਗੁਰੂ ਦੇ ਜਿਹੜੇ ਉਪਾਸ਼ਕ ਉਹਨਾਂ ਦੀ ਉਹ ਜਦੋਂ ਜਦੋਂ ਆਪ ਗੁਰਗੱਦੀ ਤੇ ਬੈਠੇ ਹੋਣੇ ਤੇ ਮਹਾਰਾਜ ਥੱਲੇ ਬੈਠੇ ਹੋਣੇ ਸੰਗਤ ਨਾਲ ਮਹਾਰਾਜ ਥੱਲੇ ਬੈਠੇ ਹੋਣੇ ਜਦੋਂ ਸੰਗਤ ਜਿੱਥੇ ਆਮ ਸੰਗਤ ਬੈਠਦੀ ਹੈ ਉੱਥੇ ਬੈਠੇ ਹੋਣੇ ਤੇ ਉਹਨਾਂ ਦੇ ਮਨ 'ਚ ਕੀ ਚੱਲ ਰਿਹਾ ਹੋਣਾ ਇਹ ਇੱਕ ਬੇਮਿਸਾਲ ਹੈ ਵਾਲੀ ਗੱਲ ਨਾ ਹੁਣ ਕੋਈ ਮਾਈਕਾ ਲਾਲ ਕਰ ਸਕਦਾ ਇਸ ਵੇਲੇ ਹਾਂਜੀ ਆਪਣੇ ਹੁੰਦਿਆਂ ਕਿਸੇ ਨੂੰ ਥਾਪ ਦੇਵੇ ਆਪ ਥੱਲੇ ਬੈਠ ਜਾਏ ਫਿਰ ਆਪ ਹੀ ਨਾ ਮੱਥਾ ਟੇਕੇ ਸੰਗਤ ਨੂੰ ਮੱਥਾ ਟਿਕਵਾ ਦਿੱਤਾ ਪੂਰੀ ਸੰਗਤ ਨੂੰ ਬਾਬੇ ਲੈਣਾ ਲੈਣਾ ਤੁਹਾਡੇ ਗੁਰੂ ਹੈ ਮੈਂ ਨਹੀਂ ਹਾਂ ਹਾਂਜੀ
ਇਹ ਇੱਕ ਇਹ ਇਹ ਜਿਹੜੀ ਅਕੰਪਲਿਸ਼ਮੈਂਟ ਉਹਨਾਂ ਦੀ ਜਿਹੜੀ ਹੈ ਇਹ ਬਹੁਤ ਵੱਡੀ ਇੱਕ ਉਹਨਾਂ ਨੇ ਐਗਜ਼ਾਮਪਲ ਪੂਰੇ ਦੁਨੀਆ ਦੇ ਸਾਹਮਣੇ ਰੱਖੀ। ਦੁਨੀਆ ਜੀ ਕੋਈ ਦੂਸਰੀ ਤੁਸੀਂ ਇੱਕ ਐਗਜ਼ਾਮਪਲ ਮੈਨੂੰ ਹੋਰ ਦੱਸ ਦਿਓ ਦੁਨੀਆ ਦੇ ਇਤਿਹਾਸ ਚੋਂ, ਇੱਕ ਐਗਜ਼ਾਮਪਲ ਖਾਲੀ ਇਹੋ ਜੀ ਕਿ ਆਪਣੇ ਹੋਣੀਆਂ ਕਿਸੇ ਨੂੰ ਗੁਰੂ ਥਾਪ ਦੇਣਾ, ਫਿਰ ਉਸਨੂੰ ਮੱਥਾ ਟੇਕ ਦੇਣਾ, ਸੰਗਤ ਨੂੰ ਮੱਥਾ ਟਿਕਵਾ ਕੇ ਆਪ ਥੱਲੇ ਬੈਠ ਜਾਣਾ ਤੇ ਦੋ ਡੇਢ ਦੋ ਮਹੀਨੇ ਜਿਹੜੀ ਜ਼ਿੰਦਗੀ ਉਹਨਾਂ ਦੀ ਬਾਕੀ ਸੀ, ਜਿਹੜੇ ਸਵਾਸ ਬਾਕੀ ਸਨ, ਜਿਹੜੇ ਵੀ whatever time span it was very little, it was weeks, in weeks, not in months though, but ਤਾਂ ਵੀ ਜੋ ਵੀ ਸਨ ਜੋ ਵੀ ਟਾਈਮ ਸੀ ਜਿਹੜਾ, ਫਿਰ ਕਿਸੇ ਦੇ ਮਨ ਚ ਡਾਊਟ ਨਹੀਂ ਰਹਿ ਪੈਂਦਾ, ਹੈ ਨਾ। ਸੋ ਇਹ ਬਹੁਤ ਵੱਡੀ ਉਹਨਾਂ ਦੀ ਵੱਡੇ ਕਰਨ ਵਾਲੇ ਸਨ। ਬਾਬਾ ਬੁੱਢਾ ਜੀ ਦੀ ਜ਼ਿੰਦਗੀ ਮੈਂ ਇੱਕ ਛੋਟੀ ਜਿਹੀ ਹੋਲ ਗਾ ਰਹੀ ਥੀ, ਮੈਂ ਕਹਿਣੀ ਹੈ, ਬਟ ਆਈ ਵਿਲ ਵੇਟ ਟੂ ਸੀ ਐਨੀ ਮੋਰ ਕੁਐਸਚਨਸ ਆਰ ਦੇਅਰ ਔਰ ਨਾਟ। ਵੀ ਵਿਲ ਐਂਡ ਟ੍ਰਾਈ ਟੂ ਐਂਡ ਦ ਕਲਾਸ ਔਨ ਟਾਈਮ। ਲਾਸਟ ਟਾਈਮ ਬਹੁਤ ਲੇਟ ਹੋ ਗਿਆ ਸੀ, ਆਈ ਡੋਂਟ ਵਾਂਟ ਟੂ ਹੈਵ ਦੈਟ ਲੇਟ, ਯੂ ਨੋ 10:15, 10:20 ਐਟ ਦ ਲੇਟੈਸਟ ਤੱਕ ਆਈ ਵੁੱਡ ਲਾਈਕ ਟੂ ਐਂਡ ਟੂਡੇ, ਯੂ ਨੋ ਨਾਟ ਕੈਰੀ ਔਨ ਟੂ ਫਾਰ, ਯੂ ਨੋ ਆਈ ਵਿਲ ਵੇਟ ਫਾਰ ਇਫ ਐਨੀਬਡੀ। ਪ੍ਰੀਤ, ਯੂ ਹੈਵ ਅ ਕੁਐਸਚਨ ਜੀ? ਯਾ, ਮੈਂ ਪੁੱਛਣਾ ਸੀਗਾ, ਇਜ਼ ਦੇਅਰ ਐਨੀ ਡਾਕੂਮੈਂਟੇਸ਼ਨ ਅਬਾਊਟ ਹਿਸ ਲਿਨੀਏਜ ਔਰ ਪੇਰੈਂਟਸ ਦੇ ਬਾਰੇ, ਔਰ ਡਿਡ ਹੀ ਐਵਰ ਗੈਟ ਮੈਰਿਡ, ਹੈਵ ਐਨੀ ਕਿਡਸ ਐਨੀਥਿੰਗ? Yes, 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 yes. Puri lineage bare pata hai. Main oh bhi, I will talk about it. Maybe next time I'll give you. Okay. Kyunki Preet ji, jadon 6th guru to baad, jadon Guru Har Rai Patshah di guruai da tilak, agge ja ke Guru Har Krishan Maharaj di guruai da tilak, phir agge ja ke Guru Tegh Bahadur Maharaj da guruai da tilak, phir agge ja ke Guru Gobind Singh Maharaj da guruai da tilak jada hai, eh bhi inna de khandan de vichon litta hai. Hmm. Agge ja ke inna de chauthi jehdi peedhi vichon, one of other favorite, mere favorite other characters from Sikhi vichon, aur unna da itihas padh ke de banda itna gadgad ho janda hai. Ram Kuer Singh ji, I don't know whether people have even heard his name or not, puran brahm gyani san, puran sikh, bahut uch koti de. Jadon main example deyan tuhanu, oh unna de khandan chauthi peedi si, mere ke panchvi peedi si baba buddha ji di, ਜਦੋਂ ਉਹ ਆਏ ਨਾ ਵਰਡ ਸੁਖਮਨੀ ਦੇ, ਜਿਹੜੇ ਜਿਹਦੇ ਬ੍ਰਹਮ ਗਿਆਨ, ਜਿਹੜੀ ਅਸ਼ਪਦੀ ਆਉਂਦੀ ਆ, ਜਿਹਦੇ ਜੀਵਨ ਮੁਕਤੀ ਗਦਾ ਆਉਂਦੀ ਹੈ ਕਿ ਜਿੱਥੇ ਜੀਵਨ ਮੁਕਤ ਸੋ ਕਹਾਵੇ, ਜੈਸਾ ਹਰਕ ਤੈਸਾ ਉਸ ਸੋਗ, ਹੈ ਨਾ, ਜੈਸਾ ਸਵਰਨ ਤੈਸੀ ਉਸ ਮਾਟੀ, ਇਹ ਜਿਹੜੇ ਜਿਹੜੀ ਉਹ ਜਿਹੜਾ ਜਿਹੜਾ ਪਦਾ ਜਿਹੜਾ ਹੈ ਸੁਖਮਨੀ ਸਾਹਿਬ ਦਾ, ਤੇ ਇਤਿਹਾਸ ਲਿਖਿਆ ਬੜੀ ਜਗ੍ਹਾ ਕਿ ਜਦੋਂ ਪਾਠ ਕਰਦੇ ਮਾਤਾ ਗੁਜਰੀ ਜੀ ਤੇ ਬੜੀ ਵਾਰੀ ਰੁਕ ਜਾਂਦੇ ਉੱਥੇ, ਤੇ ਮਤਾਵਾਂ ਬੜੀਆਂ, ਗੁਰੂ ਮਤਾਵਾਂ ਔਰ ਗੁਰੂ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਤੋਂ ਕਰਦੇ ਸੀ, ਮਾਤਾ ਦੇ ਮਨ ਚ ਕਈ ਵਾਰੀ ਇੱਕ ਵਾਰੀ ਕੋਈ ਵਹਿਮ ਜਾ ਪਿਆ ਕਿ ਇਹ ਜਿਹੜੀ ਗੱਲਾਂ ਗੁਰੂ ਦੇ ਮਹਾਰਾਜ ਲਿਖ ਕੇ ਗਏ, ਇਹ ਬੰਦਾ ਇਹ ਕੋਈ ਹੋ ਵੀ ਸਕਦਾ, ਇਹੋ ਜਿਹਾ ਕੋਈ ਹੈ ਇਹੋ ਜਿਹਾ ਬੰਦਾ ਕਿ ਖਾਲੀ ਲਿਖ ਗਏ, ਖਾਲੀ ਇਹ ਇੱਕ ਹਾਈਪੋਥੈਟੀਕਲ ਕੋਈ ਕਿਸੇ ਦੀ ਡੈਫੀਨੇਸ਼ਨ ਦੇ ਦਿੱਤੀ ਹੈ ਸੁਖਮਨੀ ਚ ਕਦਰੇ, ਕਿ ਬੰਦਾ ਇਹ ਕ੍ਰੀਏਟ ਕਰ ਲਿੱਤਾ ਉਹਨਾਂ ਨੇ ਆਪਣੀ ਮੈਮਰੀ ਵਿੱਚੋਂ, ਯੂ ਨੋ, ਕਿ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ, ਇਹੋ ਜਿਹਾ ਬੰਦਾ ਕੋਈ ਹੋ ਸਕਦਾ ਕੋਈ? ਤੇ ਮਨ ਸ਼ੰਕਾ ਹੋਈ ਉਹਨਾਂ ਦੇ, ਸੁਰ ਪ੍ਰਕਾਸ਼ ਲਿਖਿਆ ਉਹਨਾਂ ਨੇ, ਅਗਲੇ ਦਿਨ ਜਾ ਕੇ ਆਪਣੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੂੰ ਰਿਕੁਐਸਟ ਕੀਤੀ, ਮਹਾਰਾਜ ਇਹ ਜਿਹੜੀਆਂ ਲਾਈਨਾਂ ਸੁਖਮਨੀ ਚ ਆਈਆਂ ਹਨ, ਇਹੋ ਜਿਹਾ ਕੋਈ ਬੰਦਾ ਹੈ? ਕੋਈ ਜੀਵਿਤ ਹੈ ਇਹੋ ਜਿਹਾ ਬੰਦਾ? ਜੇ ਹੈ ਇਹੋ ਜਿਹਾ ਬੰਦਾ ਤੇ ਦਰਸ਼ਨ ਕਰਾਓ, ਮੈਂ ਪੈਰ ਪਕੜਨਾ ਚਾਹੁੰਦੀ ਹਾਂ ਉਹਨਾਂ ਦੇ, ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ ਉਹਨਾਂ ਦੇ, ਮੈਂ ਆਪਣੀ ਹੱਥਰ ਲੰਘਣ ਪਕਾਉਣਾ ਚਾਹੁੰਦੀ ਹਾਂ ਉਹਨਾਂ ਦੇ ਵਾਸਤੇ, ਇਹੋ ਜਿਹੇ ਇਨਸਾਨ ਦੇ ਮੈਨੂੰ ਦਰਸ਼ਨ ਕਰਾਓ। ਉੱਥੇ ਇਤਿਹਾਸ ਲਿਖਿਆ ਹੋਇਆ, ਮਹਾਰਾਜ ਨੇ ਕਿਹਾ ਹੈ ਕਿਉਂ ਨਹੀਂ ਹੈ, ਬੜੇ ਹੈ, ਮੈਂ ਤੁਹਾਨੂੰ ਕੱਲ ਦਰਸ਼ਨ ਕਰਾਵਾਂਗਾ। ਤੇ ਰਾਮ ਕੁਹਰ ਸਿੰਘ ਦੀ ਜਦੋਂ ਟੈਲ ਸੇਵਾ ਕਰਦੇ ਸਨ ਗੁਰਦੁਆਰੇ, ਯਾਦ ਆ ਰਿਹਾ ਕਿਸ ਗੁਰਦੁਆਰੇ ਦਾ ਨਾਮ, ਸਨੇਹਾ ਭਿਜਵਾਇਆ, ਜਾਣੀ ਜਾਣ ਸਨ, ਬ੍ਰਹਮ ਗਿਆਨੀ ਸਨ, ਉੱਥੇ ਸੁਨੇਹਾ ਲੈ ਕੇ ਸਿੱਖ ਆਇਆ ਕਿ ਮਾਤਾ ਜੀ ਯਾਦ ਕਰਦੇ ਹਨ ਤੁਹਾਨੂੰ, ਮਹਾਰਾਜ ਅਨੰਦਪੁਰ ਸਾਹਿਬ ਬੁਲਾਇਆ ਹੈ ਤੁਹਾਨੂੰ, ਤੇ ਉਹ ਆਲੇ ਸਿੱਖ ਪਹੁੰਚਿਆ ਨਹੀਂ ਸੀ ਤੇ ਘੋੜੇ ਤੇ ਬੈਠੇ ਸਨ, ਉਹਨੂੰ ਪਤਾ ਸੀ ਆਉਣ ਵਾਲਾ ਬੰਦਾ, ਇਹੋ ਜਿਹੇ ਜਾਣੀ ਜਾਣ ਸਨ। ਕਥਾ ਲੰਬੀ ਹੈ ਬੜੀ, ਮੈਂ ਉਸ ਵਿੱਚ ਉਸ ਪਾਸੇ ਜਾਣਾ ਨਹੀਂ, ਕਦੀ ਜਦੋਂ ਰਾਈਟ ਟਾਈਮ ਹੋਏਗਾ ਵੀ ਵਿਲ ਟਾਕ ਅਬਾਊਟ ਦੈਟ। ਤੇ ਰਾਮ ਕੁਹਰ ਸਿੰਘ ਜਦੋਂ ਪਹੁੰਚੇ ਅਨੰਦਪੁਰ ਸਾਹਿਬ, ਤੇ ਇਤਿਹਾਸ 'ਚ ਇਹ ਵੀ ਲਿਖਿਆ ਹੋਇਆ ਕਿ ਮਾਤਾ ਜੀ ਨੇ ਜਦੋਂ ਪਹੁੰਚੇ ਤੇ ਮਹਾਰਾਜ ਕਹਿਣ ਲੱਗੇ, ਰਾਮ ਕੁਹਰ ਸਿੰਘ ਜੀ, ਮਾਤਾ ਜੀ ਯਾਦ ਕਰਦੇ ਹਨ ਤੁਹਾਨੂੰ, ਲੰਗਰ ਬਣਾਇਆ ਨਹੀਂ, ਜਾਓ ਛਕੋ ਜਾ ਕੇ, ਆਪਣੀ ਹੱਥੀ ਲੰਗਰ ਤਿਆਰ ਕੀਤਾ ਹੈ ਤੇ ਤੁਹਾਡੀ ਵੇਟ ਕਰਦੇ ਪਏ। ਤੇ ਉੱਥੇ ਇਹ ਵੀ ਲਿਖਿਆ ਹੋਇਆ ਜਦੋਂ ਪਹਿਲੀ ਵਾਰੀ ਦਰਸ਼ਨ ਕੀਤੇ ਉਹਨਾਂ ਦੇ ਤੇ ਗਦਗਦ ਹੋ ਗਏ ਆਪ, ਤੇ ਕਹਿਣ ਲੱਗੇ, ਮਾਤਾ ਜੀ ਕਹਿਣ ਲੱਗੇ, ਕਿੱਥੋਂ ਆਏ ਹੋ? ਇਹ ਬਚਨ ਆਏ ਹਨ, ਸੂਰਜ ਪ੍ਰਕਾਸ਼ ਆਏ ਹਨ, ਹੋਰਾਂ ਗ੍ਰੰਥਾਂ ਵਿੱਚ ਆਏ ਹਨ, ਸੂਰਜ ਪ੍ਰਕਾਸ਼ ਆਏ ਹਨ, ਗੁਰਵਿਲਾਸ ਚ ਆਏ ਹਨ, ਕਿਧਰੇ ਨਾ ਕਿਧਰੇ ਆਏ ਹਨ।
ਤਾਂ ਕਹਿਣ ਲੱਗੇ ਜਿੱਥੋਂ ਗੁਰੂ ਲੈ ਕੇ ਆਇਆ ਹੈ ਤੇ ਹੁਣ ਕਿੱਥੇ ਜਾਓਗੇ? ਕਹਿੰਦੇ ਜਿੱਥੇ ਗੁਰੂ ਲੈ ਕੇ ਜਾਏਗਾ। ਅੱਗੇ ਕੀ ਕਰਨਾ ਹੈ? ਕਹਿੰਦੇ ਜੋ ਨਿਰੰਕਾਰ ਦਾ ਹੁਕਮ ਹੈ। ਪੂਰਨ ਪੂਰਨ ਬਹੁਤ ਵੱਡੇ ਔਰ ਬਹੁਤ ਗੁਰੂ ਘਰ ਦੇ ਅਨੀਮ ਸੇਵਕ ਸਿੱਖ ਉਹਨਾਂ ਦੇ ਪੰਜਵੀਂ ਪੀੜ੍ਹੀ ਚ ਹੋਏ ਹਨ ਔਰ ਮੇਰੇ ਬਹੁਤ ਫੇਵਰੇਟ ਕੈਰੈਕਟਰ ਰਹੇ ਹਨ। ਉਸ ਬਾਰੇ ਵੀ ਸੂਰਪ੍ਰਕਾਸ਼ ਵਿੱਚ, ਉਹਨਾਂ ਬਾਰੇ ਵੀ ਰਾਸ ਪਹਿਲੀ ਵਿੱਚ, ਉਹਨਾਂ ਬਾਰੇ ਵੀ ਡਿਸਕਸ਼ਨ, ਰਾਮਕੁਇਰ ਸਿੰਘਾਂ ਬਾਰੇ, ਲਾਈਕ ਆਈ ਡੋਨਟ ਥਿੰਕ ਸਮ ਮੋਸਟ ਪੀਪਲ ਹੈਵਨ ਹਰਡ, ਮੈਨੀ ਆਫ ਅਸ ਮਾਈਟ ਨਾਟ ਹੈਵ ਹਰਡ ਹਿਸ ਨੇਮ ਈਵਨ, ਯੂ ਨੋ ਦੈਟਸ ਹਾਊ ਸੈਡ ਸਟੇਟ ਆਫ ਅਫੇਅਰਸ ਦਿਸ ਇਜ਼, ਯੂ ਨੋ, ਕਿਉਂਕਿ ਗੁਰੂ ਇਤਿਹਾਸ ਦੀ ਕਥਾ ਹੁਣ ਘੱਟ ਹੁੰਦੀ ਹੈ, ਇਹਨਾਂ ਇਹਨਾਂ ਚੀਜ਼ਾਂ ਦੀ ਕਥਾ ਘੱਟ ਹੋਣ ਕਾਰਨ ਲੋਕ ਜਾਣੂ ਨਹੀਂ ਹੈ। ਆਪ ਨਹੀਂ ਪੜ੍ਹੇ ਲਿਖੇ, ਆਪ ਨਹੀਂ ਪੜ੍ਹੇ ਹੋਏ, ਇਸ ਵਾਸਤੇ ਬੱਚਿਆਂ ਨੂੰ ਵੀ ਨਹੀਂ ਅੱਗੇ ਦੱਸਿਆ, ਉਹ ਵੀ ਨਹੀਂ, ਉਹ ਵਿਚਾਰੇ ਨਹੀਂ ਜਾਣਦੇ, ਉਹਨਾਂ ਦਾ ਕਸੂਰ ਨਹੀਂ ਕੋਈ ਵੀ ਅੱਗੇ। ਸੋ ਯਾ, ਸੋ ਇਹ ਬਾਬਾ ਬੁੱਢਾ ਜੀ ਦੀ, ਹੁਣ 10:07 ਹੋ ਗਏ। ਇਫ ਸਮਬਡੀ ਹੈਜ਼ ਅ ਕੁਐਸਚਨ ਆਈਲ ਆਨਸਰ। ਆਈ ਵਾਸ ਗੋਇੰਗ ਟੂ ਟਾਕ ਅਬਾਊਟ ਵਨ ਮੋਰ ਥਿੰਗ ਅਬਾਊਟ ਹਿਸ ਲਾਈਫ ਬਿਫੋਰ ਆਈ ਐਂਡਡ ਦ ਟਾਕ ਟੂਡੇ, ਬਟ ਆਈਲ ਸੀ ਇਫ ਐਨੀਬਡੀ ਹੈਜ਼ ਐਨੀ ਕੁਐਸਚਨਸ ਔਰ ਨਾਟ। ਜੀ ਮੈਂ ਲਾਸਟ ਚੀਜ਼ ਕਹਿ ਕੇ ਆਮ ਗੋਇੰ ਟੂ ਐਂਡ ਇਨ ਅ ਫਿਊ ਮਿੰਟਸ ਦੋ, ਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਟਾਈਮ, ਜਦੋਂ ਗੁਰੂ ਦੇਵ ਮਹਾਰਾਜ ਦੀ ਸ਼ਹੀਦੀ ਹੋਈ, ਜਦੋਂ ਤੇ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਨੇ ਮੀਰੀ ਪੀਰੀ ਦੀ ਜਿਹੜੀ ਤਲਵਾਰਾਂ ਜਿਹੜਾ ਪਹਿਣੀਆਂ ਜਿਹੜੀਆਂ, ਤੇ ਉਸ ਸੈਰੇਮਨੀ ਵਿੱਚ ਵੀ, ਔਰ ਇੱਕ ਗੱਲ ਮੈਂ ਹੋਰ ਮੈਂ ਕਲੀਅਰ ਕਰਦਾ ਇੱਥੇ, ਇੱਕ ਹੋਰ ਮੈਂ ਆਈ ਜਸਟ ਵਾਂਟ ਟੂ ਪੁਆਇੰਟ ਆਊਟ ਦ ਡਿਫਰੈਂਸ ਹੇਅਰ, ਔਰ ਇਸ ਬਾਰੇ ਸੋਚਿਓ ਘਰ ਜਾ ਕੇ, ਅੱਜ ਘਰ 'ਚ ਬੈਠੇ ਹੋ ਸਾਰੇ, ਬਟ ਮੇਰੀ ਟਾਕ ਤੋਂ ਬਾਅਦ ਜਸਟ ਥਿੰਕ ਅਬਾਊਟ ਇਟ, ਕਿਤਨਾ ਫਰਕ ਸੀ। ਰਾਮਸਰ ਬੀੜ ਲਿਖਵਾਉਂਦੇ ਹਨ ਤੇ ਤਾਂ ਸਕਾਲਰ ਨੂੰ ਨਾਲ ਲੈਂਦੇ ਹਨ, ਭਾਈ ਗੁਰਦਾਸ ਨੂੰ ਲਿਖਾਉਣ ਵਾਸਤੇ। ਹਾਂਜੀ, ਪੂਰੇ ਜਾਣੂ ਹਨ, ਸੰਸਕ੍ਰਿਤ ਦੇ ਮਹਾਨ ਪੰਡਿਤ ਹਨ, ਫਾਰਸੀ ਆਉਂਦੀ ਹੈ, ਬ੍ਰਜ ਆਉਂਦੀ ਹੈ, ਵੱਡੇ ਗ੍ਰੰਥ ਲਿਖੇ ਹਨ, ਸਾਰਿਆਂ ਕੁਛ ਦੇ ਵੇਦਾਂ ਸ਼ਾਸਤਰਾਂ ਦੇ ਵੀ ਗਿਆਨੀ ਹਨ। ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਟਹਿਲ ਸੇਵਾ ਦੀ ਗੱਲ ਜਿੱਥੇ ਆਈ ਹੈ, ਉੱਥੇ ਭਾਈ ਗੁਰਦਾਸ ਨੂੰ ਨਹੀਂ ਸੋਚਿਆ ਨੇ, ਉੱਥੇ ਬਾਬਾ ਬੁੱਢਾ ਜੀ ਦਾ ਨਾਂ ਆਇਆ ਹੈ, ਭਾਈ ਗੁਰਦਾਸ ਦਾ ਨਾਂ ਨਹੀਂ ਆਇਆ। ਆਈ ਜਸਟ ਵਾਂਟ ਟੂ ਸੀ ਦ ਡਿਫਰੈਂਸ। ਇੱਕ ਸਕਾਲਰਲੀ ਹਨ, ਗੁਰੂ ਘਰ 'ਚ ਬੜੇ ਸਕਾਲਰ ਹਨ, ਵੱਡੇ ਹਨ, ਸਿਆਣੇ ਹਨ, ਲੇਕਿਨ ਸੇਵਾ ਉਹਨਾਂ ਨੂੰ ਨਹੀਂ ਗਈ, ਸੇਵਾ ਉਹਨਾਂ ਨੂੰ ਗਈ ਹੈ ਜਿਹੜੇ ਪੂਰਨ ਬ੍ਰਹਮ ਗਿਆਨੀ ਉਸ ਵੇਲੇ ਦੇ ਸੇਵਾ ਟਹਿਲ ਕਰਨ ਵਾਲੇ ਜਿਹੜੇ ਸੇਵਕ ਥੇ। ਇਹ ਇੱਥੇ ਇੱਥੇ ਇੱਕ ਇੱਥੇ ਡਿਫਰੈਂਸੀਏਸ਼ਨ ਸੋਚਣਾ ਮਨ ਵਿੱਚ ਉਹਨਾਂ ਦੇ ਕੀ ਸੀ। ਤੇ ਮੈਂ ਤੁਹਾਨੂੰ ਇਹ ਲੈਣਾ ਚਾਹੁੰਦਾ ਕਿ ਜਦੋਂ ਜਦੋਂ ਮੀਰੀ ਪੀਰੀ ਦੀ ਜਦੋਂ ਤਲਵਾਰਾਂ ਪਹਿਨੀਆਂ ਮਹਾਰਾਜ ਨੇ, ਤੇ ਇਸ ਬਾਰੇ ਸੂਰਪ੍ਰਕਾਸ਼ ਇੱਕ ਕਥਾ ਹੈ, ਲੇਕਿਨ ਗੁਰਬਿਲਾਸ ਵਿੱਚ ਬਹੁਤ ਸੋਹਣਾ ਲਿਖਿਆ ਹੈ, ਤੇ ਮੈਂ ਗੁਰਬਿਲਾਸ ਲੈ ਕੇ ਆਇਆ ਹਾਂ ਬੁੱਕ। ਡੋਂਟ ਥਿੰਕ ਆਈ ਐਮ ਮੇਕਿੰਗ ਦਿਸ ਅਪ, ਆਈ ਐਮ ਸ਼ੋਇੰਗ ਦ ਨੇਮ ਆਫ ਦ ਬੁੱਕ ਆਲਸੋ। ਮੈਂ ਕਹਿੰਦਾ ਕਿ ਸੁਰਿੰਦਰ ਇਸ ਮੇਕਿੰਗ ਆਲ ਦਿਸ ਸਟਫ ਫਰਮ ਹਿਮਸੈਲਫ, ਯੂ ਨੋ ਕਿ ਸਮਥਿੰਗ। ਗੁਰਬਿਲਾਸ ਵਿੱਚ ਜਦੋਂ ਜਦੋਂ ਮਨ 'ਚ ਉਹਨਾਂ ਦੇ ਖਿਆਲ ਆਇਆ ਕਿ ਮੈਂ ਹੁਣ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਨੀ ਹੈ, ਤੇ ਕਿਉਂਕਿ ਇੱਕ ਕਹਿੰਦੇ ਉਹਨਾਂ ਨੇ ਮਨ 'ਚ ਆਇਆ ਕਿ ਨਹੀਂ, ਹੁਣ ਜੇ ਮੀਰੀ ਪੀਰੀ ਦੀ ਤਲਵਾਰਾਂ ਨਾ ਪੈਣੀਆਂ ਸੀ ਤੇ ਸਿੱਖ ਪੰਥ ਨੂੰ ਤੇ ਮਾਰ ਦੇਣਗੇ ਸਾਰੇ, ਜੇ ਅਸੀਂ ਆਪਣੇ ਰਾਈਟਸ ਵਾਸਤੇ ਖੜੇ ਨਾ ਹੋਏ ਤੇ। ਲੇਕਿਨ ਗੁਰੂ ਨਾਨਕ ਦਾ ਰਸਤਾ ਹੈ ਪਰਮਾਤਮਾ ਦਾ ਪਹੁੰਚਣ ਦਾ, ਤੇ ਪਰਮਾਤਮਾ ਦੇ ਪਹੁੰਚਣ ਤੋਂ ਬਗੈਰ ਅਸੀਂ ਕਿੱਥੋਂ ਆਉਣ ਨਹੀਂ ਦੇਣਾ ਇੱਥੇ। ਤੇ ਮਹਾਰਾਜ ਨੇ ਬੜਾ ਸੋਚਿਆ ਕਿ ਇਹ ਕੰਮ ਕਿੱਥੋਂ ਕਰਵਾਇਆ ਜਾਏ, ਕੰਮ ਹੈ ਇਹ, ਇਸ ਦੀ ਇਹ ਜਿਹੜਾ ਤਖ਼ਤ ਜਿਹੜਾ ਸਾਜਣਾ ਹੈ ਅਸੀਂ, ਜਿਹੜਾ ਹੁਣ ਤਖ਼ਤ ਦਾ ਮਤਲਬ ਹੁੰਦਾ ਥਰੋਨ, ਹੁਣ ਥਰੋਨ ਤੇ ਰਾਜਿਆਂ ਦੀ ਹੁੰਦੀ ਹੈ ਖਾਲੀ, ਹਾਂਜੀ, ਸ਼ਾਹਜਹਾਨ ਦੀ ਸੀ, ਔਰੰਗਜ਼ੇਬ ਦੀ ਸੀ, ਅਕਬਰ ਦੀ ਸੀ, ਹਾਂਜੀ, ਤੇ ਇਹ ਕਿਹਦਾ ਤਖ਼ਤ ਹੈ, ਇਹ ਕਿਹਦਾ ਤਖ਼ਤ ਹੋਏ? ਉਹਨਾਂ ਕਹਿੰਦੀ ਇਹ ਪਰਮਾਤਮਾ ਦਾ ਤਖ਼ਤ ਹੈ, ਅਕਾਲ ਦਾ ਤਖ਼ਤ ਹੈ, ਨਾ ਅਕਾਲ ਤਖ਼ਤ ਪੈ ਗਿਆ, ਇਹ ਥਰੋਨ ਅਕਾਲ ਦੀ ਹੈ, ਇਹ ਜਿਹੜਾ ਪੋਲੀਟੀਕਲ ਪ੍ਰੋਸੈਸ ਨਹੀਂ ਹੈ, ਇਸਦੇ ਵਿੱਚੋਂ ਪੰਥ ਵੱਡੇ ਫੈਸਲੇ ਕਰੇਗਾ, ਲੇਕਿਨ ਹਰਿਮੰਦਰ ਸਾਹਿਬ ਦੇ ਸਾਹਮਣੇ ਕਰੇਗਾ, ਬਾਣੀ ਦੀ ਰੋਸ਼ਨੀ ਵਿੱਚ ਸਾਰੇ ਫੈਸਲੇ ਹੋਣਗੇ। ਫਿਰ ਮਨ 'ਚ ਸੋਚਿਆ ਨੇ, ਦੇਖੋ ਮੈਂ ਪੜ੍ਹ ਕੇ ਸੁਣਾਉਂਦਾ ਤੁਹਾਨੂੰ, ਇਹ ਗੁਰਬਿਲਾਸ ਵਿੱਚੋਂ ਹੈ ਚੈਪਟਰ। ਇਹ ਵਿਧ ਦੀਏ ਸੰਬੰਧ ਪਠਾਈ, ਦੇਸ ਦੇਸ ਮੇਂ ਖਬਰ ਜਨਾਈ, ਇਹ ਸੋਚ ਕੇ ਕਿ ਇੱਥੇ ਹੁਣ ਅਕਾਲ ਤਖ਼ਤ ਮਹਾਰਾਜ ਦੀ ਸਿਰਜਣਾ ਕਰਨੀ ਹੈ। ਇਹ ਵੀ ਬ੍ਰਜ ਵਿੱਚ ਹੈ ਬਾਏ ਦਾ ਵੇ, ਇਹ ਦੋਨਾਂ ਬੁੱਕਸ ਦੀ ਪਬਲੀਕੇਸ਼ਨ ਡੇਟਸ ਵਿੱਚ ਫਰਕ ਹੈ। ਸੂਰਪ੍ਰਕਾਸ਼ ਦੀ ਪਬਲੀਕੇਸ਼ਨ ਡੇਟ ਮਿਡ 1700 ਦੀ ਹੈ, ਲੇਟ 1700 ਦੀ ਹੈ, ਕਈ 1800 ਸੀ ਮੰਨਦੇ ਹਨ, ਬੜਾ ਮੁਸ਼ਕਿਲ ਹੈ ਕਹਿਣਾ ਐਗਜੈਕਟਲੀ ਕਦਮ ਦੀਆਂ ਪਬਲੀਕੇਸ਼ਨ ਡੇਟਸ ਹਨ। ਗੁਰਬਿਲਾਸ ਦੀ ਪਬਲੀਕੇਸ਼ਨ ਡੇਟ ਉਸ ਤੋਂ ਅਰਲੀਅਰ ਹੈ, ਹਾਂਜੀ, ਸੋ ਅਰਲੀ 1700 ਹੋ ਸਕਦੀ ਹੈ, ਮਿਡ 1700 ਵਿੱਚ ਹੋ ਸਕਦੀ ਹੈ ਡੇਟ ਗੁਰਬਿਲਾਸ ਦੀ। ਸੋ ਇਹ ਵਿਧ ਦੀਏ ਸੰਬੰਧ ਪਠਾਈ, ਦੇਸ ਦੇਸ ਮੇਂ ਖਬਰ ਜਨਾਈ, ਹਾਥ ਹਾੜ ਪੰਚਮੀ ਕੋ ਦਿਨ ਜਾਨ, ਸ੍ਰੀ ਗੁਰੂ ਉਦਮ ਕੀਨ ਮਹਾਨ। ਇਹ ਵਿਧ ਦੀਏ ਮਸੰਦ, ਮਸੰਦ ਉਸ ਵੇਲੇ ਕਹਿੰਦੇ ਜਿਹੜੇ
लोग सुनिया पहुंचाते सन जाके जो खबर पहुंचाते सन हुक्मनामे जारी किए देश देश में खबर चनाई दूर दूर तक हुक्मनामे जारी होए कि सारे अमृतसर पुजन महाराज मीरी पीरी दिया दो तलवारा पहन के ते अज उन्हां दा तख्त अलग है अपना तख्त बनाना है एक सिख राज दी नी कह लो राज लेकिन ये फिजिकल राज नहीं है वाला है जी सेल्फ इंडिपेंडेंस कह लो सेल्फ कुछ भी कह लो सेल्फ रूल कह लो सेल्फ रिस्पेक्ट कह लो कि असी इन्हां दे थले नहीं रहना हुण असी हुण ये नी असी रखनी है ते सिख संगतां नूं हुक्म होया कि तुसी सारे अमृतसर पुजो ए बे दिए पसंद पठाई देश देश में खबर जनाई हाड़ पंचमी को दिन जान हाड़ दे महीने दे पंचमी पंचम हाड़ दे पंजवें महीने विच ए दिन चुनिया गया श्री गुरु उद्यम कीन महान बड़ा वड्डा उद्यम महाराज ने करन दित्या गुरदास बुढ़ा को लिज ने साथ बाबा बुढ़ा जी ते भाई गुरदास ना लिता तख्त आरंभ कर दीन नाथ ते ए तख्त दी सृजना ए तख्त दी जिहड़ी बनवाई जिहड़ी है ए तख्त दी सेवा जिहड़ी है अकाल तख्त सेवा दी जिहड़ी है ए बाबा बुढ़ा जी दे शुभ हत्थां तों कराई उन्होंने ਇਹ ਉਹਨਾਂ ਦੇ ਹੱਥ ਉਹਨਾਂ ਦੇ ਹੱਥ ਉਹਨਾਂ ਦੇ ਹੱਥ ਉੱਤੇ ਪਏ ਹਨ ਭਾਈ ਗੁਰਦਾਸ ਦੇ ਹੱਥ ਉੱਤੇ ਲੱਗੇ ਹਨ ਕਿਉਂ ਕਿਉਂਕਿ ਮਹਾਰਾਜ ਇਹ ਉਸ ਵੇਲੇ ਮੈਂ ਤੁਹਾਨੂੰ ਹੁਣੇ ਪਹਿਲੇ ਵੀ ਕਹਿ ਦਿੱਤਾ ਕਿ ਇਹ ਬੜੀ ਕਾਮਨ ਬਿਲੀਫ ਸੀ ਉਸ ਵੇਲੇ ਹੁਣ ਨਹੀਂ ਰਹੀ ਸਾਡੇ ਵਿੱਚ ਕਿ ਕੋਈ ਵੱਡਾ ਕੰਮ ਸਾਜਣ ਵੇਲੇ ਕੋਈ ਵੱਡੀ ਚੀਜ਼ ਕਰਨ ਵੇਲੇ ਕਿਸੇ ਬੰਦਗੀ ਵਾਲੇ ਪੁਰਖ ਦੇ ਹੱਥ ਹੋਣੇ ਚਾਹੀਦੇ ਹਨ ਉਹਨਾਂ ਚੀਜ਼ਾਂ ਤੇ ਦੁਨਿਆਵੀ ਪੁਰਖ ਦੇ ਨਾ ਹੋਣ ਹਾਂਜੀ ਇਹ ਮੰਨਿਆ ਜਾਂਦਾ ਸੀ ਕਿ ਜੇ ਇਹੋ ਜਿਹੇ ਬੰਦੇ ਦੇ ਹੱਥ ਲੱਗਣਗੇ ਤੇ ਬੰਦ ਕਾਮਯਾਬੀ ਮੁਕੰਮਲ ਹੋਏਗੀ ਤੁਹਾਡੀ ਪਰ ਅੱਜ ਕੱਲ ਨਹੀਂ ਰਿਹਾ ਅੱਜ ਕੱਲ ਮੈਂ ਕਈ ਵਾਰੀ ਸਿੱਖ ਸੰਸਥਾਵਾਂ ਤੇ ਮੈਂ ਹੈਰਾਨ ਹੋ ਜਾਂਦਾ ਕਈ ਵਾਰੀ ਵੱਡੀਆਂ ਵੱਡੀਆਂ ਸਿੱਖ ਸੰਸਥਾਵਾਂ ਲੋਕ ਸਪੀਕਰ ਬਣਾਉਂਦੇ ਨੇ ਵੱਡੇ ਵੱਡੇ ਦੇ ਆਰ ਨਾਟ ਸਪਿਰਚੁਅਲ ਪੀਪਲ ਐਟ ਆਲ ਸਮ ਪੀਪਲ ਆਰ ਵੈਰੀ ਰਿਚ ਸਮ ਪੀਪਲ ਆਰ ਪੋਲੀਟੀਕਲ ਉਹਨਾਂ ਨੂੰ ਬੜਾ ਬੜੇ ਟਰਾਫੀਜ਼ ਬੜਕੀ ਸਭ ਦਿੰਦੇ ਨੇ ਜਾ ਕੇ ਐਜ਼ ਇਫ ਦੋਜ਼ ਥਿੰਗਸ ਆਰ ਗੋਇੰਗ ਟੂ ਕਾਊਂਟ ਐਟ ਦੀ ਐਂਡ ਦੇ ਡੋਂਟ ਗੁਰਦਾਸ ਬੁੱਢਾ ਕੋਲਿਜ ਨਾਥ ਤਖ਼ਤ ਆਰੰਭ ਕਰ ਦੀਨਾ ਨਾਥ ਜੇ ਭਗਵ ਕੀ ਆਗਿਆ ਭਈ ਤਹਾਂ ਆਰੰਭ ਸਤਿਗੁਰ ਜੀ ਕਹੀ ਮੈਂ ਪੂਰਾ ਪੜ੍ਹ ਦੇਣਾ ਤੁਹਾਨੂੰ ਫਿਰ ਮੈਂ ਉਹਦੀ ਵਿਆਖ ਉਹਦੇ ਸੁਣਾ ਦਿਆਂਗਾ ਉਹਦੀ ਟਰਾਂਸਲੇਸ਼ਨ ਰਵ ਦਿਨ ਪੰਚਮ ਖਿਤ ਲਗਨ ਉੱਤਮ ਸਮਾਂ ਵਿਚਾਰ ਅਤ ਮੰਗਲ ਸੋ ਸਤਿਗੁਰ ਬਾਜੇ ਅਧਿਕ ਸੁਧਾਰ ਇਹ ਦਿਨ ਚੁਣ ਕੇ ਮਹਾਰਾਜ ਨੇ ਕੰਮ ਸ਼ੁਰੂ ਕਰਵਾਇਆ ਕਰ ਅਰਦਾਸ ਸ੍ਰੀ ਸਤਿਗੁਰ ਪੁੰਨ ਪ੍ਰਸਾਦ ਵਰਤਾਏ ਅਰਦਾਸ ਕਰਾਉਣ ਤੋਂ ਬਾਅਦ ਮਹਾਰਾਜ ਨੇ ਆਪ ਅਰਦਾਸ ਕੀਤੀ ਤੇ ਅਰਦਾਸ ਕਰਾ ਕੇ ਵਰਤਾਇਆ ਪ੍ਰਥਮ ਨੀਮ ਸ੍ਰੀ ਖੁਰਗੁਰ ਰੱਖੀ ਅਪਚਲ ਤਖਤ ਸੁਹਾਈ ਪਹਿਲੀ ਇੱਟ ਦਾ ਹੱਥ ਗੁਰੂ ਹਰਗੋਬਿੰਦ ਮਹਾਰਾਜ ਨੇ ਆਪ ਰੱਖ ਕੇ ਤੇ ਅਗਲੀ ਲਾਈਨ ਸੁਣਨ ਵਾਲੀ ਹੈ ਜਿਹੜੀ ਆਫਨ ਕੋਟਡ ਹੈ ਸਿੱਖ ਇਤਿਹਾਸ ਵਿੱਚ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਇਹ ਗੁਰਦਾਸ ਬਣਾਇਓ ਰਾਜ ਕਹਿੰਦੇ ਹਨ ਰਾਜ ਮਿਸਤਰੀ ਨੂੰ ਛੋਟੇ ਹੁੰਦਿਆਂ ਸੁਣਿਆ ਹੋਣਾ ਵਰਡ ਰਾਜ ਮਿਸਤਰੀ ਹੁੰਦੇ ਹਨ ਜਿਹੜੇ ਬ੍ਰਿਕ ਐਂਡ ਮੋਟਰ ਦਾ ਕੰਮ ਜਿਹੜਾ ਕਰਦੇ ਹਨ ਜਿਹੜੀਆਂ ਬ੍ਰਿਕਸ ਲਗਾਉਂਦੇ ਹਨ ਜਿਹੜੀਆਂ ਘਰ ਬਣਾਉਂਦੇ ਹਨ ਜਿਹੜੀਆਂ ਇੱਥੇ ਵਰਡ ਆਏ ਹਨ ਗੁਰਵਿਲਾਸ ਵਿੱਚ ਕਿਸੇ ਰਾਜ ਨੇ ਹੱਥ ਲਗਾਇਓ ਕਿਸੇ ਰਾਜ ਮਿਸਤਰੀ ਨੂੰ ਹੱਥ ਨਹੀਂ ਲਗਾਉਣ ਦਿੱਤਾ ਉਹਨਾਂ ਨੇ ਕਿਸੇ ਬਾਹਰਲੇ ਬੰਦੇ ਨੂੰ ਹੱਥ ਨਹੀਂ ਲਗਾਉਣ ਦਿੱਤਾ ਉਹਨਾਂ ਨੇ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਇਹ ਗੁਰਦਾਸ ਬਣਾਇਓ ਇਹ ਸਿਰਫ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਦੇ ਪਵਿੱਤਰ ਹੱਥਾਂ ਨਾਲ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ ਔਰ ਇਸੀ ਵਾਸਤੇ ਕਿਉਂਕਿ ਉਹ ਪਵਿੱਤਰ ਹੱਥ ਉੱਤੇ ਲੱਗੇ ਸਨ ਤੇ ਇਸੀ ਵਾਸਤੇ ਚਕੜੀਆਂ ਤੇ ਚੜ ਗਏ ਦੇਗਾਂ ਚ ਉਬਲੇ ਗਏ ਬਾਅਦ ਵਿੱਚ ਵੀ ਵੱਡੇ ਵੱਡੇ ਘੱਲੂਘਾਰਾਂ ਚੋਂ ਨਿਕਲੇ 16 ਹਮਲੇ 15 ਹਮਲੇ ਅਬਦਾਲੀ ਨੇ ਕੀਤੇ 84 ਦਾ ਹਮਲਾ ਹੋਇਆ ਤੇ ਕੌਮ ਨੂੰ ਕੋਈ ਫਰਕ ਨਹੀਂ ਪਿਆ ਕੌਮ ਹੁਣ ਵੀ ਚੜ੍ਹਦੀ ਕਲਾ ਵਿੱਚ ਕੋਈ ਐਸੀ ਗੱਲ ਨਹੀਂ ਕਿਉਂਕਿ ਉਹਨਾਂ ਦੇ ਮੁਬਾਰਕ ਹੱਥ ਉਹਨਾਂ ਦੀ ਜਗ੍ਹਾ ਲੱਗੇ ਹੋਏ ਹਨ ਇਹ ਬੜਾ ਫਰਕ ਪੈਂਦਾ ਇਸ ਗੱਲ ਦਾ ਆਪਣੀ ਜ਼ਿੰਦਗੀ ਵੀ ਦੇਖਿਓ ਕਦੀ ਇਸ ਗੱਲ ਦਾ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਇਹ ਗੁਰਦਾਸ ਬਣਾਇਓ ਖਚਤ ਰੇਖਤਾ ਤਖਤ ਆਕਾਰ ਬਣਿਓ ਕਣਕ ਉੱਚ ਨਿਰਧਾਰ ਸ੍ਰੀ ਗੁਰੂ ਦੇਖ ਇਹ ਬਚਨ ਉਚਾਰਾ ਇਹ ਦੇਖ ਕੇ ਮਹਾਰਾਜ ਨੇ ਬਚਨ ਉਚਾਰਿਆ ਉੱਥੇ ਸਮਾਂ ਪਾਏ ਇਹ ਦਿਨ ਅਪਾਰਾ ਇੱਕ ਸਮਾਂ ਆਏਗਾ ਇਹ ਸਮਾਂ ਆਏਗਾ ਇੱਕ ਟਾਈਮ ਸਮਾਂ ਆਏਗਾ ਸੁੰਦਰ ਸ੍ਰਵਨ ਬੜ ਛਬ ਪਾਵੇ ਦੇਖ ਤਪ ਬੈਕੁੰਠ ਲੈ ਜਾਵੇ ਇੱਕ ਸਮਾਂ ਆਏਗਾ ਪੰਥ ਇਸ ਗੱਲ ਦੀ ਬੜਾ ਮਾਣ ਹੋਏਗਾ ਇਸ ਪੰਥ ਨੂੰ ਇਸ ਗੱਲ ਦਾ ਪੰਥ ਦੇ ਵੱਡੇ ਵੱਡੇ ਫੈਸਲੇ ਇਸ ਜਗ੍ਹਾ ਤੇ ਕੀਤੇ ਜਾਣਗੇ ਪੰਥ ਦੀਆਂ ਵੱਡੀਆਂ ਸਖਸੀਵਾਂ ਇੱਥੇ ਆਣਗੀਆਂ ਹਰ ਪੰਥ ਦੇ ਫੈਸਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੋਸ਼ਨੀ ਵਿੱਚ ਹੋਣਗੇ ਹਰ ਪੰਥ ਦੇ ਫੈਸਲੇ ਜਿਹੜੇ ਹਨ ਇਹ ਹਰਿਮੰਦਰ ਸਾਹਿਬ ਦੀ ਰੋਸ਼ਨੀ ਵਿੱਚ ਹੋਣਗੇ ਹੁਣ ਵੀ ਆਰਕੀਟੈਕਚਰਲ ਡਿਜ਼ਾਇਨ ਦੀ ਤਰਫੋਂ ਦੇਖੋ
मैं किन्नी बारी पहले भी किया इस बारे कि अकाल तख्त साहब बैठे हुए अंदर जिथे जगह है बैठने की उतो हरिमंदर साहब की नजर साम आंदी है हरिमंदर साहब नजर बिल्कुल आंदा है साफ लेकिन हरिमंदर साहब बैठे हो अंदर तो उत्थे अकाल तख्त साहब के दर्शन नहीं होंगे ये एक आर्कीटेक्चरली परपसली डिजाइन इस वास्ते किया जो बाणी में जुड़िया हो जो परमात्मा की आराधना कर रहे हो राज याद ना आए कोई पोलिटिकल प्रोसेस याद ना आए हाउएवर किसी पोलिटिकल प्रोसेस जुड़िया हो किसी पंथ का कोई फैसला लेना हो हर फैसला हरिमंदर साहब की रोशनी के अंदर हो हर फैसला गुरबाणी की रोशनी के थले हो एक महान उस महान गुरु की और उन्होंने वड्या देन है बहुत वही जो गए हैं दुनिया तो जो जो ज्योति जोत समाण दे टाइम जी महाराज न गलबात हुई है गुरु हरगोबिंद महाराज नाल जी डॉक्यूमेंटेड फैक्ट्स जी हैं वो सामने रखांगा मैं we will all learn a lot from there Hindi. So I'm going to stop for a few minutes and then 10:17 ho gaye and after a few questions I will end the class. Last time it dragged on for too long. I have a question. ਤੁਸੀਂ ਉਹ ਚੌਂਕੀ ਦੀ ਗੱਲ ਕੀਤੀ ਬਾਬਾ ਬੁੱਢਾ ਜੀ ਦੀ ਜਿਹੜੇ ਮੈਂ ਵੀ ਬਹੁਤ ਸਾਰੇ ਅਸੀਂ ਦਰਸ਼ਨ ਕੀਤੇ ਨੇ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਤੇ ਤੁਸੀਂ ਟਾਈਮ ਦੀ ਗੱਲ ਕੀਤੀ ਜਦੋਂ ਚੌਂਕੀ ਚੱਲਦੀ ਹੈ ਉਦੋਂ ਕੀਰਤਨ ਨਹੀਂ ਹੁੰਦਾ ਉਹ ਕਿਹੜਾ ਟਾਈਮ ਹੁੰਦਾ ਹੈ ਮੈਂ ਭੁੱਲ ਗਈ ਇਹ ਸ਼ਾਮ ਦਾ ਟਾਈਮ ਹੁੰਦਾ ਰਹਿਰਾਸ ਤੇ ਆਈ ਥਿੰਕ ਆਫਟਰ ਰਹਿਰਾਸ ਇਜ਼ ਡਨ बाबा बुड्ढा जी दी बाबा बुड्ढा जी दी चौकी यही चौकी मनी जांदी है बड़िया चौकियां ओह जी हैं याद विच कईआं दी बाबा दीप सिंह दी याद विच चौकियां हैं हर एक वड्डे सिंघां दी याद विच चौकियां निकालियां जांदियां लेकिन यह चौकी बाबा बुड्ढा जी दी याद विच ਹੁਣ ਦਰਬਾਰ ਸਾਹਿਬ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਪਰ ਲੋਕਾਂ ਨੂੰ ਪਤਾ ਨਹੀਂ ਹੈ ਸੋ ਮੋਸਟ ਪੀਪਲ ਡੋਂਟ ਨੋ ਬਟ ਹੈਂਡ ਜਿਹੜੇ ਜਿਹਨਾਂ ਨੂੰ ਪਤਾ ਹੈ ਇਸ ਗੱਲ ਦਾ ਜਿਹਨੂੰ ਉਹਨਾਂ ਨੂੰ ਪਤਾ ਕੀਰਤਨ ਬੰਦ ਬਹੁਤ ਵੱਡਾ ਉਹਨਾਂ ਨੂੰ ਇੱਜ਼ਤ ਮਾਨ ਗੁਰੂ ਕਰਦੇ ਦਰਬਾਰ ਸਾਹਿਬ ਦੇ ਨੇੜੇ ਰਹਿੰਦੇ ਸੀ ਤੇ ਵੀ ਹੈਵ ਗੋਟ ਪ੍ਰਿਵਿਲੇਜ ਤੋ ਨਿਸ਼ਾਨ ਸਾਹਿਬ ਅੱਗੇ ਜਾ ਕੇ ਅਸੀਂ ਮੱਥਾ ਲਗਾਉਣਾ ਤੇ ਚਾਰ ਪੰਜ ਬਜ਼ੁਰਗ ਨਾਲ ਬੋਲਦੇ ਨੇ ਸਵਾਈਏ ਏਕਾਂ ਦੇ ਵਿੱਚ ਸਵਾਈਏ ਪੜਦੇ ਨੇ ਉਹਨਾਂ ਨਾਲ सूर्य प्रकाश दी ना जिहड़ी इट्स डिवाइडेड इनटू चैप्टर्स यू नो चैप्टर दा नाम रास है ए थर्ड रास विच आंदी है कथा वाली मैं ਤੁਹਾਨੂੰ ਸਿਰਫ ਬਾਈ ਦਾ ਵੇ ਵਾਟ ਆਈ ਰੈਡ ਆਊਟ ਵਾਸ 5% ਆਫ ਦਾ ਟੋਟਲ ਹਾਂਜੀ ਬਟ ਇਟ ਵਾਸ 5% ਆਈ ਡਿਡ ਸੋ ਬਿਊਟੀਫੁਲ ਫੈਲਟ ਲਾਈਕ ਜਿਵੇਂ ਉੱਥੇ ਹਰ ਜੋ ਤੁਸੀਂ ਕਿਹਾ ਨਾ ਉੱਥੇ ਜਿਵੇਂ ਤੁਸੀਂ ਲੈ ਗਏ ਹੋ ਯੂ ਸ਼ੋਡ ਅਸ ਦੈਟ ਥੈਂਕ ਯੂ ਮੈਂ ਨਹੀਂ ਲੈ ਕੇ ਗਿਆ ਜੀ ਮੈਂ ਕਵੀ ਸੰਤੋਖ ਸਿੰਘ ਨੇ ਹੈਲਪ ਲਈ ਮੈਂ ਉਹਨਾਂ ਦੀ ਮੈਂ ਤੁਹਾਨੂੰ ਖੁੱਲਾ ਨਾ ਦੇ ਬਚਨ ਪੜ੍ਹ ਕੇ ਤੁਹਾਡੇ ਤੇ ਮਿਹਰ ਕਰਾਂ अपने कोई सोच नहीं ना अपना कोई है मेरा कोई क्रेडिट है जी तुसी भी पढ़ सकते हो मैं पढ़ के तुहानू सुणा दिंदी हां दैट्स ऑल आई डिड सो आई इट्स नॉट अ बिग डील या वीर जी राम कुंवर सिंह जी वाज फ्रॉम बाबा बुड्ढा जीज लीनेज हाँ जी बाबा बुड्ढा जी चौथी अंश या पंजवी अंश विच सा एग्जैक्टली राइट उन्हां दी लीनेज हैड टू बी फ्रॉम हिज लीनेज यू नो क्योंकि सुखमनी दी उस अष्टपदी च स्वीटी दी एक लाइन आंदी है साथ के संग सब कुल उधार है ते वड्डे संप्रदाय ज्ञानी जदों कथा करदे सन इस लाइन दी ए लाइन दी कथा जदों करदे सन ते बाबा बुड्ढा जी एग्जांपल देंदे सन वाह वाह वाह
Thank you, Virji. It was amazing. God bless you for taking us through this journey. Thank you. You're welcome. Thank you, Virji. No problem. Anybody else has any questions though, any comments or questions or something? I'd love to answer that. And Gurbilas, unfortunately, Parna Jada Mushkil hai because chapter is nahi and Mushkil ane the chapter to mune bade, so you have to read this thick book in order for you to know where everything is written, you know. So Surya Prakash, at least Rasa vich hai, to it's easier, you know, so a little bit easier to get to. No more questions, ji? Virji, I have a question. Hanji, ho. Virji, relationship between Baba Buddha ji and Guruji's, but when he was gave tilak di jehdi hundi hai, Hanji, maryada, Hanji, was it like is it tilak still prevalent in our religion today? Guriai the tilak lagda si te kurmai de tilak bare Gurganza Maraji Banich Galai, so kurmai the tilak hun vi lagda jadon munda vyan janda jano te Maraji Zuri vich kurmai the tilak jada lagaya janda ode mathe de utte, you know. So that I know when I got married, I got one, so everybody gets one. So kurmai the tilak bare Surya Prakash ji katha aayi hai te Gurganza Maraji Bani vich vi aayi hai kurmai bare. Baki other than that, nahi. ਤੇ ਜਦੋਂ 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 ਗੁਰਿਆਈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ੀ ਗਈ ਜਦੋਂ ਕਿਉਂਕਿ ਉਸ ਲਈ ਹਿਊਮਨ ਫਾਰਮ ਚ ਨਹੀਂ ਸ਼ਬਦ ਰੂਪ ਵਿੱਚ ਆ ਗਏ ਜਦੋਂ ਪਰ ਇੱਕ ਗੱਲ ਮੈਂ ਕਲੈਰਿਟੀ ਕਰਦੇ ਆ ਇੱਥੇ ਬੜੇ ਲੋਕਾਂ ਨੂੰ ਕਈ ਵਾਰੀ ਭੁਲੇਖਾ ਹੋ ਜਾਂਦਾ ਇਸ ਗੱਲ ਦਾ ਕਈ ਲੋਕ ਸਮਝਦੇ ਹਨ ਕਿ ਜਦੋਂ ਪੋਥੀ ਲਿਖੀ ਗਈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਟਾਈਮ ਤੇ ਉਸ ਵੇਲੇ ਗੁਰੂ ਨਹੀਂ ਬਣੇ ਸਨ ਹਾਲੇ ਐਜ਼ ਇਫ ਉਹਨਾਂ ਦੀ ਇੱਜ਼ਤ ਮਾਨ ਸਿੱਖ ਜਗਤ ਉਸ ਵੇਲੇ ਘੱਟ ਸੀ ਯੂ ਨੋ ਤੇ ਗੁਰੂ ਬਣਨ ਤੋਂ ਬਾਅਦ ਸਡਨਲੀ ਇਟ ਬਿਕੇਮ ਨੋ ਦੈਟਸ ਨਾਟ ਟਰੂ ਐਟ ਆਲ ਜਦੋਂ ਦੀ ਪੋਥੀ ਬਣੀ ਹੈ ਪੋਥੀ ਦਾ ਸਥਾਨ ਪੋਥੀ ਪਰਮੇਸ਼ਰ ਦਾ ਸਥਾਨ ਉਸ ਦਿਨ ਤੋਂ ਬਣ ਗਿਆ ਹੈ ਮਹਾਰਾਜ ਘਰ ਨਹੀਂ ਕਦੀ ਗਏ ਉਸ ਦਿਨ ਤੋਂ ਬਾਅਦ ਹੀ ਆਲਵੇਸ ਸਲੈਪਟ ਉੱਥੇ ਅੰਦਰ ਅਕਾਲ ਤਖਤ ਜਿੱਥੇ ਅੰਦਰ ਬਾਹਰ ਜਿਹੜਾ ਭੋਰਾ ਸੀ ਜਿੱਥੇ ਮਹਾਰਾਜ ਬੀੜ ਜਿੱਥੇ ਸਥਾਪਨ ਹੁੰਦੀ ਹੈ ਬੀੜ ਜਿੱਥੇ ਉੱਤੇ ਪਲੰਘ ਤੇ ਬੀੜ ਹੁੰਦੀ ਸੀ ਥੱਲੇ ਸੌਂਦੇ ਸਨ ਆਪ ਘਰ ਨਹੀਂ ਜਾਂਦੇ ਸਨ ਸੌਣ ਆਲਰੇਡੀ ਮੇਕ ਦੈਟ ਵੈਰੀ ਕਲੀਅਰ ਹੇਅਰ ਬਾਣੀ ਦੀ ਉਸ ਵੇਲੇ ਵੀ ਉਤਨੀ ਇੱਜ਼ਤ ਮਾਨ ਸੀ ਜੋ ਹੁਣ ਹੈ ਗੁਰੂ ਬਣਨ ਤੋਂ ਪਹਿਲੇ ਵੀ ਤੇ ਗੁਰੂ ਬਣਨ ਤੋਂ ਜਦੋਂ ਗੁਰੂ ਬਣੇ ਹਨ ਆਬਵੀਅਸਲੀ ਉਸ ਵੇਲੇ ਤਿਲਕ ਨਹੀਂ ਲਗਾਇਆ ਤਿਲਕ ਨਹੀਂ ਲੱਗ ਸਕਦਾ ਸੀ ਉਸ ਵੇਲੇ ਇਹ ਆਏ ਹਨ ਬਚਨ ਜ਼ਰੂਰ ਕਿ ਪੰਜ ਪੈਸੇ ਤੇ ਨਾਰੀਅਲ ਦੇ ਕੇ ਤੇ ਮੱਥਾ ਟੇਕਿਆ ਤੇ ਪੰਜ ਲੈ ਕੇ ਯੂ ਨੋ ਪ੍ਰਕਰਮਾ ਕਰਕੇ ਤੇ ਗੁਰਿਆਈ ਬਖਸ਼ ਦਿੱਤੀ ਉਹਨਾਂ ਨੇ ਯਾਰ ਕਿ ਬਾਕੀ ਗੁਰੂਆਂ ਨੂੰ ਤਿਲਕ ਲੱਗਿਆ ਹੈ ਡੈਫੀਨੇਟਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਡੈਫੀਨੇਟਲੀ ਲੱਗਿਆ ਹੈ ਸੂਰਿਆ ਪ੍ਰਕਾਸ਼ ਦੀ ਕਥਾ ਆਈ ਹੈ ਉਸ ਬਾਰੇ ਹਾਂਜੀ ਗੁਰਿਆਈ ਦੇ ਤਿਲਕ ਬਾਰੇ Anybody else has any questions which I'll try to answer? I hope this was like little uplifting to hear, you know. Ki, yeah. Yes. Can I ask one question, please? Hanji? Sashikar Vijji, I'm Amar Jyoti. Hanji, I'm going to ask you. I just wanted to ask this Granth or this book you are referring to, Suraj Prakash, to see Naam Lanyoji. Not at all. Obviously, there are certain things in here. So the Sikh authors realize that, Didi, I thought so saal pehle, people realize that there is a lot of stuff in these grants that might not be right. So Paisa Bhai Veer Singh Ji took over this seva. Which he did it very efficiently. Unhane annotate kita pure Surya Prakash di annotation available hai. Us annotation which unhane unha linea de thalle jadiyan kasvati rakhi bani di. Kasvati means what's the English word? Measuring stick kalo ya measuring koi jada hai. O bani di kasvati rakhi unhane.
ਤੇ ਜਿੱਥੇ ਜਿੱਥੇ ਉਹਨਾਂ ਨੂੰ ਲੱਗਿਆ ਕਿ ਸੂਰਜ ਪ੍ਰਕਾਸ਼ ਕੋਈ ਲਾਈਨ ਇਹੋ ਜਿਹੀ ਆਈ ਹੈ ਜਿਹੜੀ ਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਉਹਨਾਂ ਨੇ ਥੱਲੇ ਫਿਰ ਉਹ ਫੁੱਟ ਨੋਟ ਲਗਾਏ ਹੋਏ ਹਨ ਥੱਲੇ, ਤੇ ਜਦੋਂ ਅਸੀਂ ਪੜ੍ਹਦੇ ਹਾਂ ਅਸੀਂ ਉਸ ਗੱਲ ਦਾ ਪੂਰਾ ਧਿਆਨ ਕਰਦੇ ਹਾਂ। ਹਾਂਜੀ ਹਾਂਜੀ ਜ਼ਰੂਰ, ਨਹੀਂ ਡੈਫੀਨੇਟਲੀ ਗੁਰਬਿਲਾਸ ਵਿੱਚ ਵੀ ਕਈ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਨੀਆਂ। ਪਰ ਦੀਦੀ ਇਹ ਗੱਲ ਨਾ ਕਿ ਹੁਣ ਅਗਰ ਕਿਤਾਬ ਦੇ 800 ਪੰਨੇ ਹੋਵਣ ਤੇ ਉਹਦੇ ਵਿੱਚੋਂ 10 ਪੰਨੇ ਹੋਵਣ ਜਿਹੜੇ ਤੁਸੀਂ ਸ਼ੋਰ ਨਾ ਹੋਵੋ ਤੇ ਬਾਕੀ 790 ਕੈਨਟ ਬੀ ਥਰੋਨ ਆਊਟ, ਯੂ ਨੋ। ਸੋ ਯੂ ਨੋ ਅਵੇਲੇਬਲ ਨਹੀਂ ਹੈ, unfortunately, ਕਿ ਤੁਹਾਨੂੰ ਕਿਸੇ ਬੁੱਕ ਸਟੋਰ ਤੋਂ ਨਹੀਂ ਮਿਲਣਗੀਆਂ। ਲਾਇਬ੍ਰੇਰੀ ਸ਼ਾਇਦ ਮਿਲ ਜਾਣ, ਤੇ ਜੇ ਕਦੀ ਐਲੇ ਆਓ ਤੁਸੀਂ ਕਿੱਥੋਂ ਬੋਲੋ, ਜੇ ਐਲੇ ਆਓ ਤੇ ਸਾਡੇ ਘਰ ਆਓ ਜੀ ਸਦਕੇ, ਤੇ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ, ਮੇਰੇ ਕੋਲ ਹੈਂਡ ਸਾਰੀਆਂ ਵਾਲੀਆਂ। ਓ ਨਾਈਸ, ਸੋ ਕਾਈਂਡ ਆਫ ਯੂ ਜੀ, ਟੈਲ ਮੀ ਮਾਈ ਗ੍ਰੇਟ ਫੋਰਚੂਨ। ਆਮ ਸਪੀਕਿੰਗ ਫਰਮ ਦਿੱਲੀ, ਦੀਪੀ ਜੀ, ਆਈ ਜੁਆਇਨਡ ਟੂ ਦੀਪੀ ਜੀ ਵੀ ਆਵਰ ਓਨ ਕਲਾਸ ਦੇ ਤੋਂ ਮੈਂ ਜੁਆਇਨ ਕਰਾਇਆ। ਅੱਛਾ, ਹਾਂਜੀ, ਥੈਂਕ ਯੂ ਸੋ ਮਚ। ਨੋ ਪ੍ਰੋਬਲਮ। It's 10:28. I want to end in 2 minutes. So if nobody has any questions, main Fateh Bulawanga hon, then I'll stay on for 2-3 minutes more until everybody leaves though. And we will meet next time. The next time, Baba Buddha Ji di ik prasang main hor sunana hai. Unhan di life itni important hai. Itne prasang hai unhan di life vich. Itne prasang hai ki if I continue, I can continue for 6 months probably on his life and not end it. Itni vade mahan shakshiyat de malik san aap. ਪਰ ਸਿੱਖ ਜਗਤ ਵਿੱਚ ਹੁਣ ਨਹੀਂ ਰਿਹਾ ਉਹਨਾਂ ਦਾ, ਉਹਨਾਂ ਸੋ ਅਨਫੋਰਚੁਨੇਟ ਦੋ, ਤੇ ਮੈਂ ਉਸ ਬਾਰੇ ਕੀ ਕਵਾਂ ਹੁਣ, ਮੈਂ ਸਾਡੀ ਜਾਣੂ ਨਹੀਂ ਹੈ ਅਸੀਂ ਲੋਕ ਜ਼ਿਆਦਾ, ਬਟ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਉਹਨਾਂ ਦੀ ਲਾਈਫ ਨੂੰ ਹੋਰ ਡਿਟੇਲ ਸਮਝਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ।